ਬਿਹਤਰੀਨ ਸ਼ਾਮ ਦੇ ਵਿੱਚ ਹਾਜ਼ਰ ਹੋਏ ਸਾਰੇ ਬਜ਼ੁਰਗਾਂ, ਮਾਤਾਵਾਂ, ਵੀਰਾਂ, ਭੈਣਾਂ, ਬੱਚਿਆਂ ਦਾ, ਸਾਰੇ ਪਰਿਵਾਰਾਂ ਦਾ, ਦੋਸਤਾਂ ਦਾ, ਅਸੀਂ ਆਪਣੀ ਟੀਮ ਵੱਲੋਂ, ਗੁਰਜੀਤ ਬਲ ਵੱਲੋਂ ਅਤੇ ਸਾਰੀ ਔਰਗੇਨਾਈਜ਼ਰਸ ਦੀ ਟੀਮ ਵੱਲੋਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ। ਇਸ ਪ੍ਰੋਗਰਾਮ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ, ਅਸੀਂ ਕੰਵਰ ਗਰੇਵਾਲ। ਥੈਂਕ ਯੂ।
ਧਿਆਏ ਕੇ ਕਰਾਂ ਮੈਂ ਤੇਰਾ ਧਿਆਨ ਮਹਾਦੇਵ ਕੋ ਧਿਆਏ ਕੇ ਕਰਾਂ ਮੈਂ ਤੇਰਾ ਧਿਆਨ ਤਿੰਨ ਵਰ ਦੇਣਾ ਮਾਂ ਸ਼ਾਰਦਾ ਸਰਸਵਤੀ ਸ਼ਬਦ ਕੰਠ ਸੁਰਤਾਲ ਸ਼ਬਦ ਕੰਠ ਸੁਰਤਾਲ ਸ਼ਬਦ ਕੰਠ ਸੁਰਤਾਲ ਉਹ ਇਸ਼ਕ ਫੁੱਲੇ ਨੂੰ ਨਚਾਵੇ ਬਾਬੇ ਫੁੱਲੇ ਨੂੰ ਨਚਾਵੇ ਨੱਚਣਾ ਪੈਂਦਾ ਏ
ਗੱਲ ਹੋ ਜੇ ਵਸੋਂ ਬਾਹਰ ਤੇ ਦੁਨੀਆ ਕਵੇ ਨਚਾਰ। ਹੁਣ ਬਾਬਾ ਸੋਚ ਕੇ ਦੇਖ, ਕਿਸੇ ਮਾਦਰ ਦੀ ਗੱਲ ਵਸੋਂ ਬਾਹਰ ਹੋ ਗਈ ਤੇ ਨੱਚਣਾ ਪੈ ਗਿਆ ਉਹਨੂੰ। ਹੁਣ ਇਹ ਗੱਲ ਪਹਿਲਾਂ ਖੋਲ ਲਓ, ਨੱਚੇ ਸਾਰੇ ਹੀ ਆ ਜੀ, ਨੱਚੇ ਸਾਰੇ ਆ। ਆਪੋ ਆਪਣੀ ਅੱਖ ਆਪਣਾ ਭਾਵ ਹੈ ਦੇਖਣ ਵਾਲਾ। ਜੇ ਮੀਰਾ ਵਰਗੀ ਮਸਤਾਨੜੀ ਤੂੰਬੇ ਦੀ ਤਾਰ ਤੇ ਨੱਚਦੀ ਸੀ ਤਾਂ ਬਾਬੇ ਗੁਰੂ ਗੋਬਿੰਦ ਸਿੰਘ ਵਰਗਾ ਖੰਡੇ ਦੀ ਧਾਰ ਤੇ ਨੱਚ ਗਿਆ ਜੀ, ਨੱਚ ਕੇ ਸਾਰੇ ਗਏ। ਇਹ ਇਹ ਸਾਡੇ ਤੇ ਆ ਕਿ ਸਾਡੀ ਚੇਤਨਾ ਦਾ ਲੈਵਲ, ਸਾਡਾ ਮੈਂਟਲ ਸੈਟਅਪ ਕਿੱਥੇ ਜੇ ਖੜਾ ਹੈ। ਜਿਹੜੇ ਗਾਂ ਲੰਘੇ ਉਹਨਾਂ ਨੇ ਫਿਰ ਬੁੱਝ ਲਿਆ ਕਿ ਜਿਨ ਪ੍ਰੇਮ, ਇਹ ਪ੍ਰੇਮ ਦਾ ਹੀ ਸੌਦਾ ਹੈ, ਇਹ ਪ੍ਰੇਮ ਦਾ ਹੀ ਸੌਦਾ ਹੈ। ਇਹ ਕੰਧਾਂ ਕੱਢਣ ਵਾਲੇ ਉਹ ਮੈਂ ਵਾਲੇ ਕੱਟੜਤਾ ਵਾਲੇ ਸੌਦੇ ਨਹੀਂ ਹੈ, ਇਹ ਤਾਂ ਮਿਟਣ ਵਾਲੇ ਸੌਦੇ ਹੈ। ਔਰ ਜਿਨ੍ਹਾਂ ਦੀ ਸੰਗਤ ਜੀ ਸੱਚੀ ਉਹ ਬਾਹਰ ਹੋ ਗਈ, ਗੱਲ ਹੀ ਵਸੋਂ ਬਾਹਰ ਹੋ ਗਈ, ਉਹਨਾਂ ਦੇ ਗੀਤ ਉਹ ਕੀ ਗਾਉਂਦੀਆਂ। ਮੇਰੀ ਮੰਗਣੀ ਹੋ ਗਈ। ਔਰ ਬੀਬੀਆਂ ਖਾਸ ਕਰਕੇ ਤੁਸੀਂ ਸੁਣ ਲਓ, ਬਹੁਤ ਬਹੁਤ ਸਤਿਕਾਰ ਹੈ ਤੁਹਾਡਾ ਸਾਰੀਆਂ ਦਾ, ਮਾਵਾਂ ਮੇਰੀਆਂ ਔਰ ਸਾਡੀਆਂ ਧੀਆਂ ਰਾਣੀਆਂ। ਇਹ ਜੇ ਸੱਚ ਪੁੱਛੋ ਸ਼ਗਨਾਂ ਦੀ ਰਾਤ ਹੈ, ਔਰ ਸ਼ਗਨ ਵੀ ਉਸ ਖਸਮ ਦੇ ਹੈ, ਇੱਥੋਂ ਵਾਲੇ ਸ਼ਗਨ ਨਹੀਂ, ਉਹਨਾਂ ਉਹਦੇ ਸ਼ਗਨਾਂ ਦੀ ਰਾਤ ਹੈ। ਇਸ ਕਰਕੇ ਨਾਲ ਨਾਲ ਚਾਹੀਦੀ ਹੈ ਤੁਹਾਡੀ ਤਾੜੀ। ਟਿਕਟਾਂ ਲੈ ਕੇ ਆਇਓ, ਉਹ ਗੇਟ ਤੱਕ ਸੀ, ਹੁਣ ਗੱਲ ਤੇਰੀ ਤੇ ਮੇਰੀ ਹੈ। ਇਸ ਕਰਕੇ ਹੁਣ ਜਾਗਦੇ ਰਹੋ ਔਰ ਥੋੜ੍ਹਾ ਦੱਬ ਕੇ ਰੱਖਿਓ ਕੰਮ ਐਨਰਜੀ ਨਾਲ। ਕੀ ਗਾਉਂਦੀ ਆ ਉਹ, ਥੋੜ੍ਹੀ ਲੈ ਕਢਾ ਪੋਤੋ ਜ਼ਿਆਦੇ ਭੱਜੀ ਜਾਂਦਾ। ਕੀ ਗਾਉਂਦੀ ਆ ਉਹ ਜਿਹਦੀ ਵਸੋਂ ਬਾਹਰ ਹੈ। ਮੇਰੀ ਮੰਗਣੀ ਹੋ ਗਈ ਨੀ, ਮੇਰੀ ਮੰਗਣੀ ਹੋ ਗਈ ਨੀ ਸਖੀਓ ਸੱਤ ਗੁਰਾਂ ਦੇ ਵੇੜੇ। ਮੇਰੀ ਮੰਗਣੀ ਹੋ ਗਈ ਨੀ ਸਖੀਓ ਸੱਤ ਗੁਰਾਂ ਦੇ ਵੇੜੇ, ਆ ਮੇਰੀ ਜੰਝ ਵੀ ਆ ਗਈ ਨੀ। ਜੰਝ ਵੀ ਆ ਗਈ ਨੀ ਸਖੀਓ ਸਾਧੂ ਸੰਤ ਬਥੇਰੇ, ਆ ਮੇਰੀ ਜੰਝ ਵੀ ਆ ਗਈ ਨੀ ਸਖੀਓ ਸਾਧੂ ਸੰਤ ਬਥੇਰੇ। ਗੁਰੂ ਪੰਡਿਤ ਬਣ ਗਏ ਨੇ, ਪੰਡਿਤ ਬਣ ਗਏ ਨੇ, ਗੁਰੂ ਪੰਡਿਤ ਬਣ ਗਏ ਨੇ ਸਖੀਓ ਦੇ ਤੇ ਨਾਮ ਨਾਲ ਫੇਰੇ। ਮੇਰੀ ਮੰਗਣੀ ਹੋ ਗਈ ਨੀ ਸਖੀਓ ਸੰਤ ਗੁਰਾਂ ਦੇ, ਮੇਰੀ ਮੰਗਣੀ ਹੋ ਗਈ ਸਤਿਗੁਰਾਂ ਦੇ ਵੇੜੇ। ਗੱਲ ਹੋ ਦੇ ਵਸੋਂ ਬਾਹਰ ਤੇ ਨੱਚਣਾ ਪੈਂਦਾ ਏ, ਚੜ ਜੇ ਇਸ਼ਕ ਬੁਖਾਰ ਤੇ ਨੱਚਣਾ ਪੈਂਦਾ ਏ, ਜੁੜ ਜੇ ਤਾਰ ਨਾ ਤਾਰ ਤੇ ਨੱਚਣਾ ਛੇੜ ਬਾਬਾ ਛੇ। ਸਾਹਮਣੇ ਹੋ ਗਏ ਯਾਰ ਤੇ ਨੱਚਣਾ ਦੀ। ਬਾਬਾ ਅਤਰ ਸਿੰਘ ਹੋਣੀ ਪੜਿਆ ਕਰਦੇ ਸੀ, ਇਹ ਧਾਰਨਾ ਵਾ, ਬਜ਼ੁਰਗ ਬੈਠੇ ਆ ਵਿੱਚ, ਇਹਨਾਂ ਨੂੰ ਪਤਾ ਬਾਬਾ ਆਨੰਦ ਸਿੰਘ ਹੋਣੀ, ਬਾਬਾ ਅਤਰ ਸਿੰਘ ਹੋਣੀ ਕੌਣ ਸੀ। ਇਹ ਬਾਬੇ, ਇਹ ਬਾਬਾ ਅਤਰ ਸਿੰਘ ਹੋਣੀ ਆਪਣੇ ਦੀਵਾਨ 'ਚ ਪੜਿਆ ਕਰਦੇ ਸੀ, ਵਾਹ 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 ਮੌਜ ਫਕੀਰਾਂ ਦੀ। ਔਰ ਇਹਨਾਂ ਇਹਨਾਂ ਰਹਿਬਰਾਂ ਇਹਨਾਂ ਮਹਾਂਪੁਰਸ਼ਾਂ ਦੀ ਵਾਹ ਵਾਹ 'ਚ ਕੀ ਬਿਆਨ ਕਰਦੇ ਸੀ। ਉਹ ਕਹਿੰਦੇ ਸੀ ਕਦੇ ਤਾਂ ਪਹਿਨਣ ਮਖਮਲ ਜ਼ਰੀਆਂ ਤੇ ਕਦੇ ਗੋਦੜੀ ਲੀਰਾਂ ਦੀ, ਵਾਹ ਵਾਹ ਓਏ ਮੌਜ ਫਕੀਰਾਂ ਦੀ, ਵਾਹ ਵਾਹ ਓਏ ਮੌਜ ਫਕੀਰਾਂ ਜਾ, ਵਾਹ ਵਾਹ ਓਏ ਮੌਜ ਫਕੀਰਾਂ ਦੀ, ਵਾਹ ਵਾਹ ਓਏ ਮੌਜ ਫਕੀਰਾਂ ਦੀ।
ਭੁੱਖੇ ਸੌਂਦੇ ਕਦੇ ਤਾਂ ਸਾਧੂ 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 ਭੁੱਖੇ ਸੌਂਦੇ ਮੈਂ ਝੂਠ ਬੋਲਦਾ ਬਾਪੂ ਜੀ ਸਾਧ ਨ਀ ਸੌਂਦੇ ਸਾਧ ਨੀ ਸੌਂਦੇ ਇਹ ਕਾਹਨੂੰ ਸੌਂਦੇ ਆ ਬਈ ਇਹ ਨੀ ਸੌਂਦੇ ਸਾਧ 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 ਨੀ ਸੌਂਦੇ ਨੀਂਦ ਕਿਹਨੂੰ ਆਉਂਦੀ ਹੈ ਸੌਂਦੇ ਕਿਹੜੇ ਆ ਸੌਂਦੇ ਉਹ ਹੈ ਜਿਹੜੇ ਇੱਕ ਘਰ ਬਣਾ ਕੇ ਦੂਜਾ ਲੈ ਕੇ ਰੈਂਟ ਤੇ ਦਿੰਦੇ ਆ ਉਹ ਸੌਂਦੇ ਆ ਜਿਨ੍ਹਾਂ ਦੇ ਪੰਜ ਪੰਜ ਟਰੱਕ ਚੱਲ ਪਏ ਫਿਰ ਸਬਰ ਨਹੀਂ ਆਇਆ ਦਸ ਪਾਲੇ ਉਹ ਸੌਂਦੇ ਆ ਜਾਂ ਮੇਰੇ ਅਰਗੇ ਰੱਬ ਦੀਆਂ ਗੱਲਾਂ ਕਰਕੇ ਕਨੇਡਾ ਆ ਕੇ ਕਰੋੜ ਰੁਪਇਆ ਲੈ ਜਾਂਦੇ ਆ ਇਹ ਸੌਂਦੇ ਆ ਇਹ ਸੌਂਦੇ ਆ ਉਹ ਕਾਹਨੂੰ ਸੌਂਦਾ ਬਾਬਾ ਜਿਹੜਾ ਜਾਗਦਾ ਔਰ ਜਾਗ ਕੇ ਆਪਣੇ ਆਪ ਨੂੰ ਸਾਧਣ ਲੱਗਿਆ ਉਹ ਕਿੱਥੇ ਉਹਦੇ ਕੋਲ ਸੌਣ ਦਾ ਟਾਈਮ ਹੀ ਨਹੀਂ ਹੈ ਕਦੇ ਤਾਂ ਸਾਧੂ ਏ ਭੁੱਖੇ ਸੌਂਦੇ ਕਦੇ ਖੁਸ਼ਬੂ ਲੈਂਦੇ ਖੀਰਾਂ ਦੀ ਵਾਹ ਵਾਹ ਓਏ ਮੌਜ ਫਕੀਰਾਂ ਦੀ ਵਾਹ ਵਾਹ ਓਏ ਮੌਜ ਫਕੀਰਾਂ ਨੱਚ ਕੇ ਯਾਰ ਮਨਾਈ ਭੁੱਲਿਆ ਨੱਚ ਕੇ ਯਾਰ ਮਨਾਈ ਭੁੱਲਿਆ ਨੱਚ ਕੇ ਯਾਰ ਮਨਾਈ ਭੁੱਲਾ ਭੁੱਲਾ ਪੀਰ ਵੱਲੋਂ ਜਦ ਦਿਲ ਵਿੱਚ ਹੈਰ ਤੇ ਆਈ ਕੰਜਰੀ ਬਣਿਆ ਇਸ ਤਰ੍ਹਾਂ ਕਰਦੀ ਨੱਚ ਕੇ ਯਾਰ ਮਨਾਈ ਭੁੱਲਿਆ ਨੱਚ ਕੇ ਯਾਰ ਮਨਾਈ ਭੁੱਲਿਆ ਨੱਚ ਕੇ ਯਾਰ ਮਨਾਈ ਜਦ ਅੱਖੀਆਂ ਹੋ ਜਾਣ ਚਾਰ ਤੇ ਨੱਚਣ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣ ਹੁਣ ਅੱਖਾਂ ਜਾ ਕੇ ਵੀ ਬੰਦਾ ਫਸ ਗਿਆ ਕਿਉਂਕਿ ਅੱਖਾਂ ਬਾਰੇ ਵੀ ਉਹ ਕਹਿੰਦਾ ਅੱਖੀਆਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹਨਾਂ ਅੱਖਾਂ ਨੇ ਕੀ ਦੇਖ ਲਿਆ ਤਾਂ ਹੀ ਤਾਂ ਅੱਖਾਂ ਚਾਰ ਨਹੀਂ ਰਹਿੰਦੀਆਂ ਚਾਰਾਂ ਤੋਂ ਛੇ ਹੋ ਜਾਂਦੀਆਂ ਅੱਠ ਹੋ ਜਾਂਦੀਆਂ ਸੁਖਣਾ ਦਰਜਣਾ ਹੋ ਜਾਂਦੀਆਂ ਪਰ ਅੱਖਾਂ ਨਹੀਂ ਰੱਜੀਆਂ ਔਰ ਜਿਨ੍ਹਾਂ ਦੀਆਂ ਰੱਜ ਗਈਆਂ ਜਿਨ੍ਹਾਂ ਦੀ ਇੱਕੋ ਹੀ ਰਹਿ ਗਈ ਕਿ ਜੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦੀਨਾ ਉਹਨਾਂ ਦੀਆਂ ਅੱਖਾਂ ਨੇ ਫਿਰ ਇੱਕ ਮਸ਼ਵਰਾ ਪਾਇਆ ਉਹ ਕਹਿੰਦੇ ਨਦੀਓ ਪਾਰ ਸੱਜਣ ਦਾ ਥਾਣਾ ਕੌਲ ਜ਼ਰੂਰੀ ਜਾਣਾ ਕੀਤਾ ਕੌਲ ਜ਼ਰੂਰੀ ਜਾਣਾ ਕੀਤਾ ਕੌਲ ਜ਼ਰੂਰੀ ਜਾਣਾ ਓ ਨਦੀਓ ਪਾਰ ਮੇਰੇ ਰਾਂਝਣ ਦਾ ਥਾਣਾ ਕੀਤਾ ਕੌਲ ਜ਼ਰੂਰੀ ਜਾਣਾ ਕੀਤਾ ਕੌਲ ਜ਼ਰੂਰੀ ਜਾਣਾ ਕੀਤਾ ਕੌਲ ਜ਼ਰੂਰੀ ਜਾਣਾ ਓ ਮਿਣਤਾ ਕਰਾਂ ਮੱਲਾ ਦੇ ਨਾਲ ਅੱਖ ਲੜ ਗਈ ਜੋ ਵੀ ਪੀਵਾਂ ਜੋ ਵੀ ਪੀਵਾਂ ਨਾਲ ਪੀਂਦਾ ਜੋ ਵੀ ਖਾਵਾਂ ਹੁਣ ਤਾਂ ਬਾਬਾ ਭੇਜਦੇ ਮਨ ਹੁਣ ਪੈਰ ਭੇਜਦੇ ਜੋ ਵੀ ਪੀਵਾਂ ਨਾਲੇ ਪੀਂਦਾ ਜੋ ਵੀ ਖਾਵਾਂ ਨਾਲੇ ਖਾਂਦਾ ਜੋ ਵੀ ਖਾਵਾਂ ਨਾਲੇ ਖਾਂਦਾ
ਮੇਰੇ ਸਾਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜਗੀ ਲੜਗੀ ਮੈਂ ਖਲੜਗੀ ਲੜਗੀ 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 ਮੈਂ ਖਲੜਗੀ ਲੜਗੀ ਲੜਗੀ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਲੜ ਗਈ ਉਹ ਬੇਪਰਵਾਹ ਦੇ ਨਾਲ ਅੱਖ ਲੜ ਗਈ ਜਦ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ 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 ਤੇ ਨੱਚਣਾ ਪੈਂਦਾ ਏ ਵਾਹਿਗੁਰੂ 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 ਬੋਲੋ ਸਾਰੇ ਹੀ ਬੋਲੋ ਵਾਹਿਗੁਰੂ ਵਾਹਿਗੁਰੂ ਦੋ ਵਾਰੀ ਮੈਂ ਇੱਥੋਂ ਬੁਲਾਉਂਦਾ ਹੋ ਔਰ ਦੋ ਵਾਰੀ ਫਿਰ ਤੁਸੀਂ ਆ ਜਾਓ ਕਹਾਣੀ ਇਹੀ ਹੈ ਬਾਕੀ ਸਾਰੀ ਕੁੱਤੇ ਭਗਾਈ ਹੈ ਮੈਂ ਵੀ ਤਿੰਨ ਘੰਟੇ ਮਾਰ ਕੇ ਮੁੜ ਜੂ ਦੇਸੀ ਘਿਓ ਇਹੀ ਹੈ ਜਿਹਨੇ ਚੌਂਕੜਾ ਮਾਰ ਕੇ ਬਹਿ ਕੇ ਜਪ ਲਿਆ ਉਹਦੀ ਖੁਰਾਕ ਬਣ ਜੂ ਨਹੀਂ ਬਾਕੀ ਮੇਰੇ ਵਰਗੇ ਡਰਾਮੇਬਾਜ਼ ਹੋਰ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਕੁਛ ਵੀ ਨਹੀਂ ਹੋਰ ਕੱਢਣ ਪਾਉਣ ਨੂੰ ਜਿੰਨੀਆਂ ਮਰਜ਼ੀ ਚਾਦਰਾਂ ਚੜਾ ਲਓ ਜਿੰਨੇ ਮਰਜ਼ੀ ਰੁਮਾਲੇ ਚੜਾ ਲਓ ਲੱਖ ਲੱਖ ਨਹੀਂ ਦੋ ਦੋ ਲੱਖ ਦੇ ਚੜਾ ਲਓ ਲੰਗਰ ਲਾ ਲਓ ਦਾਲ ਮੂੰਗੀ ਨਾ ਬਣਾਇਓ ਪੀਜ਼ਿਆਂ ਦੇ ਲਾ ਦਿਓ ਪੀਜ਼ਿਆਂ ਦੇ ਲੰਗਰ ਲਾ ਦਿਓ ਜੋ ਮਰਜ਼ੀ ਕਰ ਲਓ ਤੀਰਥਾਂ 'ਤੇ ਜਾਇਓ ਉੱਥੇ ਜਾ ਕੇ ਇੱਕ ਨਵੀਂ ਫਾਰਚੂਨਰ ਕਢਾ ਲਿਓ ਸਾਰੇ ਪੰਜਾਬ ਦੇ ਤੀਰਥ ਇੰਡੀਆ ਦੇ ਤੀਰਥ ਘੁੰਮ ਲਿਓ ਗੱਲ ਨਹੀਂ ਬਣਨੀ ਕਿਉਂਕਿ ਉਹ ਗੁਰੂ ਸਾਹਿਬ ਦਾ ਵਾਕ ਆ ਕੇ ਖੜਦਾ ਹੈ ਅਮਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਕੱਲਾ ਹੀ ਨਾਮ ਹੈ ਉਹ ਬਾਬੇ ਦਾ ਉਹ ਕਿਸੇ ਗੁਰਦੁਆਰੇ 'ਚ ਬਹਿ ਕੇ ਜਪ ਲਾ ਕਿਸੇ ਮੰਦਰ 'ਚ ਬਹਿ ਕੇ ਜਪ ਲਾ ਭਾਵੇਂ ਕਿਸੇ ਮਸੀਦ 'ਚ ਬਹਿ ਕੇ ਜਪ ਲਾ ਇਹ ਉਹਦੇ ਸਕੂਲ ਹੈ ਇੱਥੇ ਰੌਲਾ ਨਹੀਂ ਹੈ ਰੌਲਾ ਬਹਿ ਕੇ ਜਪਣ ਦਾ ਹੈ ਬਾਜੀ ਨੇ ਆਪਦੇ ਅੰਮ੍ਰਿਤ ਵੇਲੇ ਨੂੰ ਪਾਲੀਆਂ ਕੁੰਡੀਆਂ ਤੇ ਪੈ ਗਈਆਂ ਪ੍ਰੀਤਾਂ ਚੌਂਕੜੇ ਵੱਜੇ ਆ ਔਰ ਬਾਬੇ ਦੇ ਹਥਿਆਰ ਤਿੰਨੇ ਬਰਾਬਰ ਚੱਲਦੇ ਆ ਗਾ ਵੀ ਐ ਸੁਣੀਐ ਮਨ ਰੱਖੀਐ ਪਾਓ ਇੰਨੀ ਖੇਡ ਆ ਬੰਦਗੀ ਬਾਕੀ ਜੋ ਚੱਲੀ ਜਾਂਦਾ ਬਸ ਠੀਕ ਹੈ ਠੀਕ ਹੈ ਅਸੀਂ ਉੱਥੇ ਪੰਜਾਬ ਵਾਲੇ ਬਾਹਲੇ ਮਿਲਾਇਕ ਹੋ ਗਏ ਸਾਨੂੰ ਕੋਈ ਤੁਰਿਆ ਜਾਂਦਾ ਬੰਦਾ ਕਹਿ ਜਾਂਦਾ ਅੱਛੇ ਦਿਨ ਆਏਗੇ ਅਸੀਂ ਫਿਰ ਉਡੀਕੀ ਜਾਂਦੇ ਹਾਂ ਕਬ ਆਏਗੇ ਅੱਛੇ ਦਿਨ ਨਹੀਂ ਆਏਗੇ ਕਿਉਂਕਿ ਬਾਪ ਨੂੰ ਭੁੱਲ ਕੇ ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਾ ਬਾਪ ਬਾਪ ਹੀ ਆ ਬਸ ਬਾਪ ਬਾਪ ਹੀ ਹੈ ਇਸ ਕਰਕੇ ਬੋਲੋ ਬਾਬੇ ਸਾਰੇ ਸਾਰੇ ਮੈਂ ਦੋ ਵਾਰੀ ਮੈਂ ਇੱਥੋਂ ਬੁਲਵਾਊ ਦੋ ਵਾਰੀ ਫਿਰ ਤੁਸੀਂ ਆਇਓ ਵਾਹਿਗੁਰੂ 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 ਬੋਲ 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 ਬੋਲ ਫਕੀਰਾ ਅੱਲਾ ਹੀ ਅੱਲਾ 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 ਰਾਧੇ ਰਾਧੇ ਸ਼ਾਮ ਮਿਲਾ ਦੇ 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 ਵਾਹਿਗੁਰੂ 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 ਉਹ ਕਹਿੰਦਾ ਯਾਰ ਕੁਛ ਤਾਂ ਬੋਲ ਆ ਤਿੰਨੇ ਮੰਤਰ ਆਪਾਂ ਬੋਲੇ ਹੁਣ ਕੀ ਹੈ ਕਈਆਂ ਨੂੰ ਮੇਰੇ ਵਰਗੇ ਮੂਰਖਾਂ ਨੂੰ ਇਹ ਭੁਲੇਖਾ ਹੁੰਦਾ ਕਿ ਵਾਹਿਗੁਰੂ ਹੀ ਹੈ ਰਾਧੇ ਸ਼ਾਮ ਨਾਲ ਨਹੀਂ ਗੱਲ ਬਣਨੀ ਕੋਈ ਕਹਿੰਦਾ ਅੱਲਾ ਨਾਲ ਨਹੀਂ ਗੱਲ ਬਣਨੀ ਕੋਈ ਕਹਿੰਦਾ ਵਾਹਿਗੁਰੂ ਨਾਲ ਨਹੀਂ ਬਣਨੀ ਉਹਨਾਂ ਨੂੰ
एक गल है तुम सारे जानते होंगे पर मैं सांझी कर लैना उन्होंने एक गल क्या करो भाई जे वाहेगुरु ते अल्लाह अड्डा अड्डा ना फिर साडा बाबा हरिमंदर साहब की न्यो रखन वास्ते मियाँ मीर ना सदा फिर मुसलमान आके न्यो ना रखता और जे रौला वाहेगुरु अल्लाह राम दा हुंदा विच तां फिर नौवां गुरु जाके चांदनी चौंक च सीस ना दिंदा कश्मीरी पंडित आए सी जी उस वेले तां बाबे ने थोड़ा देखा कि हिंदू है कि मुसलमान है कि कौन है उहदा रौला सी कि बंदा है विपता पई भी आ मैं किसी काम आ सकता तां आ जा कम ऐसा आया कि सीस ही देता मां मेरी जो ऐदू वड्डे कम होर की ने ऐदू वड्डे कम की ने इस करके जे किसी दूसरे तीसरे के पिछे लग के असी इन्हां गलत फहमियां च पैने आ कि नहीं भाई रब तो इत्थे ही इत्थे नहीं प्रेम दे सौदे आ रल के रहन च काफले बन के झुंडा दे झुंड जदों शब्द का जाप करते हैं तो वाइब्रेशन एक होर बनती है बाबा इस करके रल के मिल के प्रेम ना और जागदे दा सौदा बन गया है वाहेगुरु 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 बोल फकीरा अल्लाह अल्लाह राधे राधे श्याम मिला दे नारायण मेरा नारायण वाहेगुरु 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 बोल फकीरा अल्लाह अल्लाह राधे राधे श्याम मिला दे वाहेगुरु 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 आ गया यार नहीं आ गया यार नहीं आ गया यार आ गया यार प्यारे मेल जिन्ना मिले तेरा नाम चेतावे नानक नाम चढ़दी कला तेरे भाणे सरबत दा ही पला सो अज दे समागम च जिन्ने कदम चल के आयो जी असि भरावा तीन घंटे मिलकर रौला नबेड़ना है तो तू पाउन डे ना मेरा वीर जिथे जी जिन्हों जिथे मिलता बैठन दे जे बंदे वध गए स्टेज ते भेज दो इत्थे बिठा दो गल ही कोई नहीं यार बस ये बाबियां दी सभा है इत्थे नहीं मुकदे इत्थे तां वी नहीं मुकदे ऐदी गल Do you understand Punjabi or Hindi? Okay. It's all right, man. Aina viya di baat, geet apa pher shuru karde haan. Mana dahi bota hoyo, ohi swar. Hone vi hai, inu 20 rupiye bana lo, dollar chhado. Oh, bhai hasda hai, kivein bana lo, kanda hazar banda hai. Aye, kivein bana lo. Ede, ye vi ki kende hai, ਕਰ ਗਏ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਕਰ ਗਏ ਬੂਟੇ ਹਰੇ ਵੇ ਜਿਹੜੇ ਕਦੇ ਵੀ ਸੁੱਕਦੇ ਨਾ ਬੱਲੇ ਬਾਬਾ ਤੇਰੇ ਵੇ ਤੇਰੇ ਵੀ ਮੁੱਕਦੇ ਨਾ ਓ ਬੱਲੇ ਬਾਬਾ ਤੇਰੇ ਵੇ
वे तेरे वी मुकदे ना राम नाम दे बेड़े राम नाम दे बेड़े राम नाम दे बेड़े वे बाबा कदे भी रुक दे ना बल्ले बाबा तेरे वे तेरे वी मुकदे नहीं मुकदे ओ बल्ले बाबा तेरे वे तेरे भी मुकदे ना आओ जी हुण जिन्ने कदम चल के आए हो सब तो पहलो मेरी मावां और साडे बुजुर्ग साहिबान और साडियां धीआं राणियां और मेरे हां दे वीर दोस्त सारे और छोटे बच्चे जिन्ने भी कदम चल के आए हो आप सब दे अंदर विराजमान उस परम शक्ति नूं मेरा कोटि कोटि प्रणाम है जी कबूल करो और बहुत आदर और सत्कार सहित आप सब नूं जी आयां नूं चल के आए हो सो जिन्ना समां आपां नूं मालक बख्शूगा आपां उहदे उहदे नाम की विचार करनी है उहदे नेड़े दे बंदियां की वैसे आपां सारे ही रब दे बंदे हैं साढ़े सारिआं च वसदा है पर कुछ क चंद क रूहां ऐसियां बैठियां होणगियां जिहड़ियां उहदे ज़्यादा नेड़े है ज़्यादा नेड़े उही है जिहड़ियां उहनूं याद करदियां ਉਹ ਫਿਰ ਉਹਨਾਂ ਨੂੰ ਵੀ ਉਹਨਾਂ ਹੀ ਸਤਿਗੁਰ ਕੋਟ ਪਿੰਡ ਅੱਗੇ ਹੋਏ ਲੇਤਾ ਹੈ ਉਹ ਤਾਂ ਕਹਿੰਦਾ ਮੈਨੂੰ ਇੰਨਾ ਕੁ ਯਾਦ ਕਰ ਮੈਂ ਤੈਨੂੰ ਬਾਹਲਾ ਹੀ ਕਰੂੰਗਾ ਸੋ ਉਹਨਾਂ ਫਕੀਰਾਂ ਬਾਬਿਆਂ ਮਹਾਂਪੁਰਸ਼ਾਂ ਦੀ ਗੁਰੂਆਂ ਦੀ ਅਵਤਾਰਾਂ ਦੀ ਬਾਤਾਂ ਉਹਨਾਂ ਦੇ ਗੀਤ ਕੋਈ ਹਾਂ ਮੈਂ ਬੋਲਦਾ ਬਹੁਤ ਹੈ ਕੋਈ ਗੱਲ ਐਸੀ ਲੱਗੇ ਕਿ ਆ ਸਹੀ ਨਹੀਂ ਬੋਲਦਾ ਆ ਕੇ ਭਾਵੇਂ ਠੀਕ ਕਰਾ ਦਿਓ ਮੈਨੂੰ ਮਾਈਕ 'ਤੇ ਇਹ ਮਾਈਕ ਮੇਰਾ ਇਕੱਲੇ ਦਾ ਨਹੀਂ ਹੈ ਇਹ ਸਭ ਹੈ ਗੁਰੂ ਦੀ ਕੋਈ ਵੀ ਤੁਹਾਨੂੰ ਸਾਰਿਆਂ ਨੂੰ ਮੋਸਟ ਵੈਲਕਮ ਹੈ ਆ ਕੇ ਕੋਈ ਵੀ ਗੱਲ ਹੈ ਮੇਰੇ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਆਪਾਂ ਬੋਲ ਕੇ ਡਿਸਕਸ ਕਰ ਸਕਦੇ ਹਾਂ ਉਹਨੂੰ ਕੋਈ ਰੌਲਾ ਨਹੀਂ ਪਰ ਮਨ 'ਚ ਨਹੀਂ ਸਵਾਲ ਲੈ ਕੇ ਜਾਣਾ ਕੋਈ ਇੱਥੇ ਖਾਲੀ ਹੋ ਕੇ ਜਾਣਾ ਬਸ ਆਪਾਂ ਆ ਜਾਓ ਅਗਲਾ ਗੀਤ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮੁੜ ਨਾਲ ਲੱਥਣੇ ਹੋਏ ਐਸੇ ਕਿਹੜੇ ਮਸਤ ਫਕੀਰ ਹੈ ਖੁੱਲ੍ਹ ਕੇ ਬਾਤਾਂ ਕਰਦੇ ਹਾਂ ਇਹ ਤੁਹਾਡੇ ਵਾਸਤੇ ਹੈ ਤੁਸੀਂ ਹੁਣ ਆ ਰਹੇ ਹੋ ਉਹ ਬਾਬਿਓ ਤੁਸੀਂ ਹੁਣ ਆ ਰਹੇ ਹੋ ਪਹਿਲਾਂ ਤਾਂ ਤੁਸੀਂ ਹੁਣ ਆ ਰਹੇ ਹੋ ਮੈਂ ਤਾਂ ਇਹ ਕਹਿੰਦਾ ਜੀ ਮੈਂ ਪ੍ਰੋਗਰਾਮ ਖਤਮ ਹੋਣ ਵਾਲਾ ਹੈ ਅੱਧੇ ਘੰਟੇ ਨੂੰ ਅਸੀਂ ਘਰੇ ਹੀ ਆ ਜਾਂਦੇ ਤੁਹਾਡਾ ਸ਼ੋਅ ਕਾਮਯਾਬ ਕਰ ਲਈ ਇਸ ਪਰਦੇ ਦੇ ਬਾਹਰ ਵੀ ਬਹੁਤ ਕੰਮ ਹੋ ਰਿਹਾ ਉਹਦੇ 'ਚ ਅਸੀਂ ਸ਼ਾਮਲ ਹਾਂ ਥੈਂਕ ਯੂ ਇਹ ਬਾਹਰ ਲਿਆ ਆਓ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਜਾਂ ਪਾਣੀ ਦੀ ਘੁੱਟ ਦੇ ਦੇ ਮੈਨੂੰ ਹੁਣ ਇਹ ਜਿਹੜਾ ਗੀਤ ਹੈ ਨਾ ਜੀ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਇਹ ਗੱਲ ਕਿੱਥੋਂ ਆਈ ਸੀ ਆਪਾਂ ਥੋੜ੍ਹੀ ਸਾਂਝੀ ਇਹ ਜਿਹੜੇ ਵੇਲੇ ਮੀਰਾ ਮਾਈ ਮੀਰਾ ਰਵੀਦਾਸ ਮਹਾਰਾਜ ਜੀ ਦੀ ਛੱਪਰੀ ਤੱਕ ਪਹੁੰਚੀ ਹੈ ਨਾ ਜੀ ਤਾਂ ਉਸ ਵੇਲੇ ਸਮਾਜ 'ਚ ਗੱਲ ਆਈ ਸੀ ਕਿ ਬਹੁਤ ਉੱਚੇ ਖਾਨਦਾਨ ਦੀ ਜੈਪੁਰ ਦੇ ਇੱਕ ਉੱਚੇ ਖਾਨਦਾਨ ਦੀ ਬੇਟੀ ਹੈ ਔਰ ਜਾ ਕੇ ਇੱਕ ਚਮਿਆਰ ਦੀ ਛੱਪਰੀ 'ਚ ਬਹਿ ਜਾਂਦੀ ਹੈ ਤਾਂ ਆਹ ਬੋਲ ਸੀ ਜਦੋਂ ਇਹੀ ਬੋਲ ਜਦੋਂ ਮੀਰਾ ਦੀ ਮਾਂ ਦੇ ਕੰਨੀ ਪਏ ਤਾਂ ਮਾਂ ਦਾ ਆਪਣੀ ਧੀ ਨੂੰ ਇੱਕ ਤਰਲਾ ਸੀ ਕਿ ਧੀਏ ਨਾ ਜਾਈ ਇਹਨਾਂ ਮਸਤਾਂ ਦੇ ਵਿਹੜੇ ਨਾ ਜਾਈ ਇਹਨਾਂ ਫਕੀਰਾਂ ਦੇ ਵਿਹੜੇ ਇਹਨਾਂ ਨੇ ਤੈਨੂੰ ਉਧਰਲੇ ਘਰ ਦੀ ਮਸਤੀ ਚਾੜ ਦੇਣੀ ਹੈ ਸੋ ਇੱਕ ਮਾਂ ਦਾ ਧੀ ਅੱਗੇ ਤਰਲਾ ਸੀ ਜੀ ਇਹ ਉਹ ਨਾਚ ਹੈ ਇਹ ਕੋਈ ਹੋਰ ਇਧਰਲਾ ਉਧਰਲਾ ਨਾਚ ਨਹੀਂ ਹੈ ਇਹ ਬਾਬੇ ਰਵੀਦਾਸ ਦੀ ਬਾਤ ਹੈ ਇਹ ਮੀਰਾ ਦੀ ਬਾਤ ਹੈ ਔਰ ਉਹਨਾਂ ਜਦੋਂ ਨੱਚਣ ਦੀ ਗੱਲ ਆਉਂਦੀ ਹੈ ਤਾਂ ਇੱਕ ਸ਼ਾਇਰ ਇੱਕ ਗੱਲ ਕਹਿੰਦਾ ਕਿ ਘੁੰਡ ਕੱਢ ਕੇ ਨੱਚਣ ਦਾ ਕੀ ਫਾਇਦਾ ਭਲਾ ਕੀ ਫਾਇਦਾ ਘੁੰਡ ਕੱਢ ਕੇ ਨੱਚਣ ਦਾ ਕੀ ਫਾਇਦਾ ਗੱਲ ਉਹਨਾਂ ਦੀ ਬਣੀ ਜਿਹੜੇ ਸ਼ਰੇ ਬਾਜ਼ਾਰ ਨੱਚੇ ਉਸ ਵੇਲੇ ਹੁੰਦੀ ਆ ਆਸ਼ਕੀ ਸਿਖਰਾਂ ਤੇ ਉਹ ਜਦੋਂ ਸਾਹਮਣੇ ਯਾਰ ਦੇ ਯਾਰ ਨੱਚੇ ਤੇ ਮੇਲਣ ਉਹੀ ਮੇਲੇ ਵਿੱਚ ਫੱਬਦੀ ਐ ਜਿਹੜੀ ਉਹ ਦੂਰੀ ਤੀਰੀ ਤੇ ਪੱਪਾਂ ਭਾਰ ਨੱਚੇ ਉਹਦੀ ਮਿਹਰ ਬਿਨਾਂ ਕੋਈ ਪੈਰ ਨਹੀਂ ਚੁੱਕ ਸਕਦਾ
ਰੂਹ ਸੌਂਜੇ ਤੇ ਕੱਲਾ ਤਨ ਦਾ ਭਾਰ ਨੱਚੇ। ਉਧਰ ਪੰਜਾਬ ਚ ਇਧਰ ਦਾ ਤਾਂ ਮੈਨੂੰ ਪਤਾ ਨਹੀਂ, ਕਈ ਪ੍ਰੋਗਰਾਮਾਂ ਤੇ ਜਾਈਦਾ, ਉੱਥੇ ਸਾਜਾਂ ਦੀ ਆਵਾਜ਼ ਸੁਣ ਕੇ ਕੋਈ ਬੁੜੀ ਜਾਂ ਬੰਦਾ ਵਾਲ ਖੋਲ ਕੇ ਇੱਦਾਂ ਇੱਦਾਂ ਕਰਨ ਲੱਗ ਜਾਂਦਾ ਹੈ। ਆਸੇ ਪਾਸੇ ਮਾਈਆਂ ਰੱਬ ਰਜਾਈਆਂ ਉਹ ਕਹਿੰਦੀਆਂ ਪੀਰ ਆ ਗਏ, ਹੱਥ ਜੋੜ ਕੇ ਖੜ ਜਾਂਦੀਆਂ। ਮੈਂ ਕਿਹਾ ਭੈਣ ਮੇਰੀ ਜੋ ਪੀਰ ਨਹੀਂ ਆਏ ਡਿਪਰੈਸ਼ਨ ਆ ਗਿਆ। ਪੀਰ ਗਏ ਕਿੱਥੇ ਆ ਜਿਹੜੇ ਮੁੜ ਕੇ ਆਉਣਾ ਪੈ ਗਿਆ, ਉਹ ਨਹੀਂ ਜਾਂਦੇ। ਜਿਹਨੂੰ ਬਾਹਰ ਪਾਲਦਾ ਫਿਰਦਾ ਉਹ ਤੇਰੇ ਅੰਦਰ ਵੱਸਦਾ ਬਈ। ਹੁਣ ਇਹ ਦੁਨੀਆਂ ਦੀਆਂ ਸਟੇਟਮੈਂਟਾਂ ਦੇਖੋ ਆਪਦੀਆਂ ਹੀ, ਕਿ ਬਾਬਿਆਂ ਦੇ ਦਰਸ਼ਨ ਹੋ ਗਏ ਜਾਂ ਪੀਰ ਆ ਗਏ। ਉਹ ਗਿਆ ਕਿੱਥੇ ਸੀ ਬਾਬਾ ਪੀਰ? ਉਹ ਤਾਂ ਕਿਤੇ ਗਿਆ ਹੀ ਨਹੀਂ। ਜੇ ਤਾਂ ਹੈ ਹੀ ਵਾਲੇ ਫਿਰ ਤਾਂ ਵੱਖਰੀ ਗੱਲ ਹੈ, ਇੱਕ ਤਾਂ ਜਾਂਦਾ ਹੁੰਦਾ ਰਹਿੰਦਾ ਰਹਿ। ਜੇ ਲੱਗਦਾ ਕਿ ਉਹ ਇੱਕੋ ਹੀ ਹੈ ਫਿਰ ਉਹ ਨਹੀਂ ਕਿਤੇ ਗਿਆ। ਰੂਹ ਸੌਂਜੇ ਤੇ ਕੱਲਾ ਤਨ ਦਾ ਭਾਰ ਨੱਚੇ। ਸਾਰੀ ਉਮਰ ਦੇਣ ਨਹੀਂ ਦੇ ਸਕਦੇ ਜਿਹੜੇ ਸਾਡੇ ਲਈ ਬਣ ਤਲਵਾਰ ਨੱਚੇ। ਕਦੇ ਹਿੰਦੂਆਂ ਲਈ, ਕਦੇ ਸਿੱਖਾਂ ਲਈ ਤੇ ਕਦੇ ਮੁਸਲਮਾਨਾਂ ਲਈ। ਉਹ ਕਦੇ ਆਪ, ਕਦੇ ਬਾਪ ਤੇ ਕਦੇ ਸਾਹਿਬਜ਼ਾਦੇ, ਚਾਰੇ ਦੇ ਚਾਰ ਨੱਚੇ। ਉਹ ਸੁਣਦਾ ਭਾਈ ਸਾਹਿਬਜ਼ਾਦੇ, ਚਾਰੇ ਦੇ ਚਾਰ ਨੱਚੇ। ਔਰ ਜਿਹੜੇ ਉਸ ਤਰ੍ਹਾਂ ਨੱਚੇ ਉਹਨਾਂ ਲਈ ਉਹ ਬਾਤ ਪੜ੍ਹਨੀ ਬਣਦੀ ਹੈ ਕਿ ਆਵਾਜ਼ ਥੋੜ੍ਹੀ ਹੋਰ ਦੇ ਮਨਾ। ਉਹ ਹੈ ਕਿ ਰੋਮ ਰੋਮ ਵਿੱਚ ਵਾਸ ਸਜਣ ਦਾ, ਡਾਡਾ ਏ ਤਰਵਾਸ ਸਜਣ ਦਾ। ਤੁਰ ਪਈਆਂ ਹੁਣ ਯਾਰ ਦੇ ਘਰ ਨੂੰ, ਤੇ ਮੈਂ ਛੱਡ ਨਹੀਂ ਸਕਦੀ ਉਹਦੇ ਦਰ ਨੂੰ। ਆ ਦੁਨੀਆਂ ਪਈ ਖਸਮਾਂ ਨੂੰ ਖਾਵੇ, ਵੇ ਖਸਮਾਂ ਨੂੰ ਖਾਵੇ। ਆ ਦੁਨੀਆਂ ਪਈ ਖਸਮਾਂ ਨੂੰ ਖਾਵੇ, ਤੇ ਮਸਤੀ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ, ਤੇ ਮਸਤੀ ਮੈਂ ਫਿਰਦੀ ਰੂਹ ਅੱਲਾ ਅੱਲਾ ਗਾਵੇ। ਰੂਹ ਮੇਰੀ ਅੱਲਾ ਅੱਲਾ ਗਾਵੇ ਤੇ ਮਸਤੀ ਉਹ ਮੈਂ ਫਿਰਦੀ ਨੀ ਮੇਰਾ ਤੁਣਕਾ ਯਾਰ ਵਜਾਵੇ, ਤੇ ਮਸਤੀ ਮੈਂ ਫਿਰਦੀ ਸਾਉ ਰੱਬ ਦੀ ਨੀ ਸਾਉ ਵੱਲਾ ਦੀ ਰਿਹਾ ਨਾ ਜਾਵੇ, ਤੇ ਮਸਤੀ ਮੈਂ ਫਿਰਦੀ ਤੇ ਕਹਿੰਦੀ ਮਸਤ ਬਣਾ ਦੇਣਗੇ।
छेड़ बाबा जागदा बाबा जागदा ऐसी मस्ता दियारी नी भुल जाएगी दुनिया दारी नी भुल जाएगी दुनिया दारी नी भुल जाएगी दुनिया दारी नी ऐसी मस्ता दियारी नी भुल जाएगी दुनिया दारी नी मस्ती भारी नी तेरी हस्ती मिट जाऊ सारी नी हस्ती मिट जाऊ सारी नी तेरी हस्ती मिट जाऊ सारी नी एना इको ही कुट पियोनी इको ही कुट पियोनी साधने इको ही कुट पियोनी ओ छुड़ा देन के पीपा ना जाई मस्ता दे वेड़े मस्त बना देन के पीपा ना जाई मस्ता दे वेड़े छेड़ बाबा गज गया गज गया अब पक्के मस्तान दे पाने नी तेरे बदल देन के पाने नी बदल देन के पाने नी बदल देन के पाने नी ये ना सुर तू बेते लौने नी ये ना सुर तू बेते लौने नी फिर पालने इस तूंबा नू लेके बोली है कमा मेरी जो ये तूंबा मेरी जान कुड़े है तूंबा मेरी आवाज इन्हां स्पीकर आउंदी है अच्छा ये तूंबा मेरी जान कुड़े है तूंबा ये तूंबा बड़ा शैतान कुड़े है तूंबा और जदों मावां साडियां बोली पाउंदियां ना लाली भाई ओ भाई लाली ਜਦੋਂ ਇਹ ਬੋਲੀ ਪਾਉਂਦੀਆਂ ਨਾ ਆਪਣੀਆਂ ਬੀਬੀਆਂ ਚੁੰਨੀ ਦੇ ਪੱਲੇ ਨਾਲ ਪਹਿਲੇ ਆਉਂ ਢੱਕ ਲੈਂਦੀਆਂ ਆਵਾਜ਼ ਘਟਾ ਨਾ ਇਹਦੀ ਪਹਿਲਾਂ ਮੈਨੂੰ ਆਉਣ ਦੇ ਉਹ ਜਦੋਂ ਏਦਾਂ ਚੁੰਨੀ ਦੇ ਪੱਲੇ ਨਾਲ ਢੱਕ ਲੈਂਦੀਆਂ ਤਾਂ ਕਿੱਥੋਂ ਸ਼ੁਰੂ ਕਰਦੀਆਂ ਇਹ ਤੂੰ ਆ ਮੇਰੀ ਜਾਨ ਕੁੜੇ ਸ਼ਤਾਨ ਕੁੜੇ ਏ ਤੂੰਬਾ ਏ ਤੂੰਬਾ ਬੜਾ ਸ਼ਤਾਨ ਕੁੜੇ ਏ ਤੂੰਬਾ ਏ ਤੂੰਬਾ ਤੂੰ ਤੂੰ ਕਰਦਾ ਨੀ 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 ਏ ਦਮ ਸਾਈਆਂ ਦਾ ਭਰਦਾ ਨੀ ਏ ਦਮ ਸਾਈਆਂ ਦਾ ਭਰਦਾ ਨੀ ਏ ਤੂੰਬਾ ਤੂੰ ਤੂੰ ਕਰਦਾ ਨੀ ਏ ਦਮ ਸਾਈਆਂ ਦਾ ਭਰਦਾ ਨੀ ਜੀ ਨੱਚਣ ਨੂੰ ਕਰਦਾ ਨੀ ਜੀ ਨੱਚਣ ਨੂੰ ਕਰਦਾ ਨੀ ਮੈਂ ਕਾਦਾ ਰੱਖਾਂ ਪਰਦਾ ਨੀ ਮੈਂ ਕਾਦਾ ਰੱਖਾਂ ਪਰਦਾ ਨੀ ਮੈਂ ਕਾਦਾ ਰੱਖਾਂ ਪਰਦਾ ਨੀ ਏ ਮੇਰੀ ਬੇਬੇ ਦਾ ਸਾਜ ਓ ਮੇਰੀ ਬੇਬੇ ਦਾ ਸਾਜ ਓ ਮੇਰੀ ਬੇਬੇ ਦਾ ਸਾਜ ਸਮਾਨ ਕੁੜੇ ਏ ਤੂੰਬਾ ਏ ਤੂੰਬਾ ਮੇਰੀ ਜਾਨ ਕੁੜੇ ਏ ਤੂੰਬਾ ਤੂੰਬਾ ਮੇਰੀ ਜਾਨ ਕੁੜੇ ਸਾਈਆਂ ਦਾ ਗਹਿਣਾ ਏ ਤੂੰਬਾ ਸਾਈਆਂ ਦਾ ਗਹਿਣਾ ਏ ਤੂੰਬਾ ਖਸਮਾਂ ਦਾ ਗਹਿਣਾ ਏ ਤੂੰਬਾ ਖਸਮਾਂ ਦਾ ਗਹਿਣਾ ਏ ਸਦਾ ਸਦਾ ਵੱਜਦਾ ਰਹਿਣਾ ਏ ਤੂੰਬਾ ਖਸਮਾਂ ਦਾ ਗਹਿਣਾ ਏ ਸਦਾ ਸਦਾ ਵੱਜਦਾ ਰਹਿਣਾ ਇਹਨੇ ਜੋ ਕਹਿਣਾ ਸੱਚ ਹੀ ਕਹਿਣਾ ਜੋ ਵੀ ਕਹਿਣਾ ਸੱਚ ਕਹਿਣਾ ਸਦਾ ਗੁਰੂਆਂ ਦੇ ਚਰਨੀ ਪੈਣਾ ਗੁਰੂਆਂ ਦੇ ਚਰਨੀ ਪੈਣਾ ਗੁਰੂਆਂ ਦੇ ਚਰਨੀ ਪੈਣਾ ਮੇਰੀ ਬੇਬੇ ਦੀ ਗਾਉਂਦਾ ਓ ਮੇਰੀ ਬੇਬੇ ਦੀ ਗਾਉਂਦਾ ਓ ਮੇਰੀ ਬੇਬੇ ਦੀ ਗਾਉਂਦਾ ਸ਼ਾਨ ਕੁੜੇ ਏ
देन के पाने नी तेरे बदल देन के पाने नी तेरे बदल देन के पाने नी इतना सुर तू मेरे लाने नी भजन साईयां ते गाने नी अरे भजन साईयां ते गाने नी अरे भजन साईयां ते गाने नी मुड़ना लथने मुड़ना लथने मुड़ना लथने ऐसे रंग चढ़ा देन के बीपा ਨਚਾਈ ਮਸਤਾ ਦੇ ਵੇੜੇ ਦੀ ਮਸਤ ਬਣਾ ਦੇਣਗੇ ਨਚਾਈ ਮਸਤਾ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨੱਚਦੇ ਬੰਨ ਬੰਨ ਗੇੜੇ ਕਰ ਦੇਣਗੇ ਤੇਰੇ ਨਵੇੜੇ ਜਿਹੜੇ ਤੂੰ ਨੇ ਕਰਮ ਸਹੇੜੇ ਲੇਖਾਂ ਦੀਆਂ ਪੁੱਠੀਆਂ ਲੀਕਾਂ ਆ ਲੇਖਾਂ ਦੀਆਂ ਪੁੱਠੀਆਂ ਲੀਕਾਂ ਸਦੀਆਂ ਵਾਦਣਗੇ ਬੀਬਾ ਲੇਖਾਂ ਦੀਆਂ ਪੁੱਠੀਆਂ ਸਿੱਧੀਆਂ ਵਾਦਣਗੇ ਪਰ ਵਾਹੁਣਗੇ ਕਿਹੜੇ ਵਾਹੁਣਗੇ ਕੌਣ ਜਿਹੜੇ ਮੁੰਡੇ ਦਾ 51,000 ਮੰਗਦੇ ਉਹ ਤਾਂ ਨਹੀਂ ਵਾਹੁਣਗੇ ਜਿਨ੍ਹਾਂ ਦੀਆਂ ਗੋਲਕਾਂ ਚੋਂ ਪੈਸੇ ਬੈਂਕਾਂ 'ਚ ਜਾਂਦੇ ਉਹ ਵੀ ਨਹੀਂ ਇਹ ਕੌਣ ਆ ਫਿਰ ਐਸੇ ਇਹ ਕਿੱਥੇ ਬੈਠੇ ਆ ਜਿਹੜੇ ਪੁੱਠੀਆਂ ਸਿੱਧੀਆਂ ਪਾਈ ਜਾਂਦੇ ਆ ਅੱਜ ਕੱਲ੍ਹ ਮੇਰੇ ਵਰਗੇ ਬਹੁਤ ਹੈ ਜਿਹੜੇ ਕਹਿੰਦੇ ਆ ਕਿ ਗੱਲ ਹੀ ਕੋਈ ਨਹੀਂ ਐਂ ਜੇ ਕਰ ਲਓ ਐਂ ਕਰ ਦਿਆਂਗੇ ਕੋਈ ਮੇਰੇ ਵਰਗੀ ਕਮਲੀ ਹਾਸੇ ਵਾਲੀ ਗੱਲ ਹੈ ਥੋੜ੍ਹੀ ਆਵਾਜ਼ ਘਟਾਇਓ ਉਹ ਮੇਰੇ ਵਰਗੀ ਕੋਈ ਕਮਲੀ ਜਾਵੜੀ ਕਿਸੇ ਬਾਬੇ ਕੋਲ ਜਾ ਕੇ ਕਹਿੰਦੀ ਬਾਬਾ ਜੀ ਕਿਰਪਾ ਕਰੋ ਕਿਰਪਾ ਕਰੋ ਗੱਲ ਤੁਸੀਂ ਸੁਣੀ ਹੋਣੀ ਹੈ ਸਾਰਿਆਂ ਨੇ ਉਹ ਬਾਬਾ ਗਾਂ ਦੇਖੋ ਹੁਣ ਪਤਾ ਹੈ ਵੀ ਬੀਬੀ 2016 ਦੀ ਹੈ ਵੀ ਬੇੜਾ ਗਰ ਕੀ ਹੋਇਆ ਪਿਆ ਜਿਵੇਂ ਮਰਜ਼ੀ ਕਹਿ ਦਿਓ ਬਾਬਾ ਹਾਸੇ 'ਚ ਕਹਿੰਦਾ ਗੋਲ ਗੱਪੇ ਖਾਏ ਥੇ ਇਹ ਸੱਚੀ ਗੱਲ ਹੈ ਬਾਬਾ ਬੀਬੀ ਨੂੰ ਕਹਿੰਦਾ ਗੋਲ ਗੱਪੇ ਖਾਏ ਥੇ ਉਹ ਕਹਿੰਦੀ ਜੀ ਖਾਏ ਥੇ ਕੌਣ ਸੀ ਚਟਨੀ ਉਹ ਕਹਿੰਦਾ ਹਰੀ ਉਹ ਕਹਿੰਦੀ ਹਰੀ ਵਾਲੀ ਕੇ ਸਾਥ ਖਾਏ ਥੇ ਕਹਿੰਦਾ ਲਾਲ ਵਾਲੀ ਕੇ ਸਾਥ ਖਾਓ ਕਿਰਪਾ ਆਏਗੀ ਤੇ ਜੇ ਆਖੀਏ ਵੀ 2016 'ਚ ਸਾਨੂੰ ਰੱਬ ਚਾਹੀਦਾ ਰੱਬ ਕਿੱਥੇ ਚਾਹੀਦਾ ਗੋਲ ਗੱਪੇ ਖਾ ਕੇ ਤਾਂ ਅਸੀਂ ਪਦਾਰਥ ਭਾਲਦੇ ਹਾਂ ਬੰਦਗੀਆਂ ਤਾਂ ਗਈਆਂ ਢੱਠੇ ਖੂਹ 'ਚ ਕਿੱਥੇ ਰਹਿ ਗਏ ਉਹ ਚੌਂਕੜੇ ਆ ਬਜ਼ੁਰਗ ਬੈਠੇ ਆ ਇਹਨਾਂ ਨੂੰ ਦੇਖ ਕੇ ਦਾਦਾ ਯਾਦ ਆਉਂਦਾ ਦਾਦੇ ਨੇ ਮੇਰੇ ਨਾਲ ਤੜਕੇ 4 ਵਜੇ ਹਲ ਜੋੜ ਲੈਣੇ
ਔਰ ਉਹ ਕੱਲੀ ਮੇਰੇ ਦਾਦੇ ਦੀ ਗੱਲ ਨਹੀਂ, ਸਾਰੇ ਬਜ਼ੁਰਗ ਹੀ ਪੁਰਾਣੇ ਇਹ ਜਿੰਨੇ ਵੀ ਪਹਿਲਾਂ ਖੇਤਾਂ 'ਚ ਕੰਮ ਕਰਦੇ ਸੀ ਤੜਕੇ 4 ਵਜੇ ਜਾ ਵੜਦੇ, ਆਹ ਦੇਖੋ ਬਲਦ ਐਂ ਤੁਰ ਪੈਂਦੇ ਸੀ ਨਾਲ ਇਹਨਾਂ ਦੇ ਵਾਹਨ 'ਚ ਪਾਲਿਆ ਬਲਦ। ਇਹਨਾਂ ਦਾ ਸਿਮਰਨ ਕਿਵੇਂ ਹੁੰਦਾ ਸੀ, 4 ਵਜੇ ਬਲਦ ਚੱਲਦੇ ਆ ਨਾਲ ਕੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੁਣ ਬਲਦ ਵੀ ਚੱਲ ਰਿਹਾ ਨਾਲ ਨਾਲ ਵਾਹਿਗੁਰੂ ਵਾਹਿਗੁਰੂ, ਏਦਾਂ ਸੀ ਇਹਨਾਂ ਦੀਆਂ ਬੰਦਗੀਆਂ। ਇਹਨੂੰ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਕਿ ਕਰਮ ਔਰ ਧਰਮ ਦੇ ਪਹੀਏ ਬਰੋਬਰ ਚੱਲਦੇ ਹੈ। ਇੱਥੇ ਮੇਰੇ ਵਰਗਾ ਕਮਲਾ ਜੇ ਕੋਈ ਇਕੱਲੇ ਸਟੋਰਾਂ ਮਗਰ ਪੈ ਗਿਆ ਤਾਂ ਸਟੋਰ ਹੀ 25-30 ਕਰ ਲਏ, ਹੋਰ ਕੱਖ ਨਹੀਂ ਕੀਤਾ। ਜੇ ਮੇਰੇ ਵਰਗਾ ਨੇ ਕੋਈ ਫੈਕਟਰੀਆਂ ਏਜੰਸੀਆਂ ਮਗਰ ਪੈ ਗਿਆ, ਹਨੇਰੀਆਂ ਠਾਲਤੀਆਂ, ਤੜਕੇ ਦੀ ਨਹੀਂ ਕੋਈ ਪਰਵਾਹ ਰਹੀ। ਗੁਰੂ ਸਾਹਿਬ ਕਹਿੰਦੇ ਇਕੱਲਾ ਧਰਮ ਦਾ ਵੀ ਮਾੜਾ ਹੈ, ਇਕੱਲਾ ਕਰਮ ਦਾ ਵੀ ਮਾੜਾ ਹੈ। ਜੇ ਗ੍ਰਸਥੀ ਹੈ ਪਰਿਵਾਰ ਵਾਲਾ ਤਾਂ ਦੋਨੇ ਬਰਾਬਰ ਚੱਲਣੇ ਚਾਹੀਦੇ, ਦੋਨੇ ਬਰਾਬਰ। ਔਰ ਕਈ ਮੇਰੇ ਵਰਗਾ ਨੂੰ ਬੜਾ ਭੁਲੇਖਾ ਹੁੰਦਾ, ਅਸੀਂ ਤਾਂ ਜੀ ਦਾਨ ਪੁੰਨ ਬਹੁਤ ਕਰਦੇ ਹਾਂ। ਗੁਰਬਾਣੀ ਫਿਰ ਕਹਿੰਦੀ ਹੈ ਸਤੋ ਗੁਣ 'ਚ ਆਉਂਦਾ ਹੈ, ਜੇ ਮੁਕਤੀ ਚਾਹੀਦੀ ਹੈ ਇਸ ਤੋਂ ਅੱਗੇ ਚੱਲ, ਉੱਥੇ ਫਿਰ ਫਸਦੇ ਹਾਂ। ਕਈ ਮੇਰੇ ਕੋਲ ਬਹੁਤ ਗੱਲਾਂ ਕਰ ਦਿੰਦੇ, ਅਸੀਂ ਜੀ ਪੰਜਾਬ ਜਾਂਦੇ ਹਾਂ ਉੱਥੇ ਫਿਰ ਇੰਨਾ ਪੈਸਾ ਫਲਾਨੇ ਹਸਪਤਾਲ ਨੂੰ, ਉੱਥੇ ਇੰਨੀਆਂ ਕੁੜੀਆਂ। ਮੈਂ ਕਿਹਾ ਭਰਾਵਾ ਬਹੁਤ ਵਧੀਆ ਗੱਲ ਹੈ, ਕਰਨਾ ਚਾਹੀਦਾ, ਤੁਸੀਂ ਕਰ ਸਕਦੇ ਹੋ, ਮਾਲਕ ਨੇ ਤੁਹਾਨੂੰ ਇੰਨੇ ਯੋਗਾ ਕੀਤਾ, ਤੁਸੀਂ ਕਰ ਸਕਦੇ ਹੋ। ਪਰ ਮੈਂ ਕਿਹਾ ਇੱਥੇ ਖੜ੍ਹ ਨਾ ਜਾਈਏ, ਮੰਜ਼ਿਲ ਨਹੀਂ ਹੈ, ਇਹ ਮੰਜ਼ਿਲ ਨਹੀਂ ਹੈ। ਜੇ ਤੂੰ ਆਖੇ ਵੀ ਇੱਦਾਂ ਕੁਛ ਕਰਨਾ 20-25 ਸਾਲਾਂ 'ਚ ਮੇਰੇ 'ਚ ਸਹਿਜ ਆ ਜਾਊਗਾ, ਸਹਿਜ ਨਹੀਂ ਆਉਣਾ, ਉਹਦੇ ਲਈ ਬੈਠਣਾ ਪੈਣਾ ਹੈ, ਉਹਦੇ ਲਈ ਬੈਠਣਾ ਪੈਣਾ ਹੈ। ਇਸ ਕਰਕੇ ਰਜੋ ਤਮੋ ਔਰ ਸਤੋ, ਤਰਲੋਕੀ 'ਚ ਖੇਡਦਾ ਬੰਦਾ ਕੰਵਰ ਗਰੇਵਾਲ ਬਣ ਗਿਆ। ਐਸੀ ਮਾਇਆ ਪਈ ਕਿ ਸਾਰੇ ਪਾਸੇ ਘੇਰੇ ਪੈ ਗਏ। ਪੰਜ ਆ ਆਪਣੇ ਮਗਰ, ਆਪਾਂ ਜਿਹੜਾ ਤੋਂ ਡਰਦੇ ਹਾਂ ਉਹ ਕੋਈ ਕੁਛ ਨਹੀਂ ਕਰ ਸਕਦਾ। ਜਿਹੜੇ ਪੰਜ ਨੇ ਉਹੀ ਡੰਗੀ ਜਾਂਦੇ ਆ ਦਿਨ ਰਾਤ, ਉਹਨਾਂ ਨੂੰ ਲੜਨ ਵਾਲਾ ਜਿਹੜਾ ਬੈਠਾ ਸੂਰਮਾ ਹੈ, ਪ੍ਰਣਾਮ ਹੈ ਮੇਰਾ ਉਹਦਾ ਸ਼੍ਰੀ ਚਰਨਾਂ 'ਚ, ਜਿਹੜਾ ਉਹਨਾਂ ਪੰਜਾਂ ਨਾਲ ਲੜਨ ਵਾਲਾ ਬੈਠਾ ਹੈ। ਔਰ ਜਿਹੜੇ ਪੁੱਠੀਆਂ ਸਿੱਧੀਆਂ ਵਾਹੁੰਦੇ ਆ ਉਹਨਾਂ ਦੀ ਗੱਲ ਦੇਖੋ ਕੀ ਕਰ, ਸਿੱਧੀਆਂ ਪੈ ਜਾਣਗੀਆਂ। ਕੀ ਕਰਾਂ ਬਾਬਾ ਜੀ, ਉਹ ਕਹਿੰਦੇ ਉੱਠ ਕੇ ਬੰਦਿਆ ਨਾਮ ਧਿਆਲ ਹੈ, ਉੱਠ ਕੇ ਬੰਦਿਆ ਨਾਮ ਧਿਆਲ ਹੈ, ਨਾਲ ਗੁਰੂ ਦੇ ਪ੍ਰੀਤਾ ਪਾਲ ਹੈ, ਨਾਲ ਗੁਰੂ ਦੇ ਪ੍ਰੀਤਾ ਪਾਲ ਹੈ, ਉੱਠ ਕੇ ਬੰਦਿਆ ਨਾਮ ਧਿਆਲ ਹੈ, ਨਾਲ ਗੁਰੂ ਦੇ ਪ੍ਰੀਤਾ ਪਾਲ ਹੈ। ਉਹ ਗੁਰੂ ਘਰ ਦਾ ਗੁਰੂ ਘਰ ਦਾ ਗੁਰੂ ਘਰ ਦਾ ਸਪੀਕਰ ਬੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ। ਰਾਜੇ ਕੋਲੋਂ ਵਿਛੜੀ ਰਾਣੀ, ਰਾਜੇ ਕੋਲੋਂ ਵਿਛੜੀ ਰਾਣੀ, ਭਾਈ ਰਾਜੇ ਕੋਲੋਂ ਵਿਛੜੀ ਰਾਣੀ, ਰਾਜੇ ਕੋਲੋਂ ਵਿਛੜੀ ਰਾਣੀ, ਤੇ ਤਾਈਓ ਉਲਝੀ ਪਈ ਐ ਤਾਣੀ, ਤਾਈਓ ਉਲਝੀ ਪਈ ਐ ਤਾਣੀ, ਸੁਣ ਲੈ ਰਾਜੇ ਕੋਲੋਂ ਵਿਛੜੀ ਰਾਣੀ, ਤਾਈਓ ਉਲਝੀ ਪਈ ਐ ਤਾਣੀ, ਪੜ ਕੇ ਵੇਖ ਕਦੇ ਗੁਰਬਾਣੀ, ਪੜ ਕੇ ਵੇਖ ਕਦੇ ਗੁਰਬਾਣੀ, ਮਨੂਆ ਕਦੇ ਨਾ ਡੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੇਰਾ, ਤੱਕੜੀ ਨਾਨਕ ਦੀ ਤੇਰਾ ਤੇਰਾ ਡੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਡੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਡੋਲੇ। ਬੰਦਿਆ ਅਖੀਰ 'ਚ ਕਹਿੰਦੇ, ਅਖੀਰ 'ਚ ਕਹਿੰਦੇ ਸਿੱਧੀਆਂ ਪੈ ਜਾਣਗੀਆਂ, ਉਹ ਕਰ ਲਾ। ਬੰਦਿਆ ਕਰਮ ਕਮਾਉਣਾ ਸਿੱਖ ਲੈ, ਰਜ਼ਾ ਉਹਦੀ ਵਿੱਚ ਜਿਉਣਾ ਸਿੱਖ ਲੈ, ਬੰਦਿਆ ਕਰਮ ਕਮਾਉਣਾ ਸਿੱਖ ਲੈ, ਰਜ਼ਾ ਉਹਦੀ ਵਿੱਚ ਜਿਉਣਾ ਸਿੱਖ ਲੈ, ਵਾਹਿਗੁਰੂ ਗਾਉਣਾ ਸਿੱਖ ਲੈ, ਅੱਲਾ ਅੱਲਾ ਗਾਉਣਾ ਸਿੱਖ ਲੈ, ਰਾਧੇ ਰਾਧੇ ਗਾਉਣਾ ਸਿੱਖ ਲੈ, ਠੰਡੇ ਦਿੰਦਾ ਚੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੇਰਾ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ, ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੇ। ਵਾਹਿਗੁਰੂ ਵਾਹਿਗੁਰੂ ਬੋਲੇ ਤੱਕੜੀ, ਵਾਹਿਗੁਰੂ ਵਾਹਿਗੁਰੂ ਬੋਲੇ, ਵਾਹਿਗੁਰੂ ਵਾਹਿਗੁਰੂ ਬੋਲੇ ਤੱਕੜੀ, ਵਾਹਿਗੁਰੂ ਵਾਹਿਗੁਰੂ ਬੋਲੇ ਤੇਰਾ ਤੇਰਾ ਤੋਲੇ ਵੇ ਤੱਕੜੀ, ਤੇਰਾ ਤੇਰਾ ਤੋਲੇ, ਤੇਰਾ ਤੇਰਾ ਤੋਲੇ ਤੱਕੜੀ, ਤੇਰਾ ਤੇਰਾ ਤੋਲੇ। ਨਾਮ ਖੁਦਾ ਦਾ ਬੋਲੇ ਤੱਕੜੀ,
ਨਾਮ ਖੁਦਾ ਦਾ ਬੋਲੇ ਨਾਮ ਖੁਦਾ ਦਾ ਬੋਲੇ ਤੱਕੜੀ ਨਾਮ ਖੁਦਾ ਦਾ ਬੋਲੇ ਤੱਕੜੀ ਨਾਨਕ ਦੀ ਤੇਰਾ 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 ਨਾਨਕ ਦੀ ਤੇਰਾ ਤੇਰਾ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ ਤੱਕੜੀ ਨਾਨਕ ਦੀ ਤੇਰਾ ਤੇਰਾ ਬੋਲੇ ਲੇਖਾਂ ਦੀਆਂ ਪੁੱਠੀਆਂ ਲੀਕਾਂ ਲੇਖਾਂ ਦੀਆਂ ਪੁੱਠੀਆਂ ਲੀਕਾਂ ਸਿੱਧੀਆਂ ਬਾਦਣ ਗਏ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨੱਚਣ ਲਾ ਦੇਣਗੇ ਸਿੱਧੀਆਂ ਪਾ ਦੇਣਗੇ ਗੱਲ ਕਰਵਾ ਦੇਣਗੇ ਹੋਸ਼ ਭੁਲਾ ਦੇਣਗੇ ਖੂੰਜੇ ਹੀ ਲਾ ਦੇਣਗੇ ਵੇੜਾ ਹੀ ਪਾ ਦੇਣਗੇ ਨੰਗ ਬਣਾ ਦੇਣਗੇ ਔਰ ਜਦੋਂ ਗੱਲ ਬਣ ਗਈ ਫੇਰ ਆ ਕੇ ਅੱਧੀ ਰਾਤ ਨੂੰ ਬਾਰਾਂ ਵਜੇ ਤੇਰਾ ਕੁੰਡਾ ਖੜਕਾ ਦੇਣਗੇ ਆ ਜਾ ਮਸਤ ਬਣਾ ਦੇਣਗੇ ਜਲਾ ਦੇਣਗੇ ਹੀ ਮਸਤ ਬਣਾ ਦੇਣਗੇ ਹੀ ਨੱਚਣ ਲਾ ਦੇਣਗੇ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਓ ਜੋਗੀਆ ਓ ਸਾਜੋ ਅਗਲਾ ਗੀਤ ਗਾਉਣੇ ਆਪਾਂ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ ਆ ਬਾਈ ਨੂੰ ਪੁੱਛ ਲਓ ਇਹ ਟਿਕਟਾਂ ਇਹ ਟਿਕਟਾਂ ਟੋਰਾਂਟੋ ਦੀਆਂ ਟਿਕਟਾਂ ਨਹੀਂ ਹੈਗੀਆਂ ਉੱਥੇ ਜਾਂਦਾ ਨਾ ਤਾਂ ਕੋਈ ਰਾਜ ਤਾਰ ਜੂ ਇਹ ਟਿਕਟਾਂ ਉਹਨਾਂ ਦੀਆਂ ਗੱਲ ਉੱਥੇ ਨਿਬੜਦੀ ਹੈ ਇਹ ਟਿਕਟਾਂ ਇਹ ਪਿਆਰ ਮੁਹੱਬਤ ਉਹਨਾਂ ਦਾ ਜਿਨ੍ਹਾਂ ਨੇ ਗੁਰੂਆਂ ਦੀ ਬਾਣੀ ਦਾ ਜਾਂ ਕਿਸੇ ਵੇਦ ਸ਼ਸਤਰ ਦਾ ਜਾਂ ਕਿਸੇ ਸੱਚੇ ਸੁੱਚੇ ਸਾਧੂ ਸੰਤ ਫਕੀਰ ਦੇ ਬਚਨਾਂ ਦਾ ਸੰਗ ਕੀਤਾ ਇਕੱਲੇ ਮੇਰੇ ਵਰਗੇ ਡਰਾਮੇ ਵਜਾਂਗੂ ਉਹ ਬਰਫੀ ਦੇ ਡੱਬੇ ਨਾਲ 500 ਦੇ ਨੋਟ ਟੇਕ ਕੇ ਨਹੀਂ ਕਿਹਾ ਬਾਬੇ ਨੂੰ ਕਿ ਕਰਦੇ ਕਿਰਪਾ ਬਾਬੇ ਨੇ ਜੋ ਆਪਣੇ ਰਾਹੀਂ ਉਹਦੀ ਗੱਲ ਸੁਣਾਤੀ ਉਹਨੂੰ ਮੰਨ ਲਿਆ ਜਿਨ੍ਹਾਂ ਨੇ ਇਹ ਉਹਨਾਂ ਦੀਆਂ ਟਿਕਟਾਂ ਫਿਰ ਕਹਿੰਦੇ ਆ ਭਾਈ ਜਿੱਥੇ ਚੱਲੇਗਾ ਹੁਣ ਤੇਰੇ ਨਾਲ ਚੱਲਾਂਗੇ ਕਹਿਣ ਦਾ ਭਾਵ ਕਿ ਹੁਣ ਮਿਹਰ ਭਰਿਆ ਹੱਥ ਉਹ ਚੜ੍ਹਦੀ ਕਲਾ ਤੇਰੇ ਨਾਲ ਰਹੂਗੀ ਇਹ ਮਾਇਨੇ ਇਹਨਾਂ ਗੀਤਾਂ ਦੇ ਸੋ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈਣੀ ਉਹ ਦੇਖੋ ਉੱਪਰਲੇ ਹੋਣਾ ਇਹ ਹੈ ਆ ਭਰਾਵਾ ਧੂੰਆਂ ਜਿਹਾ ਬੰਦ ਕਰਦੇ ਯਾਰ ਇਹਨੂੰ ਇਹਨੂੰ ਬਾਈ ਬੰਦ ਕਰਾ ਦਿਓ ਯਾਰ ਇਹ ਚੜ੍ਹਦਾ ਨੱਕ ਨੂੰ ਖਣੀ ਇਹ ਦੱਸਦੇ ਆ ਵੀ ਜਦੋਂ ਧੂੰਆਂ ਉੱਡੇ ਉਦੋਂ ਪ੍ਰਾਹੁਣਾ ਆਉਂਦਾ ਅੱਜ ਪ੍ਰਾਹੁਣਾ ਨੀ ਪ੍ਰਾਹੁਣੇ ਆ ਗਏ ਅੱਜ ਤਾਂ ਆ ਸਾਰੇ ਪ੍ਰਾਹੁਣੇ ਹੀ ਤਾਂ ਹੈ ਇਹਨੇ ਹੋਰ ਯਾਰ ਆ ਤਾਂ ਤੁਸੀਂ ਹੋਰ ਹੀ ਤੂੜੀ ਵਾਲਾ ਬਣਾ ਰੱਖਿਆ ਇੰਨਾ ਧੂੰਆਂ ਪਤੰਦਰੋ ਸੋ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਔਰ ਉਸ ਤੋਂ ਪਹਿਲਾਂ ਨਾ ਇੱਕ ਹੋਰ ਸਾਡੇ ਪਰਿਵਾਰਾਂ ਦੀ ਬਾਤ ਜਵਾਨ ਮੁੰਡੇ ਕੁੜੀਆਂ ਬੈਠੇ ਹੋ ਸਾਡੇ ਸਾਡੇ ਫਰਜ਼ ਬੋਲਦੇ ਆ ਇਹਨਾਂ ਇਹਨਾਂ ਲਾਈਨਾਂ ਦੇ ਵਿੱਚ ਉਹ ਕੀ ਕਹਿੰਦੇ ਕਿ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਉਹ ਮੁੰਡਿਓ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਉਹ
जद भैणा होण जवान ते बहुते यार बनाइए ना अपने घर विच कम नहीं होए अपने घर विच कम नहीं होए किसे बंदे शक्की दा ए धन पराया किसे नू देना सांभ के रखी दा इज्जत वाली किताब ते मिल दे आ इज्जत वाली किताब ते मिल दे ओए दागी पन्ने ना ओ भैन बिना कोई सुन्ने गुट ते रखड़ी बन्ने ना वे वीरा वे आ इज्जत वाली किताब ते मिल दे ओ दागी पन्ने ना ओ भैन बिना कोई सुन्ने गुट ते रखड़ी बन्ने ना औखे वेले औखे वेले जद नूहाया ससा ते चढ़दियां ने ओ बीबियां क्यों हसदियां ने क्यों औखे वेले नी भैने इना वारी डिफिकल्ट टाइम जद नूहा आ ससा ते चढ़दियां ने और मैनू पता इत्थे बहुत ससा बैठियां होणगियां हाँ बीबी बहुत बहुत ही तो हम ना एक चक्कर आया जो तो नूह सस वाली गल होंगी है पता नहीं साढ़ा पंजाबियों का वैसे ही हासा निकल जाता है हम गल तो सारा पता ही है तो हाँ हाँ मैं पिछलियाँ दोह तिना स्टेजा से सुना के आया गल महा यार नूह सस वाला चक्कर है मेरी दादी मेरे याद है मैं उन्हें चंगी तरह देखे उदो मैं बाबा सुरत संभाल ली सी तो मेरे पापे उन्हें सत्त पाई है तो सत्त ही उन्होंने बहू राणी मेरे वाला प्यो सारा छोटा है तो बाकी छे ताइया हो गई मेरी एक मेरे वाली माँ और मेरी दादी कली ने माँ की धी ने गप नहीं मारता मैं सत्ते दियाँ सत्ते कटाई है और एक बड़ी पुरानी गल नहीं मतलब कोई 20-22-25 साल की गल ही है स्कूलों आना पता नहीं ऐसा की कहना मेरे किसी ताए के कन च पता नहीं कि सट लगा बूकला बूकला सारिया की नेरी ठाली जाने पर हौली हौली समा बदल गया फिर कितने ना कितने स्टेजा ते गल बोलन लग पे कि भाई हुण ससां मावां बन के रहिंदियां और नूह राणी नूं आपदी नूं नूह नहीं धी बना के रखदियां और हुण मैनूं लगदा कि यह गल मैं कह सकदा कि 80% हुण उह ससां हैगियां जिहड़ियां सच्चियों मावां बन के रहिंदियां वीआं दा मसला भी दसदा जिहड़ियां 20 बच गईआं एक गल तो 100% की हो जाए ना 80 तो वह मावं तो 20 है जड़ियाँ उन्होंने फिर नूहां ने सीधा चैलेंज करता वह तो कहदियाँ रब्बा सस होवे ता चंगी होवे नहीं तो कंध ते फोटो टंगी होवे बलवीर भाई उन्हां वीआं दा पंगा है कि पहले ही टंगी रखी भी कला साल बाद फुलां दा हार ही बदलना है होर जप ना पाई कोई औखे वेले जद नूह आया ससा ते चढ़दियां ने उसे वेले भैण आया मापिया नाल खड़दियां ने किसे दा जमना किसे दा मरना चलदा रहिंदा है भाई मां प्यो तुर गए फिर भी बच्चा पलदा रहिंदा है पर जो नजारा मां दियां लोरियां सुन के सौंदा है जिवें बेसमझी जी किसे चीज की आदत पाउंदा है एक मां बोर दी छां ते रब दा नाम एक मां बोर दी छां ते रब दा नाम इतने सब नू प्यारे ने भाई जो तिने चीजा खट जे फिर ओदे वारे न्यारे ने ओ सजनो वारे न्यारे ने ओ बेलियो वारे न्यारे ने अज नानके सच भनणगे
ਅੱਜ ਥੱਕਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਨੀ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਨੀ ਅੱਜ ਥੱਕਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਨੀ ਅੱਜ ਥੱਕਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਨੀ ਆ ਜਾ ਇੱਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਇੱਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਆ ਜਾ ਬਾਬਾ ਵਾਜਾ ਰਹਿੰਦੀ ਇੱਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਬੱਚਾ ਮੈਂ ਗੱਲ ਮੁੱਕਣੀ ਮੈਂ ਗੱਲ ਮੁੱਕਣੀ ਮੁੱਕਣੀ ਮੈਂ ਗੱਲ ਮੁੱਕਣੀ ਮੁੱਕਣੀ ਆ ਕੇ ਘਰੇ ਤੇਰੇ ਵੇ ਟਿਕਟਾਂ ਤੋਂ ਲੈ ਲਈ ਦੌੜ ਕੇ ਦੌੜ ਕੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਆ ਜਾ ਫਕਰਾ ਫਕੀਰੀ ਬੜੀ ਦੂਰ ਏ ਫਕਰਾ ਫਕੀਰੀ ਬੜੀ ਦੂਰ ਏ ਇੱਕ ਘੁੱਟ ਦੇ ਦੇ ਇੱਕ ਘੁੱਟ ਦੇ ਦੇ ਇੱਕ ਘੁੱਟ ਦੇ ਦੇ ਉਹਦੇ ਨਾਮ ਦਾ ਸਰੂਰ ਏ ਇੱਕ ਘੁੱਟ ਦੇ ਦੇ ਉਹਦੇ ਨਾਮ ਦਾ ਸਰੂਰ ਏ ਸੁਣਿਆ ਏ ਫਕਰਾ ਫਕੀਰੀ ਬੜੀ ਦੂਰ ਇੱਕ ਘੁੱਟ ਦੇ ਦੇ ਉਹਦੇ ਨਾਮ ਦਾ ਸਰੂਰ ਬੱਚਿਆ ਬਾਈ ਜੀ ਉਹਦੇ ਵਾਲਾ ਘੁੱਟ ਪੀ ਕੇ ਕਹਿੰਦੀ ਵੱਜਦੀ ਫਿਰਾਂ ਮੈਂ ਤੇਰੇ ਵੇ ਟਿਕਟਾਂ ਤੋਂ ਲੈ ਲਈ ਦੌੜ ਕੇ ਦੌੜ ਕੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਆ ਜਾ ਬੜਾ ਤੈਨੂੰ ਟੋਲਿਆ ਮਸੀਤਾਂ ਵਿੱਚੋਂ ਬੜਾ ਤੈਨੂੰ ਟੋਲਿਆ ਉਹ ਬਾਈ ਨਾ ਅੱਜ ਜਦੋਂ ਆਪ ਪੁੱਠੀਆਂ ਜਿਹੀਆਂ ਲੱਤਾਂ ਮਾਰਦਾ ਉਹ ਹੱਸਦੇ ਆ ਦੇਖ ਕੇ ਤੇ ਕਿੰਨਾ ਸਿੱਧਾ ਜਿਹਾ ਮੈਂ ਤੁਹਾਡੀ ਜਾਣਕਾਰੀ ਅਸੀਂ ਦੱਸਦੇ ਮੈਂ ਸਿੱਧਾ ਸੁੱਧਾ ਨਹੀਂ ਮੈਂ ਪੂਰੀ ਕੁੱਤੇ ਦੀ ਪੂਛ ਹੈ ਆਏ ਮੇਰਾ ਪੈਰੀ ਭਾਰ ਬਹਿ ਕੇ ਕੰਮ ਚੱਲਿਆ ਵਾ ਮੈਂ ਬਹਿ ਜਾਂਦਾ ਤਾਂ ਕਰਕੇ ਇਸੇ ਗੱਲ ਦੀਆਂ ਰੋਟੀਆਂ ਸਿੱਖੀ ਜਾਂਦਾ ਮੈਂ ਕਿ ਬੜਾ ਯਾਰ ਸਾਦਾ ਜਿਹਾ ਉਹ ਮੁੰਡਾ ਜਮਾਂ ਹੀ ਫੂਫਾ ਹੈ ਨਹੀਂ ਸਟੇਜ 'ਤੇ ਪੈਰਾਂ ਪਾਰ ਬਹਿ ਕੇ ਗਾਉਣ ਲੱਗ ਜਾਂਦਾ ਉਹ ਮੈਂ ਕਿਹਾ ਮੈਂ ਕੁੱਤੇ ਦੀ ਪੂਛ ਹੈ ਇੰਨਾ ਭੋਲਾ ਅੱਜ ਕੱਲ੍ਹ ਬੰਦਾ ਹੈ ਨਹੀਂ ਜਿੰਨਾ ਦਿਖਾ ਰਿਹਾ ਇਹ ਗੱਲ ਮੇਰੀ ਵੀ ਹੋ ਸਕਦੀ ਹੈ ਤੁਹਾਡੇ 'ਚੋਂ ਵੀ ਕਿਸੇ ਦੀ ਹੋ ਸਕਦੀ ਹੈ ਇੰਨਾ ਭੋਲਾ ਬੰਦਾ ਹੈ ਨਹੀਂ ਅੱਜ ਕੱਲ੍ਹ ਜਿੰਨਾ ਸ਼ੋਅ ਕਰ ਰਿਹਾ ਮੈਨੂੰ ਦੇਖ ਲਓ ਮੈਂ ਜਿਉਂਦੀ ਜਾਗਦੀ ਮਿਸਾਲ ਆਏ ਗੱਲ ਮੰਨਣ ਦੀ ਹੋਈ ਹੈ ਨਾ ਮੈਂ ਮੰਨ ਲੈਂਦਾ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਮੰਦਰਾਂ ਮਸੀਤਾਂ
ਉੱਥੋਂ ਕੋਈ ਵੀ ਨਾ ਬੋਲਿਆ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ਅੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਬੋਲਿਆ ਉੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ਕਿੱਥੋਂ ਬੋਲਿਆ ਵੇ ਕਿੱਥੋਂ ਬੋਲਿਆ ਬੋਲਿਆ ਨਾ ਫਿਰ ਤਰਲਾ ਕਰਦਾ ਹੈ ਕਿੱਥੇ ਰਹਿੰਦਾ ਹੈ ਅਰਦਾਸ ਕਰਦਾ ਹੈ ਤਰਲਾ ਕਰਦਾ ਕਿ ਦੱਸ ਤਾਂ ਸਹੀ ਫਿਰ ਤੂੰ ਕਿੱਥੇ ਰਹਿੰਦਾ ਜੇ ਗੁਰਦੁਆਰੇ ਮੰਦਰ ਮਸੀਤ ਸਾਰੇ ਕਿਤੇ ਲੱਭ ਲਿਆ ਤੇਰਾ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਰਹਿੰਦਾ ਫਿਰ ਤਾਂ ਉੱਧਰੋਂ ਆਵਾਜ਼ ਆਈ ਉਹਨੇ ਕੀ ਕਿਹਾ ਕਿ ਉਹ ਕਿੱਥੇ ਰਹਿੰਦਾ ਹੈ ਅੱਜ ਤੇਰੀ ਆਵਾਜ਼ ਜ਼ਿਆਦਾ ਖੁੱਲੀ ਵੀ ਹੈ ਉਹ ਕਹਿੰਦਾ ਵੇਖੀ ਨੀ ਵੇਖੀ ਅੜੀਏ ਵੇਖੀ ਨੀ ਵੇਖੀ ਅੜੀਏ ਅੰਦਰ ਬੋਲੇ ਕੌਣ ਵੇਖੀ ਨੀ ਵੇਖੀ ਅੜੀਏ ਅੰਦਰ ਬੋਲੇ ਕੌਣ ਬਾਹਰ ਜਿੰਨਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋਣ ਬਾਹਰ ਜਿੰਨਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋਣ ਆ ਵੇਖੀ ਨੀ ਵੇਖੀ ਭੈਣੇ ਵੇਖੀ ਨੀ ਵੇਖੀ ਸਕੀਏ ਅੰਦਰ ਬੋਲੇ ਕੌਣ ਬਾਹਰ ਜਿੰਨਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਘਰੇ ਤਾਂ ਹੀ ਨੀ ਬੈਠਾ ਬਾਹਰ ਜਿੰਨਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋਣ ਬਾਹਰ ਜਿੰਨਾਂ ਨੂੰ ਲੱਭਦੀਆਂ ਕਿਤੇ ਉਹੀ ਸੱਜਣ ਨਾ ਹੋਣ ਅੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਟੋਲਿਆ ਜਿੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ਮੰਦਰਾਂ ਮਸੀਤਾਂ ਵਿੱਚ ਬੜਾ ਤੈਨੂੰ ਬੋਲਿਆ ਜਿੱਥੋਂ ਆਵਾਜ਼ ਮਾਰੀ ਉੱਥੋਂ ਕੋਈ ਵੀ ਨਾ ਬੋਲਿਆ ਵੇ ਤੂੰ ਤਾਂ ਲੱਭਿਆ ਵੇ ਤੂੰ ਤਾਂ ਲੱਭਿਆ ਲੱਭਿਆ ਵੇ ਤੂੰ ਤਾਂ ਲੱਭਿਆ ਲੱਭਿਆ ਗਵਾਂਢੋ ਮੇਰੇ ਵੇ ਟਿਕਟਾਂ ਤੋਂ ਮੋੜ ਕੇ ਮੋੜ ਕੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਤੋਂ ਲੈ ਲਈ ਉਹ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਇਹਦੇ ਚ ਕੀ ਹੈ ਉਰੇ ਆ ਉਧਰ ਦੀ ਆ ਜਾ ਆ ਫੋਨ ਕੱਢ ਤੇਰਾ ਫੋਨ ਦੇ ਮੈਨੂੰ ਫੋਨ ਆ ਤਾਂ ਚਲੋ ਫੇਰ ਵੱਡਾ ਹੋ ਗਿਆ ਇਹਨੇ ਗੱਲ ਸਾਂਭ ਲੈਣੀ ਹੈ ਕਈਆਂ ਦੇ ਨਾ ਇੱਥੇ ਤੂੰ ਛੋਟਿਆਂ ਦੇ ਜੰਮਦਿਆਂ ਦੇ ਹੱਥਾਂ 'ਚ ਆਇਆ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਮੈਂ ਇਹ ਫੋਨ ਨਹੀਂ ਇਹ ਬੰਬ ਹੈ ਇਹ ਇੱਕ ਮੋਬਾਈਲ ਫੋਨ ਸੈੱਲ ਫੋਨ ਨਹੀਂ ਹੈ ਇਹ ਇੱਕ ਤੁਰਦਾ ਫਿਰਦਾ ਬੰਬ ਹੈ ਜਿਹੜਾ ਸਾਡੀਆਂ ਜੇਬਾਂ 'ਚ ਰਹਿੰਦਾ ਹੈ ਮਾਵਾਂ ਨੇ ਆਪਦੇ ਕਿਸੇ ਕੰਮ ਕਾਰ ਲਈ ਬੱਚਿਆਂ ਨੂੰ ਆਹ ਦੇਣੇ ਸ਼ੁਰੂ ਕਰਤੇ ਕਿ ਲੈ ਪੁੱਤ ਗੂਗਲ 'ਤੇ ਕਾਰਟੂਨ ਕੱਢ ਲਾ ਵੀਡੀਓ ਗੇਮਾਂ ਕੱਢ ਲਾ ਫਿਰ ਜਦੋਂ ਕੋਈ ਘਰੇ ਜਾਂਦਾ ਹੈ ਤਾਂ ਮਾਂ ਨਾ ਕਹਿੰਦੀਆਂ ਜਾ ਬਜਾ ਮਾਂ ਨਾ ਕਹਿੰਦੀਆਂ ਵੀ ਦੇਖੋ ਭਾਅ ਜੀ ਆਹ ਮੇਰਾ ਨਿਆਣਾ ਹਜੇ 2 ਸਾਲਾਂ ਦਾ ਹੈ ਮੈਨੂੰ ਨਹੀਂ ਉਹਨਾਂ ਪਤਾ ਫੋਨ ਬਾਰੇ ਜਿੰਨਾ ਇਹਨੂੰ ਪਤਾ ਹੈ ਸਾਰਾ ਕੁਛ ਹੀ ਕੱਢ ਲੈਂਦਾ ਮੈਂ ਕਿਹਾ ਭੈਣੇ ਫਿਰ ਅਜੇ ਸ਼ਾਬਾਸ਼ ਹੈ ਨਹੀਂ ਫਿੱਟੇ ਮੂੰਹ ਹੀ ਇਹ ਨਾਲੇ ਤੇਰੇ ਨਾਲ ਤੇਰੇ ਜਵਾਕ ਦੇ ਦੱਸੋ ਤਾਂ ਸਹੀ ਨਾ ਚੋ ਐਸਾ ਕਿਹੜਾ ਬਾਬੇ ਮਸਕੀਨ ਦਾ ਲੈਕਚਰ ਕੱਢ ਕੇ ਸੁਣਾਤਾ ਬੱਚੇ ਨੂੰ ਜਾਂ ਇਹਦੇ ਚੋਂ ਕਿਹੜਾ ਕੋਈ ਤਾਨਪੁਰੇ ਦੀ ਆਵਾਜ਼ ਲੈ ਕੇ ਨਾਲ ਸਿਮਰਨ ਕਰਨਾ ਸ਼ੁਰੂ ਕਰਤਾ ਇਹਦੇ 'ਚ ਹੈ ਅੱਛੀਆਂ ਚੀਜ਼ਾਂ ਵੀ ਹੈ ਇਹਦੇ 'ਚ ਪਰ ਮਾੜੀਆਂ ਬਾਹਲੀਆਂ ਸੋ ਕਰਮਾਂ ਵਾਲੀਆਂ ਮਾਵਾਂ ਹੋਣਗੀਆਂ ਜਿਹੜੀਆਂ ਆਪਣੇ ਬੱਚਿਆਂ ਤੋਂ ਦੂਰ ਰੱਖ ਲੈਣਗੀਆਂ ਪਰ ਉਹੀ ਹੋਣਗੀਆਂ ਉਹ ਜਿਹੜੀਆਂ ਅੰਮ੍ਰਿਤ ਵੇਲੇ ਆਪਦੀ ਗੋਦੀ 'ਚ ਬਿਠਾ ਕੇ ਬੱਚੇ ਨੂੰ ਸਿਮਰਨ ਕਰਾਉਂਦੀਆਂ ਜਾਂ ਨਿਤਨੇਮ ਕਰਾਉਂਦੀਆਂ ਕੋਈ ਹਰੀ ਓਮ ਦੀ ਆਵਾਜ਼ ਕਰਨੀ ਪਾਉਂਦੀਆਂ ਕੋਈ ਅੱਲਾ ਦੀ ਆਵਾਜ਼ ਕੋਈ ਵਾਹਿਗੁਰੂ ਦੀ ਕੋਈ ਗੁਰਬਾਣੀ ਪੜ੍ਹਾਉਂਦੀਆਂ ਉਹ ਮਾਵਾਂ ਕਰਮਾਂ ਵਾਲੀਆਂ ਹੈ ਆਪ ਵੀ ਔਰ ਉਹਨਾਂ ਦੇ ਬੱਚੇ ਵੀ ਹੁਣ ਯੂ ਡੋਂਟ ਮਾਇੰਡ ਇਹ ਤਾਂ ਮੈਂ ਗੱਲ ਸੁਣਾਉਣੀ ਸੀ ਪਰ ਇਹ ਮਾੜਾ ਹੈ ਜਿੱਥੋਂ ਤੱਕ ਕੋਸ਼ਿਸ਼ ਇਹ ਮਾਵਾਂ ਹੀ ਕਰ ਸਕਦੀਆਂ ਪਿਓ ਨਹੀਂ ਪਿਓ ਨੇ ਕਬੀਲਦਾਰੀ ਵੀ ਚਲਾਉਣੀ ਹੈ ਤਾਂ ਮਾਵਾਂ ਦਾ ਵੱਡਾ ਰੋਲ ਹੈ ਜਿਹੜੀਆਂ ਘਰੇ ਹੈ ਜਿਨ੍ਹਾਂ ਨੇ ਕੰਮ ਨਹੀਂ ਕਰਨੇ ਤਾਂ ਉਹ ਬੱਚਿਆਂ ਨੂੰ ਐਸਾ ਪਾਣੀ ਦੇਣ ਆਪਣੇ ਬੂਟਿਆਂ ਨੂੰ ਕਿ ਕੱਲ੍ਹ ਨੂੰ ਫਲ ਆਪ ਵੀ ਖਾਣੇ ਆ ਫਿਰ ਉਹ ਖੱਟੇ ਨਾ ਹੋਣ ਜਾਂ ਕੌੜੇ ਨਾ ਹੋਣ ਮਿੱਠੇ ਹੀ ਹੋਣ ਮਿੱਠੇ ਹੀ ਹੋਣ ਇਸ ਕਰਕੇ ਫੋਨ ਤੋਂ ਦੂਰ ਅਤੇ ਪੁੱਤਰ ਜੀ ਨੋ ਫੋਨ
ਆਪਣਾ ਪੁੱਤ ਮੰਗਦਾ ਸੀ ਨਾ ਫੋਨ ਉੱਤੇ। ਥੈਂਕ ਯੂ। ਦੋ ਲੈ ਲਈ ਵੇ ਟਿਕਟਾਂ, ਦੋ ਲੈ ਲਈ, ਦੋ ਲੈ ਲਈ ਵੇ ਭਾਈ, ਦੋ ਲੈ ਲਈ, ਦੋ ਲੈ ਲਈ ਵੇ ਟਿਕਟਾਂ, ਦੋ ਲੈ ਲਈ, ਦੋ ਲੈ ਲਈ ਵੇ ਟਿਕਟਾਂ, ਦੋ ਲੈ ਲਈ। ਪਰ ਉਹ ਲੈ ਲਈ ਫਿਰ ਭਾਵੇਂ ਦੋ ਹੀ ਲੈ ਲਈ, ਉਹਦੇ ਵਾਲੀਆਂ ਲੈ ਲਈ ਮੈਂ ਕਿਹਾ ਦੋ ਲੈ ਲਈ, ਬਾਬੇ ਵਾਲੀਆਂ ਲੈ ਲਈ ਮੈਂ ਕਿਹਾ ਦੋ ਲੈ ਲਈ, ਬਾਬੇ ਵਾਲੀਆਂ ਲੈ ਲਈ ਮੈਂ ਕਿਹਾ ਦੋ ਲੈ ਲਈ। ਮੈਂ ਜਿੱਥੇ ਚੱਲੇਗਾ 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 ਆ ਜਾ ਜੋ ਅਗਲਾ। ਇਹ ਛੱਲਾ ਨਾ ਉਹਨੂੰ ਖੇਵੇ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਔਰ ਇਕੱਲੇ ਮੁੰਡੇ ਹੀ ਦੇਵੇ ਕੁੜੀਆਂ ਦੇਵੇ ਹੀ ਨਾ, ਮਰ ਜਾਓ ਛੜੇ ਸਾਰੇ। ਆ ਅੱਜ ਕੱਲ੍ਹ ਇਹ ਹੈ, ਇਹ ਵੀ ਦੋ ਚਿਹਰਿਆਂ ਦੀ ਬਾਤ ਹੀ ਹੈ। ਮੇਰੇ ਵਰਗਾ ਸਟੇਜਾਂ 'ਤੇ ਖੜ ਖੜ ਕੇ ਬਹੁਤ ਬੋਲਦਾ ਕਿ ਭਾਈ ਕਿ ਮੁੰਡਾ ਅਤੇ ਕੁੜੀ ਬਰਾਬਰ ਹੀ ਹੈ, ਪਰ ਜਦੋਂ ਜੇ ਮੇਰੇ ਵਰਗੇ ਤੋਂ ਪਹਿਲਾਂ ਦੋ ਕੁੜੀਆਂ ਹੋ ਜਾਣ ਨਾ ਵਿਆਹ ਤੋਂ ਬਾਅਦ, ਜਦੋਂ ਤੀਜਾ ਨਿਆਣਾ ਆਉਣ ਵਾਲਾ ਹੁੰਦਾ ਗੱਲ 'ਚ ਫਾਹਾ ਪਾਈ ਬੈਠੇ ਹੁੰਦੇ, ਜੇ ਕੁੜੀ ਹੋ ਗਈ ਮਰਾਂਗੇ ਸਾਰੇ। ਨਹੀਂ ਵਿੱਚ ਕੋਈ ਹੈ ਜਾਗਦੇ ਜਿਹੜੇ ਕਿਸੇ ਦੇ ਲੜ ਲੱਗੇ ਹੋਏ ਆ, ਉਹਨਾਂ ਨੂੰ ਨਹੀਂ ਫਰਕ ਲੱਗਦਾ, ਪਰ ਬਹੁਤੇ 100 'ਚ 99 ਐਸੇ ਹੀ ਹੈ। ਪਹਿਲਾਂ ਮੁੰਡਾ ਹੋ ਜਾਵੇ ਫਿਰ ਭਾਵੇਂ ਦੋ ਕੁੜੀਆਂ ਹੋ ਜਾਣ, ਫਿਰ ਨਹੀਂ ਫਰਕ ਪੈਂਦਾ, ਇਹ ਸਾਡੇ ਪੰਜਾਬੀਆਂ ਦੇ ਸੁਭਾਅ 'ਚ ਹੈ। ਪਰ ਨਹੀਂ ਭਾਈ, ਮੈਂ ਤਾਂ ਕਹਿੰਦਾ ਧੀਆਂ ਪਹਿਲਾਂ ਦੇਵੇ, ਪੁੱਤ ਬਾਅਦ 'ਚ ਦੇਵੇ। ਜਿਹੜੇ ਘਰ 'ਚ ਧੀ ਹੈ, ਇਹ ਕਿਤਾਬੀ ਗੱਲਾਂ ਨਹੀਂ ਹੈ, ਇਹ ਭਾਵ ਹੈ ਸੱਚੀ ਉਹਨਾਂ ਪਰਿਵਾਰਾਂ ਦੇ। ਜਿਨ੍ਹਾਂ ਘਰਾਂ 'ਚ ਧੀਆਂ ਉਹਨਾਂ 'ਚ ਬਰਕਤਾਂ ਹੈ, ਉਹਨਾਂ 'ਚ ਰਿਸ਼ਤਿਆਂ ਦਾ ਪਤਾ ਹੈ ਕਿ ਕਿਹਦੇ ਨਾਲ ਕਿਵੇਂ ਵਰਤਣਾ ਹੈ, ਕਿਉਂਕਿ ਆਪਦੇ ਘਰੇ ਆ ਨਾ। ਹੁਣ ਜਦੋਂ ਮੈਂ ਮੇਰੇ ਘਰੇ ਮੇਰੀ ਜਵਾਨ ਭੈਣ ਹੈ, ਤਾਂ ਮੈਂ ਘਰੋਂ ਬਾਹਰ ਨਿਕਲ ਕੇ ਫਿਰ ਕਿਸੇ ਇੰਨੀ ਕੋਈ ਮੈਂ ਪਰਾਏ ਤਨ ਨੂੰ ਕੋਈ ਮਾੜੀ ਅੱਖ ਨਾਲ ਨਹੀਂ ਦੇਖੂੰਗਾ, ਕਿਉਂਕਿ ਮੇਰੀ ਭੈਣ ਮੇਰੇ ਯਾਦ ਹੈ ਕਿ ਘਰੇ ਹੈ। ਅੱਜ ਮੈਂ ਐਸਾ ਕਰਮ ਬੀਜ ਰਿਹਾ, ਕੱਲ੍ਹ ਨੂੰ ਮਾਲਕ ਨੇ ਉਹਦੇ ਥਰੂ ਉਹ ਪੂਰਾ ਕਰ ਦੇਣਾ। ਇਸ ਕਰਕੇ ਇਹ ਤਾਂ ਇਸ ਪ੍ਰੋਪਰਟੀ ਦਾ ਕੋਈ ਮੁੱਲ ਹੀ ਨਹੀਂ ਹੈ। ਧੀ ਰੱਬ ਸਾਰਿਆਂ ਨੂੰ ਦੇਵੇ ਨਾ ਭਾਈ, ਹਾਂ ਦੇਵੇ। ਆ ਜਾਓ ਛੱਲਾ, ਪੰਜਾਬ ਦਾ ਲੋਕ ਗੀਤ ਛੱਲਾ। ਬਲ ਸਾਹਿਬ ਬਾਬੇ ਬਹਿ ਕੇ ਸੁਣ ਲਓ ਮਾੜਾ ਮੋਟਾ ਕੋਈ। ਇਹ ਭਾਈ ਸਾਡੇ ਪ੍ਰਮੋਟਰ ਹੈ, ਇਹ ਸਾਰੇ ਪ੍ਰੋਗਰਾਮ ਦਾ ਪੰਗਾ ਇਹਨਾਂ ਨੇ ਲਿਆ, ਪਰ ਇਹਨਾਂ ਦਾ ਬਹੁਤ ਸੋਹਣੇ ਤਰੀਕੇ ਨੇਪਰੇ ਚੜ ਗਿਆ। ਵਧਾਈਆਂ ਦੇ ਦਿਆਂ। ਵਧਾਈਆਂ ਦੇ ਪਾਤਰ ਮੇਰੇ ਸਾਥੀ ਔਰ ਇਹ ਸਾਰੇ ਲੋਕ ਨੇ ਜਿਹੜੇ ਸਾਡੇ ਸੱਦੇ 'ਤੇ ਥੋੜ੍ਹੇ ਸਮੇਂ 'ਚ ਇੱਥੇ ਆਏ ਆ, ਅਤੇ ਵਧਾਈ ਦੇ ਪਾਤਰ ਤੁਸੀਂ ਹੋ ਜਿਹੜੇ ਇਹਨਾਂ ਨੂੰ ਖਿੱਚ ਸਕੇ ਜੀ। ਓ ਵਾਹਿਗੁਰੂ। ਲਾ ਦਿਓ ਜੀ ਛੱਲਾ। ਆ ਜਿਹੜੇ ਬਾਹਰ ਜਾਂਦੇ ਆ ਇਹਨਾਂ ਨੂੰ ਕੁੰਡੀ ਲਾ ਦਿਓ, ਅੰਦਰ ਨਾ ਆਉਣ ਦਿਓ। ਸੁਸੂ ਕਰਨ ਵਾਲੇ ਥੋੜੇ ਆ, ਪੈਗ ਲਾਉਣ ਵਾਲੇ ਬਾਲੇ ਆ। ਤਾਂ ਹੀ ਨਾ ਜਿਹੜੇ ਮੇਰੇ ਵਰਗੇ ਹੁੰਦੇ ਆ, ਇਹਨਾਂ ਦਾ ਕੰਮ ਜਿਹਾ 3-4 ਸਾਲ ਹੀ ਚੱਲਦਾ, ਖੜ ਜਾਂਦਾ। ਹੱਸਦਾ ਭਾਈ ਮੇਰਾ, ਇੱਦਾਂ ਹੀ ਰੌਲਾ ਭਰਾਵਾ ਹੈ। ਇਹ ਤੁਹਾਡੇ ਕੈਨੇਡਾ ਤੋਂ ਸ਼ੁਰੂ ਹੋਇਆ ਸੀ, ਇੱਥੇ ਆਇਆ ਸੀ ਪਹਿਲੀ ਵਾਰੀ, ਤਾਂ ਉਹ ਆਹੀ ਹਾਲ ਸੀ ਉਦੋਂ। ਤਾਂ ਮੇਰੇ ਖਿਆਲ 'ਚ 3 ਤਰੀਕ ਦਾ ਪ੍ਰੋਗਰਾਮ ਸੀ ਕੋਈ, ਉਹ ਮੇਰੇ ਸ਼ਾਇਦ ਮੈਂ ਜੇ ਨਾ ਭੁੱਲਦਾ ਹਾਂ 3 ਹੀ ਸੀ ਨਾ। ਤਾਂ ਇੱਥੋਂ ਹੀ ਉੱਠ ਕੇ ਗਏ 4-5 ਪਹਿਲੇ ਗੀਤ 'ਚ ਇਸ਼ਕ ਬੁੱਲੇ ਨੂੰ ਜਾਵੇ। ਮਹਾਂ ਯਾਰ ਮੈਂ ਕਿਹਾ ਟਿਕਟਾਂ ਲੈ ਕੇ ਆਏ ਆ ਇਹ ਪਿਆਰ ਨੂੰ ਆਏ ਹੋਣਗੇ, ਇਹਨਾਂ ਨੂੰ ਚੰਗਾ ਨਹੀਂ ਲੱਗਿਆ। ਉਹ 10 ਮਿੰਟਾਂ ਬਾਅਦ ਫਿਰ ਮੁੜਿਆ, ਫਿਰ ਦਊਗੀ ਜੇ ਉੱਧਰ ਉੱਠ ਖੜੀ। ਉਹ ਜਦੋਂ ਤੀਜੇ ਜਾ ਕੇ ਮੁੜ ਕੇ ਆਏ ਨਾ, ਫਿਰ ਮੈਨੂੰ ਕਹਾਣੀ ਸਮਝ ਆਈ ਕਿ ਰੌਲਾ ਕੀ ਹੈ, ਇਹ ਕਿੱਥੇ ਜਾਂਦੇ ਆ।
ਤਾਂ ਫਿਰ ਤਾਂ ਸਾਰੇ ਮੁਲਕਾਂ 'ਚ ਜਾਇਆ ਹੁਣ ਮੈਂ ਸਾਰੇ ਆਹੀ ਕੁਛ ਹੈ ਪਰ ਇਸ ਚੀਜ਼ ਨੇ ਮੇਰਾ ਕੰਮ ਬੜਾ ਸੌਖਾ ਕਰਤਾ ਮੈਨੂੰ ਇੱਥੇ ਪੱਤਰਕਾਰ ਜਾਨ ਖਾ ਲੈਂਦੇ ਸੀ ਮੇਰੀ ਕਿ ਜੀ ਪੰਜਾਬ 'ਚ ਨਸ਼ਾ ਬਹੁਤ ਹੈ ਅਮਰੀਕਾ ਖਾਸ ਕਰਕੇ ਬਹੁਤ ਖਾਧੀ ਮੇਰੀ ਜਾਨ ਪਹਿਲੇ ਦਿਨ ਮੈਂ ਗਿਆ ਜੇ ਕੋਈ ਨਹਾਤਾ ਨਹੀਂ ਧੋਤਾ ਨਹੀਂ ਸਿੱਧਾ ਜਹਾਜ਼ 'ਚ ਉਤਰਿਆ ਬਾਈ ਦਿਲਜੀਤ ਹੋਰਾਂ ਨੇ ਕਾਨਫਰੰਸ ਰੱਖ ਲਈ ਉੱਥੇ ਜਾਣ ਸਾਰੀ ਕਹਿੰਦੇ ਜੀ ਪੰਜਾਬ 'ਚ ਨਸ਼ੇ ਬਹੁਤ ਹੈ ਮੈਂ ਯਾਰ ਗੱਲ ਸੁਣ ਆਹ ਤੁਹਾਡੇ ਮਗਾ ਇੱਥੇ ਮੈਂ ਜਿਹਦੇ ਜਿਹਦੇ ਵੀ ਗਿਆ ਬਾਹਰਲੇ ਮੁਲਕਾਂ 'ਚ ਸਾਰਿਆਂ ਦੇ ਘਰੇ ਉਹ ਸ਼ੀਸ਼ੇ ਦੇ ਰੱਖਣੇ 'ਚ ਮੈਂ ਕਿਹਾ ਵੀਹ ਪਈਆਂ ਹੈ ਮੈਂ ਤੁਹਾਨੂੰ ਕਦੇ ਕੁਛ ਆਖਿਆ ਆਹ ਬਾਪੂਆਂ ਨੂੰ ਪੁੱਛ ਲਓ ਸਾਡੇ ਪਿੰਡਾਂ 'ਚ ਹੁਣ ਵੀ ਇੱਕ ਠੇਕਾ ਹੀ ਹੈ ਜੇ ਸਾਰੇ ਪਿੰਡ ਇੱਥੇ ਘਰ ਘਰ ਠੇਕਾ ਜਿੰਨੀਆਂ ਕੁ ਸਾਡੇ ਪਿੰਡ ਵਾਲੇ ਕੇਵਲ ਕੋਲ ਪਈਆਂ ਹੁੰਦੀਆਂ ਸੰਤਰੇ ਦੀਆਂ ਓਨੀਆਂ ਕੁ ਤਾਂ ਇੱਥੇ ਇੱਕ ਘਰੇ ਪਈਆਂ ਤਾਂ ਇਹ ਭਰਾਵੋ ਸਾਰੇ ਕਿਤੇ ਹੀ ਹੈ ਬਸ ਰੌਲਾ ਸਾਡੀ ਨੀਅਤ 'ਤੇ ਹੈ ਜੇ ਸਾਨੂੰ ਯਾਦ ਹੈ ਨਾ ਕਿ ਸਾਡੇ ਮਾਂ ਬਾਪ ਔਰ ਸਾਡੀ ਸੰਸਕ੍ਰਿਤੀ ਸਾਡੇ ਗੁਰੂ ਪੀਰ ਸਾਡਾ ਧਰਮ ਸਾਡੇ ਅੰਦਰ ਇਹ ਵਾਸ ਕਰਦਾ ਤਾਂ ਫਿਰ ਉਹ ਇਹੋ ਜਿਹੀਆਂ ਲਾਹਨਤਾਂ ਤੋਂ ਪਾਸੇ ਰਹਿੰਦੇ ਹੈ ਇਹ ਮਾੜੀਆਂ ਔਰ ਚੰਗੀਆਂ ਚੀਜ਼ਾਂ ਹਰ ਇੱਕ ਥਾਂ 'ਤੇ ਪਹੁੰਚਣੀਆਂ ਰੌਲਾ ਫਿਰ ਸਾਡੀ ਚੇਤਨਾ 'ਤੇ ਖੜਾ ਕਿ ਅਸੀਂ ਕਿਹੜੀਆਂ ਕਿਹੜੀਆਂ ਲੈਣੀਆਂ ਕਿਹੜੀਆਂ ਕਮੀਆਂ ਮੇਰੇ 'ਚ ਬਹੁਤ ਹੋਣਗੀਆਂ ਫਰੋਲਣ ਵਾਲੇ ਮੇਰੀਆਂ ਬਹੁਤ ਫਰੋਲੀ ਜਾਂਦੇ ਆ ਪਰ ਬਸ ਬੇਨਤੀ ਇੱਕੋ ਹੀ ਇੱਕ ਵਾਰ ਚੰਗੀਆਂ ਚੰਗੀਆਂ ਲੈ ਲੈਣਾ ਬਾਬਾ ਚੰਗੀਆਂ ਚੰਗੀਆਂ ਲੈਣਾ ਜੇ ਮੈਂ ਬ੍ਰਹਮ ਗਿਆਨੀ ਹੁੰਦਾ ਜਾਂ ਕੋਈ ਸੰਤ ਹੁੰਦਾ ਤਾਂ ਫਿਰ ਬਾਬਾ ਮੈਂ ਕਰੋੜਾਂ ਰੁਪਈਆ ਲੈ ਕੇ ਇੱਦਾਂ ਵਪਾਰ ਥੋੜ੍ਹਾ ਕਰਦਾ ਤਾਂ ਗਵਾਈਆ ਇੱਕ ਗਵਾਈਆ ਹੀ ਬਣਾ ਕੇ ਰੱਖ ਕੇ ਗਾਉਣ ਵਾਲਾ ਤੂੰ ਬਾਪ ਦਾ ਕੰਮ ਕਰਦੇ ਤੁਰ ਜਾ ਪਰ ਇੱਥੇ ਪਤਾ ਨਹੀਂ ਕੀ ਇੱਦਾਂ ਚਲੋ ਆਓ ਛੱਲਾ ਮੈਂ ਕਰਦੀ ਹੀਰੇ ਜਾਂਦੀ ਵਾਰ ਦੀ ਗੱਲ ਕੀ ਹੈ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਨੀ ਤੁਰ ਜਾਏਗੀ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਤੋਰਨਗੇ ਭੈਣਾ ਵੀਰੇ ਨੀ ਤੇਰੇ ਬੰਨ ਕੇ ਸ਼ਗਨ ਕਲੀਰੇ ਨੀ ਇੱਕ ਦਿਨ ਤੁਰ ਜਾਏਗੀ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਸਦਾ ਨਾ ਬੈਠੀ ਰਹਿਣਾ ਨੀ ਪੇਕੇ ਦੇਣੇ ਪੈਣੇ ਖਸਮ ਨੂੰ ਲੇਕੇ ਨੀ ਸਦਾ ਨਾ ਬੈਠੀ ਰਹਿਣਾ ਨੀ ਪੇਕੇ ਦੇਣੇ ਪੈਣੇ ਖਸਮ ਨੂੰ ਲੇਕੇ ਬੜੇ ਮਾਮਲੇ ਭੀੜੇ ਇਹ ਉਹ ਬਾਤ ਆ ਉੱਥੇ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਜਾਣਗੇ ਇਹ ਉਹ ਮਾਮਲੇ ਆ ਜੀ ਬੜੇ ਮਾਮਲੇ ਭੀੜੇ ਨੀ ਇੱਕ ਦਿਨ ਤੁਰ ਜਾਏਗੀ ਖਾਲੀ ਹੱਥੀਂ ਆਈ ਤੇ ਖਾਲੀ ਮੁੜ ਜਾਏਗੀ ਮੈਂ ਕਰਦੀ ਇੱਥੋਂ ਖਾਲੀ ਹੀ ਮੁੜ ਜਾਣਾ ਬਾਬਾ ਇੱਥੇ ਕੋਈ ਨਹੀਂ ਐਸਾ ਜਿਹੜਾ ਕੁਛ ਲੈ ਕੇ ਆਇਆ ਹੋਵੇ ਔਰ ਨਾਲ ਜਾਣ ਲੱਗਿਆ ਕੁਛ ਲੈ ਜੇ ਇਕੱਲੇ ਹਰੀ ਦੇ ਨਾਮ ਤੋਂ ਬਿਨਾਂ ਉਹ ਬਾਹਰ ਦਾ ਨਹੀਂ ਹੈ ਉਹ ਅੰਦਰ ਹੀ ਹੈ ਕੋਈ ਚੀਜ਼ ਕੋਈ ਬਣਾਉਣੀ ਚੀਜ਼ ਮਾੜੀ ਗੱਲ ਨਹੀਂ ਹੈ ਬਹੁਤ ਸੋਹਣੇ ਘਰਾਂ 'ਚ ਰਹੋ ਮੁਬਾਰਕਾਂ ਤੁਹਾਨੂੰ ਅੱਛੀਆਂ ਕਾਰਾਂ 'ਚ ਰਹੋ ਵਧੀਆ ਗੱਲ ਹੈ ਪਰ ਬਾਬਾ ਇੱਕ ਗੱਲ ਯਾਦ ਰੱਖੀ ਕਿ ਨਾਲ ਨਹੀਂ ਜਾਣੀਆਂ ਇਸ ਕਰਕੇ ਇਹਨਾਂ 'ਤੇ ਬਹੁਤ ਟਾਈਮ ਖਰਾਬ ਨਾ ਕਰੀ ਥੋੜ੍ਹੇ ਤੋਂ ਥੋੜ੍ਹੇ ਟਾਈਮ ਜਿੰਨਾ ਕੁ ਬਣ ਜਾਏ ਬਸ ਉਸ ਤੋਂ ਬਾਅਦ ਆਪਦਾ ਕੰਮ ਕਰਕੇ ਜਾਈ ਜਦ ਉਹਦੇ ਘਰ ਤੋਂ ਆਈਆਂ ਚਿੱਠੀਆਂ ਪਾ ਬੰਦਿਆ ਮੇਰੇ ਤੇ ਮਿੱਟੀਆਂ ਜਦ ਉਹਦੇ ਘਰ ਤੋਂ ਆਈਆਂ ਚਿੱਠੀਆਂ ਪਾ ਬੰਦਿਆ ਮੇਰੇ ਤੇ ਮਿੱਟੀਆਂ ਰੋਵਣਗੇ ਯਾਰ ਜਗੀਰੇ ਰੋਵਣਗੇ ਯਾਰ ਜਗੀਰੇ ਨੀ ਇੱਕ ਦਿਨ ਤੁਰ ਜਾਏਗੀ ਖਾਲੀ ਹੱਥੀਂ ਆਈ ਤੇ ਖਾਲੀ ਮੁੜ ਜਾਏਗੀ ਨੀ ਕੀ ਖੱਟਿਆ ਮੈਂ ਕਰਦੀ ਹੀਰੇ ਨੀ ਇੱਕ ਦਿਨ ਤੁਰ ਜਾਏਗੀ ਵੇ ਬਾਬਾ ਆਪਾਂ ਕੀ ਲੈਣਾ ਛੱਡ ਆਪਾਂ ਕੀ ਲੈਣਾ ਗਾਵੇ ਆਪਾਂ ਕੀ ਲੈਣਾ ਢੋਲ ਵਜਾਵੇ ਆਪਾਂ ਕੀ ਲੈਣਾ
ਸਾਰਾ ਬੱਤੇ ਵਛੱਲਾ ਨੋ ਨੋ ਔਖੇ ਵੇ ਵਛੱਲਾ ਨੋ ਨੋ ਔਖੇ ਵੇ ਵਛੱਲਾ ਨੋ ਨੋ ਔਖੇ ਵੇ ਵੇ ਪੁੱਤਰ ਮਿੱਠੜੇ ਅੰਮੇ ਵੇ ਵੇ ਪੁੱਤਰ ਮਿੱਠੜੇ ਅੰਮੇ ਵੇ ਵੇ ਮਾਲਕ ਸਭ ਨੂੰ ਉੱਤੇ ਵੇ ਮਾਲਕ ਸਭ ਨੂੰ ਉੱਤੇ ਵੇ ਵੇ ਪੁੱਤਰ ਮਿੱਠੜੇ ਅੰਮੇ ਵੇ ਵੇ ਮਾਲਕ ਸਭ ਨੂੰ ਉੱਤੇ ਵੇ ਵੇ ਮਾਲਕ ਸਭ ਨੂੰ ਉੱਤੇ ਵੇ ਵੇ ਮਾਲਕ ਸਭ ਨੂੰ ਉੱਤੇ ਵੇ ਵੇ ਧੀਆਂ ਸਭ ਨੂੰ ਉੱਤੇ ਵੇ ਵੇ ਧੀਆਂ ਸਭ ਨੂੰ ਉੱਤੇ ਵੇ ਵੇ ਭੈਣਾਂ ਸਭ ਨੂੰ ਉੱਤੇ ਵੇ ਵੇ ਭੈਣਾਂ ਸਭ ਨੂੰ ਉੱਤੇ ਵੇ ਵੇ ਪੁੱਤਰ ਮਿੱਠੜੇ ਅੰਮੇ ਵੇ ਤੇ ਗੱਲ ਸੁਣ ਛੱਲਿਆ ਅਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ ਪਈਏ ਗਰਜਾਂ ਤੀ ਮਾਰੀ ਵੇ ਦੁਨੀਆਂ ਗਰਜਾਂ ਤੀ ਮਾਰੀ ਓਏ ਰਿਸ਼ਤੇਦਾਰੀ ਨਾ ਯਾਰੀ ਰਿਸ਼ਤੇਦਾਰੀ ਨਾ ਯਾਰੀ ਵੇ ਦੁਨੀਆਂ ਗਰਜਾਂ ਤੀ ਮਾਰੀ ਵੇ ਰਿਸ਼ਤੇਦਾਰੀ ਨਾ ਯਾਰੀ ਵੇ ਰਿਸ਼ਤੇਦਾਰੀ ਨਾ ਯਾਰੀ ਵੇ ਦੁਨੀਆਂ ਗਰਜਾਂ ਤੀ ਮਾਰੀ ਭਾਈ ਦੁਨੀਆਂ ਉਹ ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ ਤੇ ਦੁੱਖਾਂ ਵੇਲੇ ਕੋਈ ਕੋਈ ਖੜਦਾ ਉਹ ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ ਉਹ ਦੁਨੀਆਂ ਗਰਜਾਂ ਮੇਰੀ ਮਾਂ ਨਾ ਇਹ ਗੱਲਾਂ ਆਪਾਂ ਸਾਰਿਆਂ ਨੇ ਹੰਡਾਈਆਂ ਕਿ ਸੁੱਖਾਂ ਦੀਆਂ ਹੀ ਬਾਤਾਂ ਹੈ ਰੌਣਕਾਂ ਸੁੱਖਾਂ ਦੀਆਂ ਹੀ ਹੈ ਜਦੋਂ ਕੋਈ ਮਾੜੀ ਮੋਟੀ ਔਖੀ ਘੜੀ ਆ ਗਈ ਤਾਂ ਬੀ ਨਾਸ ਨਹੀਂ ਖੜਦਾ ਨਹੀਂ ਬਾਬਾ ਕੋਈ ਸੱਚ ਤਾਂ ਇਹੀ ਹੈ ਕਿ ਕੋਈ ਟਾਵਾਂ ਟਾਵਾਂ ਕੋਈ ਟਾਵਾਂ ਟਾਵਾਂ ਯਕੀਨ ਕਰੋ ਮੈਂ ਬੜੀ ਗਰੀਬੀ ਦੇਖੀ ਹੈ ਪੈਸੇ ਪੱਖੋਂ ਆ ਮੇਰਾ ਕੰਮ ਜਾਂ 2013 ਤੋਂ ਬਾਅਦ ਹੀ ਚੱਲਿਆ ਉਦੋਂ ਪਹਿਲਾਂ ਸਾਡੇ ਘਰੇ ਚਕਾਠਾਂ ਲਾ ਕੇ ਅਤੇ ਵਿੱਚ ਪੱਲੀਆਂ ਲੱਗੀਆਂ ਸੀ ਬਾਰੀਆਂ ਨਹੀਂ ਲੱਗੀਆਂ ਸੀ ਪੱਲੀਆਂ ਹੀ ਲੱਗੀਆਂ ਸੀ ਮੇਰੇ ਪਿਓ ਨੇ ਉਹ ਜਦੋਂ ਠੰਡ ਆਉਂਦੀ ਸੀ ਤਾਂ ਪੱਲੀਆਂ ਲਾ ਲਈਆਂ ਸੀ ਆ ਜਦੋਂ ਮੇਰੇ ਗੀਤ ਜੇ ਚੱਲ ਪਏ ਅੱਧੀਆਂ ਰਿਸ਼ਤੇਦਾਰੀਆਂ ਦਾ ਮੈਨੂੰ ਪਤਾ ਹੀ ਹੋਣ ਲੱਗਿਆ ਉਹ ਕੋਈ ਤਾਂ ਆਵੇ ਮੇਰੀ ਮਾਂ 2005 ਤੋਂ ਲੈ ਕੇ ਕੈਂਸਰ ਦੀ ਪੇਸ਼ੈਂਟ ਸੀ ਹਾਂ ਮੈਂ ਉਦੋਂ ਯੂਨੀਵਰਸਿਟੀ ਪੜ੍ਹਦਾ ਸੀ ਤਾਂ ਉੱਥੇ ਮੇਰੇ ਭਾਪੇ ਦਾ ਸੁਨੇਹਾ ਆਇਆ ਸੀ ਯਾਰ ਤੇਰੀ ਮਾਂ ਨੂੰ ਕੈਂਸਰ ਹੋ ਗਿਆ ਚੈੱਕ ਕਰਾਇਆ ਕੋਈ ਇੱਕ ਤਾਂ ਹੋਵੇ ਜਿਹੜਾ ਆਵੇ ਆ ਹੁਣ ਜਦੋਂ ਗਾਣੇ ਚੱਲ ਪਏ ਤਾਂ 2014 ਤੋਂ ਫੋਨ ਆਉਂਦੇ ਆ ਕਮਰਪਾਲ ਮੈਂ ਤੇਰੀ ਭਾਈ ਰੂਪੇ ਵਾਲੀ ਮਾਮੀ ਬੋਲਦੀ ਹੈ ਮੈਂ ਕਿਹਾ ਮਾਮੀ ਬਹੁਤ ਲੇਟ ਬੋਲੀ ਹੈ ਤਾਂ ਯਾਰ ਇਹ ਸੱਚ ਹੈ ਇਹ ਮਾਇਆ ਨਗਰੀ ਹੈ ਇੱਥੇ ਯਾਰ ਬਸ ਜਿਹਦੀ ਕੋਠੀ ਦਾਣੇ ਹਨ ਉਹਦੇ ਕਮਲੇ ਵੀ ਸਿਆਣੇ ਹੈ ਪਰ ਸਵਾਦ ਇਹੀ ਹੈ ਕਿ ਜੇ ਇੱਕ ਬਾਹਰਲੇ ਮੁਲਕ ਬੈਠਾ ਭਰਾ ਇੱਕ ਉੱਥੇ ਜੇ ਕੋਈ ਗਰੀਬੀ ਹੰਢਾ ਰਿਹਾ ਤਾਂ ਸਵਾਦ ਇਹੀ ਹੈ ਕਿ ਜਾ ਕੇ ਡੋਲਦੇ ਨਾ ਉਹਦੇ 'ਤੇ ਸਾਰੇ ਕਿ ਤੂੰ ਮੇਰੇ ਨਾਲ ਦਾ ਜੰਮਿਆ ਹੈ ਇੱਕ ਕੁੱਖ 'ਚੋਂ ਆਏ ਹਾਂ ਆਪਾਂ ਸਵਾਦ ਫਿਰ ਆ ਜੇ ਭਰਾ ਭਰਾ ਨਾਲ ਖੜਦਾ ਹੈ ਅੱਜ ਕੱਲ੍ਹ ਤਾਂ ਉਹ ਬਾਬੇ ਵਾਲੀਆਂ ਸੱਚੀਆਂ ਹੁੰਦੀਆਂ ਉਹ ਕਹਿ ਕੇ ਗਿਆ ਸੀ ਕਿ ਕਲਯੁੱਗ 'ਚ ਪਹਿਲੇ ਖੂਹ ਦਾ ਪਾਣੀ ਤੀਜੇ ਨੂੰ ਲੱਗਿਆ ਕਰੂਗਾ ਬਾਬਾ ਬੋਲ ਕੇ ਗਿਆ ਸੀ ਕਿ ਪਹਿਲੇ ਖੂਹ ਦਾ ਪਾਣੀ ਤੀਜੇ ਨੂੰ ਲੱਗੂਗਾ ਲੱਗੀ ਜਾਂਦਾ ਬਾਬਾ ਲੱਗੀ ਜਾਂਦਾ ਹੈ ਇਸ ਕਰਕੇ ਜਿਨ੍ਹਾਂ ਨੇ ਸਮਝ ਲਿਆਣਾ ਤਾਂ ਹੀ ਤਾਂ ਕਹਿੰਦੇ ਆ ਕਲਯੁੱਗ 'ਚ ਗੁਰੂ ਦੀ ਮੱਤ ਜ਼ਰੂਰੀ ਹੈ ਸਾਰਾ ਦਿਨ ਉਹਨੂੰ ਆਪਦੇ ਵਿਚਾਰਾਂ ਦੇ ਨਾਲ ਆਪਦੀ ਸੋਚ ਦੇ ਨਾਲ ਆਪਦੇ ਕੰਮਾਂ ਦੇ ਨਾਲ 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 ਰੱਖ ਚੰਗਾ ਰਹੇਗਾ ਨਹੀਂ ਤਾਂ ਮਾਇਆ ਨੇ ਇੰਨੇ ਕੁ ਪਵਾੜੇ ਪਾ ਰੱਖੇ ਆ ਦੁਸ਼ਮਣੀਆਂ ਨਿੰਦਿਆ ਚੁਗਲੀ ਪ੍ਰੇਮ ਰਾਗ ਦਵੇਸ਼ ਪਤਾ ਨਹੀਂ ਕੀ ਕੀ ਲੱਲੇ ਪਵੇ ਅੰਦਰ ਗੰਦਾ ਹੋ ਗਿਆ ਔਰ ਇੱਥੇ ਮਾਲਕ ਨੇ ਆਉਣਾ ਸਾਡੇ ਘਰੇ ਸਾਡੇ ਦੁਨਿਆਵੀ ਪ੍ਰਾਹੁਣੇ ਨੇ ਆਉਣਾ ਹੋਵੇ ਤਾਂ ਬੀਬੀਆਂ ਨੂੰ ਪੁੱਛ ਕੇ ਦੇਖੋ ਸਾਰਾ ਘਰ ਲਿਸ਼ਕਾ ਦਿੰਦੀਆਂ
कि भाई अज साडे जवाई ने साडे प्रौणे ने आना है ते सरी वाले सुन के भाई इत्थे भी एक प्रौणे ने आना है अंदर जिहड़ा गंद पै रहा ना घरे रखने च भी रख रखियां वह गंद ही पा रही है बाबा और जो भी किसी की बह के तीजे की गल करनी जां कोई होर लल्ला पप्पा जो भी है धर्मां दे नां ते लड़ना लोकां जो करना गड़बड़ करनी तां इह सारा अंदर गंद पाउण वाला सौदा है बच के रहना है इत्थे डंगर वाले बहुत फिरदे आ बच के बचूगा उही बच जिहदे पल्ले गुरु का नाम है ओ छल्ला दुनिया ओ दारी वे पईया गरजा बीमारी वे दुनिया गरजा बीमारी वे रिश्तेदारी ना यारी रिश्तेदारी ना यारी वे छल्या करना ओ तावे वे जिंदड़ी मुकदी जावे पैंदा आशकां दे वेड़े अद्धी राती पैंदा आशकां दे वेड़े ओ गिद्दा तेरे इश्क दा अद्धी राती पैंदा आशकां दे वेड़े ओ गिद्दा तेरे इश्क दा वाहिगुरु जी का खालसा वाहिगुरु जी की फतेह ਬਿੱਲੂ ਵੀਰ ਜੀ ਫਤਿਹ ਸਰਬੱਤ ਨਗਰ ਨਿਵਾਸੀਆਂ ਨੂੰ ਕੌਮਸ਼ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਭਾਈ ਕਿ ਆਸ਼ਕਾਂ ਦੇ ਗਿਰਦੇ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਅਤੇ ਜਿਸ ਕਿਸੇ ਮਾਈ ਭਾਈ ਨੇ ਇਸ ਗਿਰਦੇ 'ਚ ਹਿੱਸਾ ਲੈਣਾ ਖੁੱਲ੍ਹਾ ਸੱਦਾ ਜੀ ਆਇਆਂ ਨੂੰ ਤਾਰ ਤੁੰਬੇ ਵਾਲੀ ਤੁੰਬੇ ਵਾਲੀ ਤਾਰ ਤੁੰਬੇ ਵਾਲੀ ਬਾਬਾ ਜਦੋਂ ਛੇੜੇ ਤਾਰ ਤੁੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇਲੇ ਉਹ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇਲੇ ਤੁੰਬੇ ਵਾਲੀ ਬਾਬਾ ਜਦੋਂ ਛੇੜੇ ਹਾਇਆ ਵੇ ਤਾਰ ਤੁੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਤਾਂ ਲੱਗੀਆਂ ਦੇ ਕਰਦਾ ਨਵੇੜੇ ਉਹ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਕਿੱਦਾਂ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕੇ ਦਾ ਨੱਚੇ ਸੱਜਣਾ ਤੂੰ ਹੈ ਨੱਚੇ ਸੋਹਣਿਆ ਤੂੰ ਹੈ ਹੁਣ ਉਹਦੇ ਬਾਬਾ ਪਿੱਛੇ ਹੋ ਹੋਰ ਦੇਵਾਜ ਬਨ ਗੇੜੇ ਨੱਚੇ ਸੱਜਣਾ ਤੂੰ ਮਾਂ ਕਹਿੰਦੀ ਹੈ ਮਾਂ ਧੀ ਨੂੰ ਕਹਿੰਦੀ ਹੈ ਕਲਯੁਗ ਹੈ ਧੀ ਨੂੰ ਇੱਕ ਮੱਤ ਦਿੰਦੀ ਹੈ ਇੱਕ ਰਾਇ ਦਿੰਦੀ ਹੈ ਉਹ ਕੀ ਕਹਿੰਦੀ ਕਹਿੰਦੀ ਨੀ ਧੀਏ ਇਹਦੀ ਆਵਾਜ਼ ਅਤੇ ਮਨ ਨਾਲ ਘੱਟ ਆਉਂਦੀ ਹੈ ਤੇ ਬਾਬੇ ਤੇ ਗੋਲੀ ਮਾਰ ਦਿਓ ਆਵਾਜ਼ ਵੱਧ ਆ ਰਹੀ ਹੈ ਕੀ ਬੋਰਡ ਹੋਰ ਤਰੇ ਆ ਜੀ ਲਵਾਉਣਾ ਹੈ ਤਰੇ
ਹੁਣ ਮਾਂ ਕੀ ਕਹਿੰਦੀ ਹੁੰਦਾ ਚਰਖਾ ਰੋਜ ਪੁਰਾਣਾ ਹੁੰਦਾ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਕੁੜੀਏ ਕੱਤ ਲੈਣੀ ਹੁੰਦਾ ਚਰਖਾ ਚਰਖਾ ਬਾੜੀ ਆਈ ਹੁੰਦਾ ਚਰਖਾ ਰੋਜ ਪੁਰਾਣਾ ਕੁੜੀਏ ਕੱਤ ਲੈਣੀ ਹੋਏ ਨੇ ਆਖਰ ਨੂੰ ਟੁੱਟ ਜਾਣਾ ਕੁੜੀਏ ਕੱਤ ਲੈਣੀ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਕੁੜੀਏ ਕੱਤ ਲੈਣੀ ਹੋਏ ਨੇ ਆਖਰ ਨੂੰ ਟੁੱਟ ਜਾਣਾ ਕੁੜੀਏ ਕੱਤ ਲੈਣੀ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਅੱਲੜੀ ਉਮਰੇ ਅੱਲੜੀ ਉਮਰੇ ਕੱਤਣਾ ਆ ਜੇ ਨਹੀਂ ਉਲਝਦੀ ਤਾੜੀਆਂ ਅੱਲੜੀ ਉਮਰੇ ਜਿਹੜੀ ਉਮਰ 'ਚ ਕਹਿੰਦਾ ਨੌਕਰੀਆਂ ਚਾਹੀਦੀਆਂ ਨਾ ਉਹੀ ਵੇਲਾ ਤੇਰਾ ਚਾਹੀਦਾ ਹੈ ਨੀ ਅੱਲੜੀ ਉਮਰੇ ਕੱਤਣਾ ਆ ਜੇ ਨਹੀਂ ਉਲਝਦੀ ਤਾਣੀ ਇਹਨਾਂ ਤੈਨੂੰ ਕੁਝ ਨਹੀਂ ਦੇਣਾ ਜੋ ਸਖੀਆਂ ਦੀ ਟਾਣੀ ਜੋ ਸਖੀਆਂ ਦੀ ਟਾਣੀ ਘਰ ਵਾਲਾ ਤੈਨੂੰ ਮੇਣੇ ਮਾਰੂ ਘਰ ਵਾਲਾ ਤੈਨੂੰ ਮੇਣੇ ਮਾਰੂ ਇਹਨਾਂ ਨਹੀਂ ਛੁਡਾਣਾ ਨੀ ਕੁੜੀਏ ਕੱਤ ਲੈਣੀ ਹੁੰਦਾ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਕੁੜੀਏ ਕੱਤ ਲੈਣੀ ਹੋਏ ਨੇ ਆਖਰ ਨੂੰ ਟੁੱਟ ਜਾਣਾ ਕੁੜੀਏ ਕੱਤ ਲੈਣੀ ਚਰਖਾ ਰੋਜ ਪੁਰਾਣਾ ਚਰਖਾ ਰੋਜ ਪੁਰਾਣਾ ਵਿੱਚ ਬੁੜੇਪੇ ਆਖਰ ਚ ਕਹਿੰਦੇ ਵਿੱਚ ਬੁੜੇਪੇ ਕੱਤਿਆ ਨੀ ਜਾਣਾ ਚਰਖਾ ਗਰਦ ਨਾ ਭਰਜੂ ਮਨ ਉਹੀ ਆ ਪੁੱਤ ਵਿੱਚ ਬੁੜੇਪੇ ਕੱਤਿਆ ਨੀ ਜਾਣਾ ਜਦੋਂ ਕਹਿੰਦੇ ਬੁੜਾ ਹੋ ਗਿਆ ਬਲ ਘੱਟ ਜੂ ਕਹਿੰਦੇ ਸਰੀਰ ਚੋਂ ਹੱਡਾਂ ਚੋਂ ਨੀ ਜਾਨ ਨੀ ਰਹਿਣੀ ਇਸ ਕਰਕੇ ਕਹਿੰਦਾ ਬੰਦਗੀ ਵੀ ਜਵਾਨੀ ਦੀ ਹੋਈ ਹੈ ਕੰਮ ਤਾਂ ਕਹਿੰਦਾ ਕਰ ਪਰ ਕਹਿੰਦਾ ਐਂ ਨਾ ਨਾ ਸਾਰੇ ਪੁੱਤ ਪੋਤੇ ਸੈੱਟ ਕਰਕੇ ਫਿਰ ਪੰਜਾਂ ਦੀ ਮਾਲਾ ਲੈ ਕੇ ਵਾਹਿਗੁਰੂ ਕਰਾਂਗੇ ਫਿਰ ਕਹਿੰਦੇ ਉਹਨੇ ਜਾਣ ਸਾਰ ਪੁੱਠਾ ਟੰਗ ਲੈਣਾ ਹੈ ਕਿ ਪਹਿਲੇ ਸੱਠਾਂ ਦਾ ਹਿਸਾਬ ਦੇ ਕਿੱਥੇ ਸੀ ਔਰ ਜਿਹੜੀਆਂ ਜਿਹੜੀਆਂ ਰੂਹਾਂ ਨਾਮ ਨਹੀਂ ਨਾ ਜਪਦੀਆਂ ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਹੈ ਨਾ ਇੱਕ ਗੱਲ ਯਾਦ ਆ ਗਈ ਮੇਰੇ ਜਦੋਂ ਉਹਨਾਂ ਦੀ ਉਮਰ ਹੋ ਜਾਂਦੀ ਹੈ ਫਿਰ ਉਹ ਪਹਿਲਾਂ ਪੁੱਤਾਂ ਦੇ ਮੋਹ 'ਚ ਫਿਰ ਉਹ ਪੋਤਿਆਂ ਦੇ ਮੋਹ 'ਚ ਫਸਦੀਆਂ ਪਹਿਲਾਂ ਪੁੱਤ ਸੱਚ ਲੱਗਦੇ ਸੀ ਫਿਰ ਪੋਤੇ ਸੱਚ ਲੱਗਣ ਲੱਗ ਜਾਂਦੇ ਆ ਕਿ ਇਹ ਸੱਚ ਹੈ ਫਿਰ ਉਹ ਦਾਦੀ ਇੱਧਰਲੇ ਮੁਲਕ ਦੀ ਬਾਤ ਲੈ ਲਓ ਕਨੇਡਾ ਦੀ ਦਾਦੀ ਆਪਦੇ ਪੋਤੇ ਨੂੰ ਆਵਾਜ਼ਾਂ ਮਾਰਦੀ ਹੈ ਪੋਤਾ ਕਿੱਥੇ ਹੈ ਉਹੀ ਕਾਰਟੂਨ ਖੇਡ ਰਿਹਾ ਹਾਂ ਪੋਤਾ ਛੋਟਾ ਨਾ ਦਾਦੀ ਆਵਾਜ਼ਾਂ ਮਾਰਦੀ ਆ ਵੇ ਪੁੱਤ ਆ ਜਾ ਮੇਰੇ ਕੋਲ ਬਹਿ ਜਾ ਕੋਈ ਗੱਲ ਸੁਣਾ ਦੇ ਪੋਤੇ ਦਾ ਕੋਈ ਧਿਆਨ ਨਹੀਂ ਉਹਦੇ ਉਹ ਚੱਲ ਰਹੇ ਹੈ ਫਿਰ ਆਵਾਜ਼ ਮਾਰਦੀ ਆ ਵੇ ਪੁੱਤ ਆ ਜਾ ਮਸ਼ਕਰੀ ਕਰਨ ਆਉਂਦਾ ਆ ਕੇ ਕਹਿੰਦਾ ਦਾਦੀ ਮੈਨੂੰ ਇੱਕ ਗੱਲ ਦੱਸ ਆਪਾਂ ਆਪਣੇ ਘਰ 'ਚ ਛੇ ਜਾਣੇ ਹੈ ਤੂੰ ਹੈ ਮੰਮੀ ਹੈ ਪਾਪਾ ਹੈ ਭੈਣ ਹੈ ਮੈਂ ਹਾਂ ਅਤੇ ਆਪਣੀ ਬਿੱਲੀ ਆਪਾਂ ਛੇ ਜਾਣੇ ਆ ਆਪਾਂ ਸੱਤ ਕਦੋਂ ਹੋਵਾਂਗੇ ਦੇਖੋ ਕਹਿੰਦਾ ਸੱਤ ਕਦੋਂ ਹੋਵਾਂਗੇ ਦਾਦੀ ਖੁਸ਼ ਹੋ ਗਈ ਵੀ ਪੋਤਾ ਕੋਲੇ ਆ ਗਿਆ ਕਹਿੰਦੀ ਪੁੱਤ ਕਿਹੜੀ ਗੱਲ ਹੈ ਕੱਲ੍ਹ ਨੂੰ ਤੈਨੂੰ ਇੱਕ ਕੁੱਤਾ ਲਿਆ ਦਿੰਦੇ ਆਪਾਂ ਸੱਤ ਹੋ ਜਾਵਾਂਗੇ ਪੋਤਾ ਬੋਲਦਾ ਕਹਿੰਦਾ ਜੇ ਕੁੱਤਾ ਲਿਆਏ ਦਾਦੀ ਕੁੱਤਾ ਬਿੱਲੀ ਖਾ ਜੂਗਾ ਆਪਾਂ ਤਾਂ ਫਿਰ ਛੇ ਰਹਿ ਗਏ ਉਹ ਕਹਿੰਦੀ ਪੁੱਤ ਕੋਈ ਨਹੀਂ ਕੱਲ੍ਹ ਨੂੰ ਤੂੰ ਜਵਾਨ ਹੋਏਗਾ ਤੇਰਾ ਵਿਆਹ ਕਰਾਂਗੇ ਤੇਰੀ ਘਰ ਵਾਲੀ ਆਜੂ ਆਪਾਂ ਸੱਤ ਹੋ ਜਾਵਾਂਗੇ ਪੁੱਤ ਪੋਤਾ ਫਿਰ ਬੋਲਦਾ ਕਹਿੰਦਾ ਉਦੋਂ ਨੂੰ ਭੈਣ ਵੀ ਜਵਾਨ ਹੋ ਜੂਗੀ ਉਹਨੂੰ ਉਹਦੇ ਘਰੇ ਤੋਰਾਂਗੇ ਆਪਾਂ ਤਾਂ ਫਿਰ ਛੇ ਰਹਿ ਗਏ ਦਾਦੀ ਫਿਰ ਚਾ ਚਾਚ ਲਾਲ ਲਾਲ ਕਹਿੰਦੀ ਚੱਲ ਕੋਈ ਨਹੀਂ ਉਦੋਂ ਨੂੰ ਕਹਿੰਦੀ ਕੋਈ ਤੇਰੀ ਘਰ ਵਾਲੀ ਕੋਲ ਕੋਈ ਨਿਆਣਾ ਹੋ ਜੂਗਾ ਆਪਾਂ ਫਿਰ ਸੱਤ ਹੋ ਜਾਵਾਂਗੇ ਕਹਿੰਦਾ ਜੇ ਦਾਦੀ ਉਦੋਂ ਨੂੰ ਤੂੰ ਮਰ ਗਈ ਅਸੀਂ ਤਾਂ ਫਿਰ ਛੇ ਰਹਿ ਗਏ ਇੰਨੇ ਵੱਢਣ ਜੋਗ ਰਿਹਾ ਏ ਜੇ ਗੁਰੂ ਵਾਲੇ ਪਾਸੇ ਨਾ ਲਾਏ ਆਪਾਂ ਨੂੰ ਮਸ਼ਕਰੀਆਂ ਕਰਨਗੇ ਬਾਅਦ 'ਚ ਸਾਡਾ ਤਾਂ ਚਲੋ ਅਜੇ ਦਾਦਿਆਂ ਦਾ ਟਾਈਮ ਬਹੁਤ ਦੂਰ ਹੈ ਪਤਾ ਨਹੀਂ ਦੇਖਣਾ ਕਿ ਨਹੀਂ ਜਿਨ੍ਹਾਂ ਦਾ ਆਇਆ ਵੈ ਉਹ ਸਾਂਭ ਲਓ ਵਿੱਚ ਬੜੇ ਕੱਤਿਆ ਨਹੀਂ ਜਾਣਾ
ਚਰਖਾ ਗਰਦ ਨਾ ਭਰਜੂ ਵਿੱਚ ਬੁੜੇਪੇ ਕੱਤਿਆ ਨੀ ਜਾਣਾ ਚਰਖਾ ਗਰਦ ਨਾ ਭਰਜੂ ਤੰਦ ਪਾਵੇਂਗੀ ਦਸ ਕਾਦੇ ਤੇ ਦਿਲ ਤੱਕਲਾ ਜਰ ਫੜਜੂ ਦਿਲ ਤੱਕਲਾ ਜਰ ਫੜਜੂ ਵੇਲੇ ਤੋਂ ਜੇ ਖੁੰਝਗੀ ਵੇਲੇ ਤੋਂ ਜੇ ਖੁੰਝਗੀ ਕਮਲੀਏ ਜੋਗੀ ਨੇ ਲੰਘ ਜਾਣਾ ਨੀ ਕੁੜੀਏ ਕੱਤ ਲੈ ਨੀ ਆਊਗਾ ਚਰਖਾ ਰੋਜ਼ ਪੁਰਾਣਾ ਚਰਖਾ ਰੋਜ਼ ਪੁਰਾਣਾ ਕੁੜੀਏ ਕੱਤ ਲੈ ਨੀ ਓਏ ਨਯਾ ਘਰ ਨੂੰ ਟੁੱਟ ਜਾਣਾ ਕੁੜੀਏ ਕੱਤ ਲੈ ਨੀ ਚਰਖਾ ਰੋਜ਼ ਪੁਰਾਣਾ ਚਰਖਾ ਰੋਜ਼ ਪੁਰਾਣਾ ਛੱਲਾ ਦਰਬਾਰ ਵੇ ਸੱਜਦਾ ਛੱਲਾ ਦਰਬਾਰ ਵੇ ਸੱਜਦਾ ਤੂੰ ਬਾ ਮੀਰਾ ਤਾਂ ਵੱਜਦਾ ਵੇ ਤੂੰ ਬਾ ਮੀਰਾ ਤਾਂ ਵੱਜਦਾ ਵੇ ਤੂੰ ਬਾ ਬੇਬੇ ਤਾਂ ਵੱਜਦਾ ਵੇ ਤੂੰ ਬਾ ਬੇਬੇ ਤਾਂ ਵੱਜਦਾ ਵੇ ਤੂੰ ਬਾ ਮਾਈ ਦਾ ਵੱਜਦਾ ਲੈ ਸੁਣਾਓ ਤੂੰ ਬਾ ਔਰ ਤੂੰ ਬਾ ਕੀ ਕਹਿੰਦਾ ਸੁਣਿਓ ਧਿਆਨ ਨਾਲ ਤੂੰਬਾ ਕਹਿੰਦਾ ਮੇਰੇ ਨਾਲ ਆ ਜਾਓ ਨਾ ਸਾਰੇ ਏਦਾਂ ਜੇ ਤਾੜੀਆਂ ਨਾ ਤਾੜੀਆਂ ਬਾਰੇ ਮੀਰ ਆਲਮ ਕਹਿੰਦੇ ਹੁੰਦੇ ਆ ਮੀਰਾਂ ਦੇ ਮੁੰਡੇ ਮੈਂ ਉਹਨਾਂ ਤੋਂ ਹੀ ਸੁਣਿਆ ਸੀ ਉਹ ਕਹਿੰਦੇ ਤਾੜੀਆਂ ਐਂ ਮਾਰਿਆ ਕਰੋ ਜਿਵੇਂ ਪੰਜਾਬ ਪੁਲਿਸ ਪਟੇ ਮਾਰਦੀ ਹੈ ਖੁੱਲ ਕੇ ਮਾਰਿਆ ਕਰੋ ਤਾੜੀਆਂ ਕਹਿੰਦੇ ਰੌਣਕ ਬਣਦੀ ਹੈ ਕੀ ਕਹਿੰਦਾ ਤੂੰਬਾ ਮਨ ਇਹ ਤੂੰਬਾ ਨੀ ਵੱਜਦਾ ਤਾਰ ਬਿਨਾ 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 ਇਹ ਤੂੰਬਾ ਨੀ ਵੱਜਦਾ ਤਾਰ ਬਿਨਾ ਤੂੰਬਾ ਨੀ ਵੱਜਦਾ ਤਾਰ ਬਿਨਾ ਤੂੰਬਾ ਨੀ ਵੱਜਦਾ ਤਾਰ ਬਿਨਾ ਤਾਰ ਬਿਨਾ ਜੀ ਨੀ ਲੱਗਦਾ ਯਾਰ ਬਿਨਾ ਜੀ ਨੀ ਲੱਗਦਾ ਯਾਰ ਬਿਨਾ ਮੇਰਾ ਸਰਦਾ ਨੀ ਮੇਰਾ ਯਾਰ ਬਿਨਾ ਤੂੰਬਾ ਨੀ ਵੱਜਦਾ ਤਾਰ 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 ਬਿਨਾ ਜੀ ਨੀ ਲੱਗਦਾ ਯਾਰ ਬਿਨਾ ਜੀ ਨੀ ਲੱਗਦਾ ਯਾਰ ਬਿਨਾ ਸਰਦਾ ਨੀ ਮੇਰਾ ਯਾਰ ਬਿਨਾ ਤੂੰਬਾ ਨੀ ਵੱਜਦਾ ਤਾਰ 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 ਬਿਨਾ ਇਹ ਤੂੰਬੇ ਦੇ ਵਿੱਚ ਲੱਗੀਆਂ ਮੇਖਾਂ ਮਰ ਜਾਵਾਂ ਜੇ ਹੋਰ ਨੂੰ ਵੇਖਾਂ 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 ਭਾਈ ਇਹ ਤੂੰਬੇ ਦੇ ਵਿੱਚ ਲੱਗੀਆਂ ਵੇਖਾਂ ਮਰ ਜਾਵਾਂ ਜੇ ਹੋਰ ਨੂੰ ਵੇਖਾਂ ਮਰ ਜਾਵਾਂ ਜੇ ਹੋਰ ਨੂੰ ਵੇਖਾਂ ਮਰ ਜਾਵਾਂ ਜੇ ਹੋਰ ਨੂੰ ਵੇਖਾਂ ਮਰ ਜਾਵਾਂ ਜੇ ਸਭ ਦੁਨੀਆਂ ਦੇ ਜਲਵੇ ਫਿੱਕੇ ਸਭ ਦੁਨੀਆਂ ਦੇ ਜਲਵੇ ਫਿੱਕੇ ਉਹਦੇ ਉਸਨ ਬਾਜ਼ਾਰ ਬਿਨਾ ਤੂੰਬਾ ਨੀ ਵੱਜਦਾ ਤਾਰ 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 ਬਿਨਾ ਕੀ ਕੀਤਾ ਇਹ ਤੂੰਬੇ ਨੇ ਭਗਵਾਨ ਵੀ ਠੱਗਿਆ ਧਰਤੀ ਤੇ ਅਸਮਾਨ ਵੀ ਠੱਗਿਆ ਇਹ ਤੂੰਬਾ ਵਰਿੰਦਾਵਨ ਦੇ ਮੰਦਰਾਂ ਤੱਕ ਪਹੁੰਚ ਗਿਆ ਇਹ ਤੂੰਬੇ ਨੇ ਭਗਵਾਨ ਵੀ ਠੱਗਿਆ ਧਰਤੀ ਤੇ ਅਸਮਾਨ ਵੀ ਠੱਗਿਆ ਨਾਲੇ ਸਾਡੀ ਮਾਂ ਨੂੰ ਵੀ ਠੱਗਿਆ ਨਾਲੇ ਮੇਰੀ ਬੇਬੇ ਨੂੰ ਠੱਗਿਆ ਠੱਗਿਆਂ ਦਾ ਕੀ ਠੱਗਣਾ ਵੇ ਸੱਜਣਾ 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 ਵੇ
ਸੱਜਣਾ ਵੇ ਸੱਜਣਾ ਵੇ ਓ ਤੇਰੇ ਬਾਜ ਨੀ ਤੂੰਬਾ ਵੱਜਣਾ ਓ ਤੇਰੇ ਬਾਜ ਨੀ ਤੂੰਬਾ ਵੱਜਣਾ ਓ ਤੇਰੇ ਬਾਜ ਨੀ ਤੂੰਬਾ ਵੱਜਣਾ ਵੇ ਸੱਜਣਾ 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 ਵੇ re 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 ta ta ga 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 sa sa ma 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 sa sa pa ba 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 sa sa da 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 ta ta ni 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 ta ta da 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 ta ta ni 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 ta ta da 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 ta ta ba 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 ta ta ma 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 ta ta ga 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 ta ta re 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 ta ta re 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 ta ta re 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 danda 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 baba re ma bani baba re ta ta da 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 ni za bani baba re ma re ma re ma sa re ni za ni za ni za za re re za za ga 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 re re za za ma 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 ga ga re re ma 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 ga ga da da na ma 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 ga ga re re za za re sajjana ve ਤੇਰੇ ਬਾਜ ਨੀ ਤੂੰਬਾ ਵੱਜਣਾ ਓ ਤੇਰੇ ਬਾਜ ਨੀ ਤੂੰਬਾ ਵੱਜਣਾ ਓ ਤੇਰੇ ਬਾਜ ਨੀ ਤੂੰਬਾ ਵੱਜਣਾ ਵੇ ਸੱਜਣਾ 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 ਵੇ ਛੱਲਾ ਦਰਬਾਰ ਵੇ ਸੱਜਦਾ ਤੂੰਬਾ ਮੀਰਾ ਤਾਂ ਵੱਜਦਾ ਵੇ ਤੂੰਬਾ ਬੇਬੇ ਤਾਂ ਵੱਜਦਾ ਵੇ ਤੁਰ ਦਰਗਾਹੀ ਗੱਜਦਾ ਤੁਰ ਦਰਗਾਹੀ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਤੇ ਗੱਲ ਸੁਣ ਛੱਲਿਆ ਖੜ ਕੇ ਵੇ ਲੈ ਜਾ ਝੋਲੀਆਂ ਭਰ ਕੇ ਲੈ ਜਾ ਝੋਲੀਆਂ ਭਰ ਕੇ ਵੇ 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 ਲੈ ਜਾ ਝੋਲੀਆਂ ਭਰ ਇੱਕ ਗੱਲ ਦੱਸਾਂ ਇਹ ਦੁਨੀਆ ਜਿਉਣ ਨੂੰ ਫਿਰਦੀ ਆ ਇਹ ਦੁਨੀਆ ਜਿਉਣ ਨੂੰ ਫਿਰਦੀ ਆ ਪਰ ਉਹ ਮਿਲਦਾ ਏ ਮਰ ਕੇ ਲੈ ਜਾ ਝੋਲੀਆਂ ਭਰ ਕੇ ਇਹ ਲੈ ਜਾ ਝੋਲੀਆਂ ਆ ਝੋਲੀਆਂ ਭਰ ਕੇ ਉਹ ਲੈ ਜਾ 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 ਝੋਲੀਆਂ ਭਰ ਕੇ ਆ ਜਾਓ ਅਗਲਾ ਗੀਤ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਬਾਬੇ ਨਾਨਕ ਹੋਣੀ ਬਾਬਰ ਦੀ ਜੇਲ੍ਹ 'ਚ ਬੈਠੇ ਆ ਸਾਰੇ ਜਾਣਦੇ ਹੋ ਭਾਈ ਚੱਕੀਆਂ ਪੀਸਣ ਵਾਸਤੇ ਕਿਹਾ ਪਿਓ ਨੇ ਪਾਂਧੇ ਕੋਲ ਪੜ੍ਹਨ ਭੇਜਤਾ ਉੱਥੇ ਮੁਲਾਕਾਤ ਉਹ ਕਿਸ ਤਰ੍ਹਾਂ ਦੀ ਰਹੀ ਲਫਜ਼ਾਂ ਰਾਹੀਂ ਬਿਆਨ ਕਰਨ ਲੱਗਿਆ ਇਹ ਪੁਰਾਣੇ ਵੇਲਿਆਂ ਦਾ ਗੀਤ ਹੈ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਅੱਜ ਗੁਰਦੁਆਰਾ ਸਾਹਿਬ ਵੀ ਗਏ ਸੀ ਉੱਥੇ ਵੀ ਗਾ ਕੇ ਆਏ ਬੜਾ ਨਜ਼ਾਰਾ ਆਇਆ ਧਰਮ ਨਾਲ ਉੱਥੇ ਬੀਬੀਆਂ ਨੇ ਔਰ ਭਾਈਆਂ ਨੇ ਨਾਲ ਗਾਇਆ ਸਾਰਿਆਂ ਨੇ ਤਾਂ ਇੰਨਾ ਆਨੰਦ ਵੱਜਿਆ
ਬੜਾ ਵਧੀਆ ਲੱਗਿਆ। ਸੋ ਮੈਂ ਆਸ ਤੁਹਾਡੇ ਤੋਂ ਵੀ ਇਹੀ ਕਰਦਾ ਕਿ ਮਾਈਆਂ ਜ਼ਰੂਰ ਬੋਲਿਓ ਨਾਲ। ਇਹ ਜਿਹੜੇ ਖਾੜੇ ਆ ਨਾ, ਇਹ ਸਭਾ ਕਹਿ ਲਓ, ਮਹਿਫਲ ਕਹਿ ਲਓ, ਪ੍ਰੋਗਰਾਮ ਕਹਿ ਲਓ, ਕੌਂਸਰਟ ਕਹਿ ਲਓ, ਇਹ ਇਹ ਕੁਛ ਲੈਣ ਦੇਣ ਵਾਲਾ ਸੌਦਾ ਹੀ ਹੈ। ਇਹ ਲੈਣ ਦੇਣ ਵਾਲਾ ਸੌਦਾ ਹੀ ਹੈ। ਇਹ ਇਕੱਲਾ ਕੋਈ ਆਏ ਨਹੀਂ ਕਿ ਗਾਉਣ ਵਾਲਾ ਆਇਆ, ਚਾਰ ਟਪੂਸੀਆਂ ਮਾਰ ਕੇ ਲੰਘ ਗਿਆ ਅਤੇ ਤੁਸੀਂ ਘਰਾਂ ਨੂੰ, ਨਹੀਂ। 3 ਘੰਟੇ ਆਪਣੀ ਜ਼ਿੰਦਗੀ ਦੇ ਬਹੁਤ ਕੀਮਤੀ 3 ਘੰਟੇ ਤੁਸੀਂ ਦੇ ਰਹੇ ਹੋ ਔਰ ਮੈਂ ਦੇ ਰਿਹਾ 3 ਘੰਟੇ, ਔਰ ਇਹਨਾਂ 3 ਘੰਟਿਆਂ 'ਚ ਲਿਜਾਣ ਵਾਲੇ ਬਹੁਤ ਕੁਛ ਲੈ ਜਾਂਦੇ ਆ, ਬਹੁਤ ਕੁਛ ਲੈ ਜਾਂਦੇ ਆ। ਹੋ ਸਕਦਾ ਮੈਂ ਅੱਜ ਤੁਹਾਡੇ ਤੋਂ ਕੁਛ ਲੈ ਕੇ ਜਾਵਾਂ, ਔਰ ਹੋ ਸਕਦਾ ਤੁਹਾਡੇ 'ਚੋਂ ਕੋਈ ਜਿਹੜੀ ਉਹਦੀ ਗੱਲ ਹੋ ਰਹੀ ਹੈ ਉਹਦੇ 'ਚੋਂ ਕੁਛ ਲੈ ਜੇ। ਸੋ ਇਹ ਜੰਮ ਕੇ ਪੂਰੀ ਕੰਸਨਟ੍ਰੇਸ਼ਨ ਦਾ ਸੌਦਾ ਹੈ। ਇਹ ਨਿਗਾਹੇ ਕਹੀਂ ਔਰ, ਖਿਆਲ ਕਹੀਂ ਔਰ, ਕਹੀਂ ਔਰ ਯਾਰਾਨੇ ਹੈ। ਯੇ ਕੈਸੇ ਯਾਰਾਨੇ ਹੈ, ਯੇ ਕੈਸੇ ਯਾਰਾਨੇ ਹੈ, ਨਜ਼ਰੇ ਹਮ ਪਰ ਹੈ, ਨਜ਼ਰੇ ਹਮ ਪਰ ਹੈ, ਕਹੀਂ ਔਰ ਨਿਸ਼ਾਨੇ ਹੈ, ਕਹੀਂ ਔਰ। ਆ ਜਾਓ ਇੱਕ ਮਸਤਾਨਾ ਜੋਗੀ ਪਾਣੀ ਦੀ ਘੁੱਟ ਪੀ ਲਈ। ਉਹ ਕੈਸੇ ਹੋ, ਅਮਰਾੜੀ ਆ ਉਹ ਵਿਕਟੋਰੀਆ ਤੋਂ, ਤਾੜੀਆਂ ਮਾਰ ਦੋ ਸਾਰੇ ਯਾਰ ਜੀ ਆਇਆਂ ਨੂੰ। ਇਹਨੇ ਵੀ ਮੂਕਾ ਪੱਕਾ ਹੀ ਰੱਖਿਆ, ਪਰਨਾ ਕਹਿ ਲਓ, ਮੂਕਾ ਕਹਿ ਲਓ, ਸਾਫਾ ਕਹਿ ਲਓ, ਉਹ ਗੱਲ 'ਚ ਪਾ ਕੇ ਰੱਖਦਾ ਇਹ ਵੀ। ਹੋ ਵਾਹਿਗੁਰੂ ਜੀ। ਇਹ ਤੁਸੀਂ ਬਾਬੇ ਉਹ ਫੇਸਬੁੱਕ 'ਤੇ ਪਾਉਣੀ ਬਾਅਦ 'ਚ? ਨਹੀਂ, ਲੈ ਨੇੜਿਓ ਬਣਾ ਲਾ ਥੋੜ੍ਹੀ ਜਿਹੀ। ਓ ਵਾਹਿਗੁਰੂ। ਥੋੜ੍ਹਾ ਜੀ ਲੱਗਿਆ ਹੋਇਆ ਸਾਰਿਆਂ ਦਾ ਜਿੰਨੇ ਆਏ ਹੋ? ਚਲੋ ਧੰਨਵਾਦ। ਆ ਨਾ, ਆਹ ਤਾਂ ਸਾਂਭ ਕੇ ਰੱਖੋ। ਇਹ ਜਿੰਨੇ ਇਹ ਸਾਰੇ ਪ੍ਰੋਗਰਾਮਾਂ 'ਚ ਹੀ ਬੋਲਦਾ ਨਾ ਮੈਂ, ਇਹ ਜਿੰਨੇ ਸੀਟੀਆਂ ਔਰ ਚੀਕਾਂ ਵਾਲੇ ਆ ਨਾ, ਇਹ ਮੈਂ ਤੁਹਾਨੂੰ ਲਿਖ ਕੇ ਲੈ ਲਉ, ਉਹਨਾਂ ਦਾ ਕਿਸੇ ਦਾ ਵੀ ਵਿਆਹ ਨਹੀਂ ਹੋਇਆ ਅਜੇ। ਜਿਹੜਾ ਬੰਦਾ ਹਾਲ 'ਚ ਬਹਿ ਕੇ ਸੀਟੀ ਜਾਂ ਚੀਕ ਮਾਰੂਗਾ, ਉਹ ਉਹ ਵੇਖ ਲਿਓ, ਕੁਵਾਰਾ ਹੋਊਗਾ ਜਾਂ ਛੜਾ ਹੋਊਗਾ, ਇੱਕ ਕੁਛ ਗੱਲ ਹੈ ਨਾ। ਔਰ ਇਹ ਇਹ ਵੀਰ ਮੇਰੇ, ਉਹ ਮੇਰੀ ਯਾਦ ਰੱਖਿਓ, ਇਹ ਵਿਆਹ ਹੋ ਲੈਣ ਦਿਓ, ਇਹ ਤਾਂ ਆਪੇ ਵੱਜਣਗੀਆਂ। ਹਾਲੇ ਆਉਣ ਦਿਓ, ਜਦੋਂ ਬਿੱਲ ਵਧੇ ਨਾ ਤਾਂ ਇਹ ਤਾਂ ਫਿਰ ਆਪੇ ਵੱਜਦੀਆਂ, ਇਸ ਕਰਕੇ ਸਟੋਰ ਕਰਕੇ ਰੱਖੋ। ਹੈ ਮੈਂ ਹਾਂ, ਅਤੇ ਮੈਂ ਸਭ ਤੋਂ ਨੇੜੇ ਦਾ ਗਵਾਹ ਹਾਂ, ਕਿਉਂਕਿ ਮੇਰੇ ਵਿਆਹ ਨੂੰ ਹਜੇ 5 ਮਹੀਨੇ ਹੋਏ ਹੈ, ਮੈਂ ਇੱਥੋਂ ਵੱਧ ਕੋਈ ਨਹੀਂ ਜਾਣਦਾ। ਇਹ ਤਾਂ ਭੁੱਲ ਭੁੱਲ ਗਏ ਜਿਨ੍ਹਾਂ ਦੇ 40-40 ਸਾਲ ਹੋ ਗਏ। ਚਲਾ ਮਾਨਾ ਕਰਾ, ਅਗਲਾ ਪੜ੍ਹੀਏ ਮਸਤਾਨਾ ਜੋਗੀ। ਔਰ ਯਾਰ ਹਾਂ, ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ, ਇੱਕ ਖਿਆਲ ਹੈ ਉਹ ਜ਼ਰੂਰ ਇਹਦੇ ਨਾਲ ਪੜੂੰਗਾ, ਹੋ ਸਕਦਾ ਪਹਿਲਾਂ ਪੜ੍ਹਦਿਆਂ ਜੀ ਕੀਤਾ। ਉਹ ਗੁਰੂ ਨਾਨਕ ਪਾਤਸ਼ਾਹ ਦੀ ਉਹ ਬਾਤ ਹੈ ਕਿਸੇ ਸਮੇਂ ਦੀ, ਕਿ ਬਾਲਿਆ ਦੇਖ ਰੰਗ ਕਰਤਾਰ ਦੇ, ਲਾਈਨ ਇਹੀ ਹੈ। ਇਹ ਮੈਂ ਕਿਸੇ ਦੀਵਾਨ 'ਚ ਸੁਣੀ ਸੀ, ਉਹ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਉਹਨਾਂ ਦਾ ਦੀਵਾਨ ਸੀ, ਉਹਦੇ 'ਚ ਸੀ ਇਹ ਇਹ ਧਾਰਨਾ ਪੜ੍ਹੀ ਹੋਈ, ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ। ਉਹਦੇ ਅੱਗੇ ਨਾ ਕੁਛ ਲਾਈਨਾਂ ਆਈਆਂ, ਇਹ ਆਪੋ ਆਪਣੀ ਸੋਸ਼ਲ ਲਾਈਫ 'ਚ ਦੇਖੋ ਕਿ ਉਹ ਸਾਰੀਆਂ ਗੱਲਾਂ ਸਾਡੇ ਕਿਤੇ ਨਾ ਕਿਤੇ ਢੁੱਕਦੀਆਂ। ਕੋਈ ਨਾ ਕੋਈ ਸੱਜਣ ਸਾਨੂੰ ਐਸਾ ਮਿਲਿਆ ਜਿਹੜਾ ਆਹ ਖੇਡਾਂ ਖੇਡ ਕੇ ਗਿਆ, ਤਾਂ ਉਹ 'ਚ ਕੀ ਹੈ ਉਹ ਆਪਾਂ ਪੜ੍ਹਦੇ ਹਾਂ ਨਾਲ ਨਾਲ। ਬਾਣੀ ਪੜ੍ਹ ਲੈਨਾ ਪਰ ਵਿਚਾਰਦਾ ਨਹੀਂ, ਉਹ ਤਾਈਓ ਪਿੱਪਲਾਂ ਨੂੰ ਪਾਣੀ ਵੀ ਪਾਈ ਜਾਂਦਾ, ਇੱਥੋਂ ਆ ਮਿਲ ਜੇ ਤੇ ਉੱਥੋਂ ਆ ਮਿਲ ਜੇ, ਉਹ ਦਰ ਦਰ ਤੇ ਮੱਥੇ ਰਗੜਾਈ ਜਾਂਦਾ, ਮਾਂ ਬਾਪ ਨੂੰ ਪੋਰਾ ਪਛਾਣਦਾ ਨਹੀਂ ਤੇ ਤੇਲ ਪਖੰਡੀਆਂ ਦੇ ਗੋਡਿਆਂ ਨੂੰ ਲਾਈ ਜਾਂਦਾ,
ਘੰਟੀ ਅੰਦਰ ਦੀ ਕਦੇ ਖੜਕਾ ਬੰਦਿਆ ਉਹ ਟੱਲ ਮੰਦਰਾਂ ਦੇ ਨਿੱਤ ਖੜਕਾਈ ਜਾਂਦਾ ਘੰਟੀ ਅੰਦਰ ਦੀ ਅੰਦਰਲੇ ਮੰਦਰ ਦੀ ਯਾਰ ਪਤੰਦਰ ਦੀ ਮਾਂ ਬਾਪ ਨੂੰ ਛੱਡ ਕੇ ਕਹਿੰਦਾ ਕਿਤੇ ਹੋਰ ਹੀ ਖੇਡਾਂ ਖੇਡਦਾ ਫਿਰਦਾ ਹੈ ਉਹ ਮਾਂ ਵਾਲਾ ਗੀਤ ਯਾਦ ਆ ਗਿਆ ਮੇਰੇ ਵਿੱਚ ਪੜ੍ਹਦਿਆਂ ਮੈਂ ਉਹ ਕਿਸੇ ਦੁੱਧ ਵਾਲੇ ਟੈਂਪੂ ਪਿੱਛੇ ਲਿਖਿਆ ਪੜ੍ਹਿਆ ਸੀ ਮੈਂ ਉਹ ਜਿਹੜਾ ਲੁਧਿਆਣੇ ਤੋਂ ਜਲੰਧਰ ਵਾਲਾ ਹਾਈਵੇ ਆ ਨਾ ਫਲੌਰ ਵਾਲਾ ਟੋਲ ਲੰਘ ਕੇ ਯਾਦ ਹੋਊ ਥੜ ਕਿਉਂਕਿ ਜ਼ਿਆਦਾ ਮਾਝਾ ਤਾਂ ਦੁਆਬਾ ਹੀ ਹੈ ਸਾਡੇ ਵਾਲੇ ਤਾਂ ਹੋਣਾ ਹੀ ਆ ਬਠਿੰਡੇ ਵਾਲੇ ਤਾਂ ਪੁਰਾਣੇ ਤਾਂ ਇਹੀ ਆ ਪਹਿਲਾਂ ਦੇ ਐਡੇ ਐਡੇ ਘਰ ਪਾਏ ਹੋਏ ਇਹਨਾਂ ਦੇ ਉੱਧਰ ਮੈਂ ਗਾਉਣ ਜਾਂਦਾ ਅੰਬਰਸਰ ਨਹੀਂ ਜਲੰਧਰ ਨਹੀਂ ਧਰਮ ਨਾਲ ਧੌਣ ਦੁਖਣ ਲੱਗ ਜਾਂਦੀ ਹੈ ਐਡੀ ਐਡੀ ਕੋਠੀ ਪਾਈ ਆ ਪਤਾ ਕਰੀਦਾ ਰਹਿੰਦਾ ਕੌਣ ਆ ਕਹਿੰਦੇ ਰਹਿੰਦਾ ਬਾਬਾ ਜੀ ਕਾ ਠੁੱਲੂ ਕੋਈ ਵੀ ਨਹੀਂ ਰਹਿੰਦਾ ਕਹਿੰਦੇ ਅਤੇ ਮਹਾ ਯਾਰ ਐਡੀ ਵੱਡੀ ਥੱਪ ਕੇ ਕਦੇ ਗਏ ਆ ਕਹਿੰਦੇ ਜੀ ਕਦੇ ਕਦੇ ਆਉਂਦੇ ਆ ਮਹੀਨੇ ਕੁ ਲਈ ਐਡੀਆਂ ਐਡੀਆਂ ਕੋਠੀਆਂ ਪਾਈਆਂ ਪਤੰਦਰਾਂ ਨੇ ਪੈਸੇ ਵਾਲੇ ਆ ਤਾਂ ਸਰਦਾ ਹੋ ਨਾ ਬਣਾ ਉੱਥੇ ਹੁਣ ਨਸ਼ੇ ਕਰਨ ਵਾਲੇ ਟੂਟੀਆਂ ਲਾ ਲਾ ਲਈ ਜਾਂਦੇ ਤੁਹਾਡੇ ਘਰਾਂ 'ਚੋਂ ਹਾਂ ਸੱਚੀ ਹੈ ਮੈਨੂੰ ਪਤਾ ਇਸ ਗੱਲ ਦਾ ਕਿ ਉੱਥੇ ਜਿਹੜੇ ਨਸ਼ੇੜੀ ਆ ਜਿਹਨਾਂ ਦਾ ਸਰਦਾ ਨਹੀਂ ਉਹ ਫਿਰ ਤੁਹਾਡੇ ਘਰਾਂ 'ਚ ਵੜਦੇ ਜਿੱਥੇ ਥਾਲੇ ਲੱਗੇ ਪਏ ਆ ਫਿਰ ਮਹਿੰਗੇ ਜੇ ਬਾਥਰੂਮ 'ਚ ਵੜਦੇ ਆ ਜਿਹੜੀਆਂ 5-5 ਹਜ਼ਾਰ ਦੀਆਂ ਟੂਟੀਆਂ ਲਵਾ ਕੇ ਆਏ ਹੋਣ ਉਹ ਸਾਰੀਆਂ ਵਿਕਦੀਆਂ ਫਿਰ ਅੱਧੇ ਮੁੱਲ 'ਚ ਤਾਂ ਯਾਰ ਘਰ ਬਹੁਤ ਛੋਟੇ ਹੋਣੇ ਚਾਹੀਦੇ ਆ ਮੈਨੂੰ ਮੇਰੀ ਮਾਂ ਨੇ ਇੱਕੋ ਹੀ ਕਮਰਾ ਦਿੱਤਾ ਹੈ ਮੇਰਾ ਵਿਆਹ ਹੋ ਗਿਆ ਤਾਂ ਇੱਕ ਹੀ ਕਮਰਾ ਮੇਰੇ ਘਰ 'ਚ ਜਿੱਥੇ ਮੈਂ ਰਹਿੰਦਾ ਇੱਕ ਇੱਕ ਰਸੋਈ ਆ ਛੋਟੀ ਜੀ ਇੱਕ ਨਾਲ ਹੀ ਬਾਥਰੂਮ ਹੈ ਬਸ ਹੋਰ ਚੌਥਾ ਪੰਗਾ ਹੀ ਕੋਈ ਨਹੀਂ ਔਰ ਉਹ ਵੀ ਕੱਚਾ ਕੱਚੀ ਇੱਟ ਦਾ ਚਿਨਾਈ ਕਰਕੇ 9 ਇੰਚੀ ਅੰਦਰੋਂ ਵੀ ਲਿਪਤਾ ਬਾਹਰੋਂ ਵੀ ਲਿਪਤਾ ਮਿੱਟੀ ਨਾਲ ਤਾਂ ਹੁਣ ਕਿਤੇ ਸਾਲ ਸੂਲ ਨੂੰ ਵਾਛਣਾ ਪੈਣਗੀਆਂ ਮਾੜਾ ਮੋਟਾ ਖੁਰੂਗਾ ਮਾਈਆਂ ਨੇ ਫਿਰ ਪਾਂਡੂ ਫਿਰ ਦੇਣਾ ਉੱਤੇ ਤਾਂ ਰੌਲਾ ਹੀ ਨਿਬੜਿਆ ਅਤੇ ਰਹੀ ਮੈਂ ਵੀ ਜਾਂਦਾ ਹੁਣ ਮੇਰੇ ਅੱਗ ਲੱਗੀ ਹੋਵੇ ਤਾਂ ਫਿਰ ਮੈਂ ਵੀ ਚੰਡੀਗੜ੍ਹ ਜਾ ਕੇ ਮਰਾਂ ਉੱਥੇ ਹੀ 3-4 ਕਰੋੜ ਦੀ ਕੋਠੀ ਹੁਣ ਕੈਨੇਡਾ 2 ਸਾਲਾਂ ਬਾਅਦ ਆਉਣਾ ਫਿਰ 1 ਸਾਲ ਬਾਅਦ ਆਉਣਾ ਪਿਆ ਕਰੂ ਕਿਉਂਕਿ ਪੈਸੇ ਬਹੁਤ ਚਾਹੀਦੇ ਆ ਤਾਂ ਯਾਰ ਇਹ ਨਾ ਭੁੱਖ ਹੈ ਇਹ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਮੰਨ ਲਈਏ ਆਪਾਂ ਇਸ ਗੱਲ ਨੂੰ ਬੜੇ ਸੌਖੇ ਰਵਾਂਗੇ ਕਿ ਯਾਰ ਇੱਥੇ ਕਿਹੜੇ ਮਿਲੀਅਨਾਂ ਬਿਲੀਅਨਾਂ ਜਿਵੇਂ ਮਾਇਆ ਵੱਧ ਆਉਂਦੀ ਆ ਉਵੇਂ ਗੋਲੀਆਂ ਵੱਧਦੀਆਂ ਜਾਂਦੀਆਂ ਸਟ੍ਰੈਸ ਦੀਆਂ ਨੀਂਦ ਦੀਆਂ ਗੋਲੀਆਂ ਬੰਦਾ ਬਿਮਾਰ ਹੋਈ ਜਾਂਦਾ ਜਿਵੇਂ ਜਿਵੇਂ ਮਾਇਆ ਹੁੰਦੀ ਹੈ ਇਹਨੇ ਸੁੱਖ ਥੋੜ੍ਹਾ ਦਿੱਤਾ ਕਿਸੇ ਨੂੰ ਜਿਨ੍ਹਾਂ ਨੂੰ ਆਪਾਂ ਮੱਥੇ ਟੇਕਦੇ ਹਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਯਾਰ ਇਹਨਾਂ ਵਰਗੇ ਬਣਨ ਨੂੰ ਜੀ ਕਰਦਾ ਉਹਨਾਂ ਦੇ ਤਾਂ ਪਿਓ ਪਟਵਾਰੀ ਸੀ ਵੱਡੇ ਵੱਡੇ ਬਿਜ਼ਨਸ ਖੋਲ੍ਹ ਕੇ ਦਿੰਦੇ ਸੀ ਉਹ ਪਰ ਉਹਨੂੰ ਰਾਸ ਹੀ ਨਹੀਂ ਆਏ ਉਹ ਛੱਡ ਕੇ ਭੱਜ ਗਿਆ ਸਾਰਿਆਂ ਨੂੰ ਯਾਰ ਕਹਿੰਦਾ ਨਹੀਂ ਚਾਹੀਦੇ ਮੈਨੂੰ ਇਹਨਾਂ 'ਚ ਚੈਨ ਹੀ ਨਹੀਂ ਹੈਗਾ ਜਿਨ੍ਹਾਂ ਨੂੰ ਆਪਾਂ ਮੱਥੇ ਟੇਕਦੇ ਹਾਂ ਉਹ ਤਾਂ ਛੰਨ 'ਚ ਬੈਠੇ ਸਾਰੀ ਉਮਰ ਜੁੱਤੀਆਂ ਗੰਢਦੇ ਰਹੇ ਬਾਬੇ ਰਵਿਦਾਸ ਹੋਣੀ ਇਕੱਲੀਆਂ ਜੁੱਤੀਆਂ ਗੰਢਦੇ ਰਹੇ ਕਬੀਰ ਉਹਨਾਂ ਦੀ ਗੱਲ ਕਰ ਲਓ ਮੁਸਲਮਾਨ ਜਲਾਹਾ ਸੀ ਤਾਂ ਖੱਡੀਆਂ ਬੁਣਦਾ ਸੀ ਤੜਕੇ ਤੋਂ ਆਥਣ ਤੱਕ ਖੱਦਰ ਬੁਣਦਾ ਆਥਣੇ ਕੋਈ ਬੱਚਿਆਂ ਦੀ ਰੋਟੀ ਲਈ ਵੇਚਣ ਜਾਂਦਾ ਖੱਦਰ ਤਾਂ ਰਾਜ ਕੋਈ ਮਹਾਤੜ ਮਿਲ ਗਿਆ ਕਬੀਰਾ ਖੱਦਰ ਦੇ ਤਾਂ ਖੱਦਰ ਹੀ ਫੜਾਤਾ ਯਾਰ ਰੋਟੀ ਦਾ ਫਿਕਰ ਨਹੀਂ ਖੱਦਰ ਹੀ ਫੜਾਤਾ ਔਰ ਆਉਂਦਾ ਗਾਉਂਦਾ ਆਉਂਦਾ ਹੈ ਕਿ ਉਹ ਤਾਂ ਅੰਤਰਜਾਮੀ ਸੀ ਭੇਸ ਬਦਲਾ ਕੇ ਖੱਦਰ ਲੈ ਗਿਆ ਉਹ ਉਸ ਮਹਾਤੜ 'ਚੋਂ ਵੀ ਰੱਬ ਹੀ ਦੇਖੀ ਜਾਂਦਾ ਕਿ ਯਾਰ ਉਹ ਤਾਂ ਕੋਈ ਅੰਤਰਜਾਮੀ ਹੋਊਗਾ ਉਹ ਤਾਂ ਆਪਦਾ ਭੇਸ ਬਦਲਾ ਕੇ ਖੱਦਰ ਲੈ ਗਿਆ ਉਹ ਨਰਾਇਣ ਹੀ ਸੀ ਉਹ ਮਾਲਕ ਹੀ ਸੀ ਆਪ ਤਾਂ ਯਾਰ ਜਿਸ ਦਿਨ ਸਾਡਾ ਯਕੀਨ ਬੱਝ ਗਿਆ ਨਾ ਕਿ ਜਿਹਨੇ ਅੱਜ ਦਿੱਤਾ ਉਹ ਕੱਲ੍ਹ ਨੂੰ ਵੀ ਦੇਊਗਾ ਤਾਂ ਸਾਡੀ ਪ੍ਰੋਬਲਮ ਹੀ ਹੈ ਸਾਨੂੰ ਐਂ ਲੱਗਦਾ ਹੁੰਦਾ ਅਸੀਂ ਹਾਂ ਬੜੇ ਸਾਫ਼ ਸੁਥਰੇ ਪਰ ਸਾਨੂੰ ਐਂ ਲੱਗਦਾ ਹੁੰਦਾ ਕਿ ਯਾਰ ਨਾ ਪੋਤਿਆਂ ਤੱਕ ਜੋੜਦੇ ਇੰਨਾ ਜੋੜਦੇ ਵੀ ਫਿਰ ਚੱਕਰ ਹੀ ਨਿਬੜ ਜੇ ਕਿ ਪੁੱਤ ਪੋਤਿਆਂ ਤੱਕ ਸੈੱਟ ਕਰਦੇ ਫਿਰ ਆਰਾਮ ਨਾਲ ਬਹਿ ਕੇ ਰੱਬ ਦਾ ਨਾਮ ਜਪਾਂਗੇ ਨਹੀਂ ਉਹ ਬਾਬਾ ਇਹ ਵਿਸ਼ਵਾਸ ਦੀ ਇਹ ਖੇਡ ਹੈ ਮੇਰੀ ਮਾਂ ਨੇ ਇੱਕ ਦਿਨ ਸਤਸੰਗ ਸੁਣਾਇਆ ਸੀ ਕਹਿੰਦੀ ਇੱਕ ਗਿਆਨ ਇੱਕ ਧਨ ਅਤੇ ਇੱਕ ਵਿਸ਼ਵਾਸ ਇਹ ਤਿੰਨੇ ਦੋਸਤ ਹੈ ਧਿਆਨ ਨਾਲ ਸੁਣ ਲਿਓ ਕੰਮ ਆਊ ਕਦੇ ਜ਼ਿੰਦਗੀ 'ਚ ਗਿਆਨ ਧਨ ਅਤੇ ਵਿਸ਼ਵਾਸ ਤਿੰਨੇ ਦੋਸਤ ਬੈਠੇ ਆ ਗੱਲਾਂ ਕਰਦੇ ਆ ਕਹਿੰਦੇ ਜੇ ਵਿਛੜ ਗਏ ਕਲਯੁੱਗ 'ਚ ਕਿੱਥੇ ਮਿਲਾਂਗੇ ਇਹ ਆਪਣੀ ਕਮਿਊਨਿਟੀ ਦੀ ਬਾਤ ਹੈ ਕੌਮ ਦੀ ਕਿ ਕਿੱਥੋਂ ਮਾਰ ਖਾਈ ਜਾਂਦੀ ਹੈ ਵਿੱਚ ਹੀ ਮੈਂ ਉਹ ਤਿੰਨੇ ਬੈਠੇ ਕਹਿੰਦੇ ਕਿੱਥੇ ਮਿਲਾਂਗੇ ਯਾਰ ਪਹਿਲਾਂ ਧਨ ਬੋਲਦਾ ਕਹਿੰਦਾ ਕਿਸੇ ਅਮੀਰ ਦੇ ਘਰੇ ਆ ਜੀ ਮੈਂ ਵਾਧੂ ਪਿਆ ਹੁਣ ਉੱਥੇ ਮਿਲ ਲਓ ਮੈਨੂੰ ਆ ਕੇ ਗਿਆਨ ਦੀ ਵਾਰੀ ਆ ਗਈ ਕਹਿੰਦਾ ਕਿਸੇ ਗੁਰੂ ਘਰ 'ਚ ਆ ਜੀ ਗੁਰਦੁਆਰੇ ਮੰਦਰ ਮਸੀਤ ਫੋਕਾ ਗਿਆਨ ਬੜਾ ਕੰਠ ਕੀਤਾ ਹੋਊ ਬੜਾ ਲੋਕਾਂ ਦੇ ਬੜੇ ਗਿਆਨੀ ਮਿਲਣਗੇ ਜਿੱਥੇ ਮਰਜ਼ੀ ਆ ਕੇ ਮਿਲ ਲਿਓ
ਤੀਜਾ ਵਿਸ਼ਵਾਸ ਚੁੱਪ ਕਰਕੇ ਬੈਠਾ ਰਿਹਾ, ਬੋਲਿਆ ਨਹੀਂ। ਜਦੋਂ ਨਾ ਬੋਲਿਆ ਤਾਂ ਦੂਜੇ ਦੋਨੇ ਪੁੱਛਦੇ ਆ ਧਨ ਤੇ ਗਿਆਨ, ਕਹਿੰਦੇ ਯਾਰ ਵਿਸ਼ਵਾਸ ਤੂੰ ਬੋਲਿਆ ਨਹੀਂ, ਤੂੰ ਕਿੱਥੇ ਮਿਲੇਗਾ। ਉਹ ਕਹਿੰਦਾ ਭਰਾਵਾ ਮੈਂ ਇੱਕ ਵਾਰੀ ਚਲਾ ਗਿਆ, ਮੈਂ ਫਿਰ ਨਹੀਂ ਮਿਲਦਾ। ਕੀ ਕਹਿੰਦਾ, ਸਾਡੀ ਕੌਮ ਹੁਣ ਤੱਕ ਵਿਸ਼ਵਾਸ ਦੇ ਸਹਾਰੇ ਖੜੀ ਹੈ। ਜਿਹੜਾ ਮਾੜਾ ਮੋਟਾ ਅਸੀਂ ਰੱਬ ਤੋਂ ਡਰਦੇ ਹਾਂ ਨਾ ਕਿ ਕੋਈ ਸ਼ੈ ਹੈ, ਉਸੇ ਕਰਕੇ ਚੱਲੀ ਜਾਂਦਾ ਹੈ। ਨਹੀਂ ਤਾਂ ਅਸੀਂ ਪੰਜਾਬ ਵਾਲੇ ਇੰਨੇ ਕੁ ਨਲਾਇਕ ਹੈ ਕਿ ਰਹੇ ਰੱਬ ਦਾ ਨਾਂ, ਅਸੀਂ ਉਹਨਾਂ ਪਾਵਰਾਂ ਕਰਕੇ, ਉਹਨਾਂ ਸੁਪਰੀਮ ਪਾਵਰਾਂ ਕਰਕੇ ਬਚੇ ਫਿਰਦੇ ਹਾਂ ਕਿ ਹਜੇ ਕਿਤੇ ਨਾ ਕਿਤੇ ਅੰਦਰ, ਕਿਤੇ ਨਾ ਕਿਤੇ ਬਹੁਤ ਗਹਿਰੇ ਜਾ ਕੇ ਕਿਤੇ ਨਾ ਕਿਤੇ ਉਹ ਬੈਠਾ ਹੈ। ਔਰ ਹਰ ਇੱਕ ਦੇ ਅੰਦਰ ਕਿਤੇ ਨਾ ਕਿਤੇ ਹੈ ਯਾਰ, ਹਾਂ ਮਾਲਕ ਹੈ। ਠੀਕ ਹੈ, ਸਾਡੇ ਕਰਮ ਨਹੀਂ ਸਾਡਾ ਸਾਥ ਦੇ ਰਹੇ, ਅਸੀਂ ਕੁਛ ਹੋਰ ਕਰ ਰਹੇ ਹਾਂ, ਪਰ ਨਹੀਂ ਬਾਬਾ ਕਿਤੇ ਨਾ ਕਿਤੇ ਬਹੁਤ ਗਹਿਰੇ ਜਾ ਕੇ ਹੈ। ਔਰ ਇਹ ਵਿਸ਼ਵਾਸ ਦੀ ਵੀ ਖੇਡ ਹੈ। ਹੌਲੀ ਹੌਲੀ ਜਿਵੇਂ ਪੰਜਾਬ 'ਚ ਪਾਣੀ ਮੁੱਕਦਾ ਜਾਂਦਾ ਹੈ, ਵਿਸ਼ਵਾਸ ਵੀ ਮੁੱਕਦਾ ਜਾਂਦਾ ਹੌਲੀ ਹੌਲੀ। ਔਰ ਕਿਤੇ ਇਹ ਨਾ ਹੋਵੇ ਆਪਾਂ ਖੋਲੀਏ, ਇੱਕ ਵਾਰੀ ਚਲਾ ਗਿਆ ਇਹਨੇ ਵਾਪਸ ਨਹੀਂ ਆਉਣਾ, ਵਾਪਸ ਨਹੀਂ ਆਉਣਾ ਇਹਨੇ। ਜ਼ਮੀਰ ਦਾ ਮਰਨਾ ਹੀ ਮੌਤ ਹੈ। ਉਹ ਫਿਲਮ ਆਈ ਹੈ ਨਾ ਉਹਨਾਂ ਧਰਮਯੁੱਧ ਮੋਰਚਾ, ਉਹਦੇ 'ਚ ਬੋਲਿਆ ਬਾਬੇ ਨੇ, ਉਹ ਪਹਿਲਾਂ ਵੀ ਸੁਣੀ ਆਪਾਂ, ਕਿ ਭਾਈ ਸਰੀਰ ਦਾ ਮਰਨਾ ਮੌਤ ਨਹੀਂ ਹੈ, ਜ਼ਮੀਰ ਦਾ ਮਰਨਾ ਮੌਤ ਹੈ। ਇਸ ਕਰਕੇ ਜ਼ਮੀਰਾਂ ਜਾਗਦੀਆਂ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਇਹੀ ਅਰਦਾਸ ਹੈ ਸਾਰਿਆਂ ਲਈ। ਔਰ ਇੱਕ ਹੋਰ ਗੱਲ ਬੜੀ ਵਧੀਆ ਬੋਲਿਆ ਸੀ ਬਾਬਾ, ਉਹ ਕਹਿੰਦਾ ਸਾਧ ਸੰਗਤ ਜੀ, ਕਹਿੰਦਾ ਜਿਹੜੇ ਬੱਚੇ ਦੀ ਸ਼ਕਲ ਆਪਦੇ ਬਾਪ ਨਾਲ ਨਾ ਮਿਲਦੀ, ਉਹਨੂੰ ਲੋਕ ਕੁਛ ਕਹਿੰਦੇ ਹੈ। ਬੜੀ ਸ਼ਰਮ ਆਈ ਸੀ ਧਰਮ ਨਾਲ, ਉੱਥੇ ਥੀਏਟਰ 'ਚ ਬੈਠੇ ਤੇ ਐਂ ਲੱਗਿਆ ਜਿਵੇਂ ਚਪੇੜ ਮਾਰੀ, ਮੇਰੇ ਥੱਪੜ ਮਾਰਿਆ ਮੇਰੇ ਵੱਟ ਕੇ, ਕਿ ਜਿਹੜੇ ਬੱਚੇ ਦੀ ਸ਼ਕਲ ਆਪਦੇ ਬਾਪ ਨਾਲ ਨਹੀਂ ਮਿਲਦੀ, ਮੇਰੀ ਮਿਲਦੀ ਨਹੀਂ, ਲੱਛਣ ਹੈ ਨਹੀਂ। ਤਾਂ ਹੁਣ ਤੁਸੀਂ ਹੋਰ ਪਾਸੇ ਲੈ ਜਾਓ, ਪਰ ਬਾਪ ਜਿਹੜਾ ਹੈ ਉਹਦੀ ਗੱਲ ਕਰੋ ਜਿਹੜਾ ਬਾਪ ਹੈ। ਆਹੀ ਕਮੀ ਹੈ ਸਾਡੇ 'ਚ, ਸਾਨੂੰ ਦੰਦ ਕੱਢਣੇ ਆਉਂਦੇ ਬਸ, ਅਸੀਂ ਦੰਦ ਬਹੁਤ ਸੋਹਣੇ ਤਰੀਕੇ ਕੱਢ ਲੈਂਦੇ ਹਾਂ, ਪਰ ਜਿਹੜੀਆਂ ਗੱਲਾਂ ਬਾਬਾ ਇਹ ਚਪੇੜਾਂ ਹੀ ਹੈ ਸਾਡੇ। ਮੇਰੇ ਵੱਜੀ ਸੀ, ਤੁਸੀਂ ਫੀਲ ਕਰ ਲਓ ਜੇ ਤੁਹਾਡੇ ਵੱਜਦੀ ਹੈ। ਤਾਂ ਸਾਡੇ ਜਿਹੜੇ ਪਿਓ ਆ ਨਾ, ਜਿਹਨਾਂ ਦੀ ਅਸੀਂ ਔਲਾਦ ਹਾਂ, ਉਹ ਹੋਰ ਕਰਨੀਆਂ ਵਾਲੇ ਆ, ਉਹ ਮਾਫ ਕਰਨਾ, ਸਾਡੇ ਸੰਸਕਾਰ ਉੱਥੇ ਖੜ੍ਹਦੇ ਨਹੀਂ। ਮੈਂ ਆਪਦੇ ਤੋਂ ਸ਼ੁਰੂ ਕਰਦਾ, ਤੁਸੀਂ ਆਪਦਾ ਚੈੱਕ ਕਰ ਲਿਓ, ਸਾਡੇ ਸੰਸਕਾਰ ਉੱਥੇ ਨਹੀਂ ਖੜ੍ਹਦੇ ਜਾ ਕੇ। ਅਸੀਂ ਫਿੱਕੇ ਪੈ ਗਏ ਯਾਰ, ਫਿੱਕੇ ਪੈ ਗਏ, ਅਸੀਂ ਕੁਛ ਹੋਰ ਹੀ ਸੱਚ ਬਣ ਕੇ ਬਹਿ ਗਏ। ਸਾਨੂੰ ਤਾਂ ਘਰ, ਇਹ ਬਿਲਡਿੰਗਾਂ, ਇਹ ਕਾਰਾਂ, ਬਿਜ਼ਨਸ, ਸਾਨੂੰ ਇਹ ਸੱਚ ਲੱਗਣ ਲੱਗ ਗਏ। ਕਦੇ ਕਿਸੇ ਗੁਰੂ ਪੀਰ ਦੀ ਸੰਗਤ ਕਰਦੇ ਹਾਂ ਤਾਂ ਵਕਤੀ ਜਿਹਾ ਟ੍ਰੀਟਮੈਂਟ ਦੇ ਦਿੰਦੇ ਹਾਂ ਅਸੀਂ ਇੱਕ, ਕਿ ਹਾਂਜੀ ਇੱਥੋਂ ਨਾਲ ਤਾਂ ਕੁਛ ਨਹੀਂ ਜਾਣਾ, ਪਰ ਅੰਦਰ ਨੇ ਨਹੀਂ ਮੰਨਿਆ ਕਿ ਨਾਲ ਨਹੀਂ ਜਾਣਾ ਕੁਛ। ਜਿੱਦੇ ਅੰਦਰ ਨੇ ਮੰਨ ਲਿਆ ਨਾ ਕਿ ਨਾਲ ਸੱਚੀ ਨਹੀਂ ਕੁਛ ਜਾਣਾ, ਗੱਲ ਉੱਦੇ ਬਣਨੀ ਹੈ, ਗੱਲ ਉੱਦਾਂ ਹੀ ਬਣਨੀ ਹੈ ਜਿੱਦੇ ਸੱਚੀ ਉਹ ਮੰਨ ਲਿਆ ਕਿ ਯਾਰ ਨਾਲ ਕੁਛ ਵੀ ਨਹੀਂ ਜਾਣਾ। ਆ ਜਾਓ, ਮਾਂ ਬਾਪ ਨੂੰ ਭੋਰਾ ਪਛਾਣਦਾ ਨਹੀਂ, ਤੇਲ ਪਖੰਡੀਆਂ ਦੇ ਗੋਡਿਆਂ ਨੂੰ ਲਾਈ ਜਾਂਦਾ, ਘੰਟੀ ਅੰਦਰ ਦੀ ਕਦੇ ਖੜਕਾ ਸੱਜਣਾ, ਉਹ ਟੱਲ ਮੰਦਰਾਂ ਦੇ ਨਿੱਤ ਖੜਕਾਈ ਜਾਂਦਾ, ਟੱਲ ਮੰਦਰਾਂ ਦੇ ਨਿੱਤ ਖੜਕਾਈ ਜਾਂਦਾ। ਵੇਖ ਭਾਈ ਬਾਲਿਆ, ਪਹਿਲਾਂ ਉਹੀ ਗਾਉਣੇ ਆ, ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ, ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ, ਵੇਖ ਭਾਈ ਬਾਲਿਆ ਤੂੰ ਜੰਮ ਕੇ ਸੜਿਓ ਗੱਲ ਨੂੰ ਜੰਮ ਕੇ, ਵੇਖ ਭਾਈ ਬਾਲਿਆ ਹੱਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ, ਉਜਾੜ ਕੇ, ਉਜਾੜ ਕੇ, ਹਾਂ ਵੱਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ। ਮੈਂ ਸੁਣਿਆ ਉਹ ਰਹਿੰਦੇ ਨੇ ਗਵਾਂਡ ਵਿੱਚ ਯਾਰ ਦੇ, ਸੁਣਿਆ ਉਹ ਰਹਿੰਦੇ ਨੇ ਗਵਾਂਡ ਵਿੱਚ ਯਾਰ ਦੇ, ਮੋੜ ਕੇ ਮੋੜ ਕੇ ਮੈਂ ਕਿਹਾ ਮੋੜ ਕੇ ਮੋੜ ਕੇ ਮੈਂ ਕਿਹਾ ਮੋੜ ਕੇ ਮੋੜ ਕੇ ਰਾਏ ਰਾਏ ਕਿੰਨਵਾਂ ਸਰ ਹੈ, ਪਹਿਲਾਂ ਕਾਲਾ ਦੂਜਾ ਰੱਖ ਲਾ, ਦੂਜਾ ਕਰਾਂ ਉੱਚਾ ਜਿਹਾ ਗਾਉਣਾ ਥੋੜ੍ਹਾ, ਇਹੀ ਕਿ ਦੁਆਰੇ ਗਾਉਣੇ ਆ ਭਾਈ ਥੋੜ੍ਹਾ ਜਿਹਾ ਹੋਰ। ਆ ਮਾਨਾ ਛੇੜ ਬਾਬਾ ਨੂੰ ਛੇੜ,
ਸੈਟ ਹੈ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਜਮਕੇ ਜਮਕੇ ਯਾਰ ਦੇ ਵੇਖ ਭਾਈ ਬਾਲਿਆ ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ ਉਜਾੜ ਕੇ ਉਜਾੜ ਕੇ ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ ਮੈਂ ਸੁਣਿਆ ਉਹ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ ਸੁਣਿਆ ਉਹ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਜਿਹੜੇ ਕੱਲੀ ਮਾਇਆ ਨਾਲ ਸਾਰ ਦੇ ਉਹਦੇ ਵੇਖੇ ਜਿਹੜੇ ਕੱਲੀ ਮਾਇਆ ਨਾਲ ਸਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਇੱਕ ਤਾਂ ਸੱਜਣ ਜਿਹੜਾ ਸਿੱਧੀ ਗੱਲ ਕਹਿ ਦਵਾ ਇੱਕ ਤਾਂ ਉਹ ਆ ਜਿਹੜਾ ਸਿੱਧੀ ਮਾਰਦਾ ਚਪੇੜ ਵਾਂਗੂ ਕਿ ਤੇਰੀ ਆ ਗੱਲ ਚੰਗੀ ਨਹੀਂ ਲੱਗੀ ਇੱਕ ਉਹ ਆ ਇੱਕ ਤਾਂ ਸੱਜਣ ਜਿਹੜਾ ਸਿੱਧੀ ਗੱਲ ਕਹਿ ਦੇਵੇ ਉਹਨਾਂ ਦਾ ਕੀ ਕਰਾਂ ਜਿਹੜੇ ਚੂੰਡ ਚੂੰਡ ਮਾਰਦੇ ਉਹਨਾਂ ਦਾ ਕੀ ਕਰਾਂ ਜਿਹੜੇ ਚੂੰਡ ਚੂੰਡ ਮਾਰਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਕਹਿੰਦੀ ਹੈ ਭਾਈ ਇਹ ਤਾਂ ਮੂੰਹ ਚ ਜ਼ੁਬਾਨ ਹੀ ਹੈ ਨੀ ਮੂੰਹ ਚ ਜ਼ੁਬਾਨ ਹੈ ਨੀ ਜਿਹਨੂੰ ਆਖੇ ਸਾਰੀ ਦੁਨੀਆ ਇੱਕ ਗੱਲ ਦੱਸਾਂ ਭਾਨੀ ਇਹੋ ਜਿਹੇ ਮਾਰਦੇ ਇੱਕ ਗੱਲ ਦੱਸਾਂ ਭਾਨੀ ਇਹੋ ਜਿਹੇ ਮਾਰਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਜਾਂਦੇ ਹੋਏ ਕਹਿ ਚੱਲੇ ਜਾਂਦੇ ਹੋਏ ਕਹਿ ਚੱਲੇ ਤੇਰੇ ਸੀ ਤੇ ਤੇਰੇ ਆ ਜਾਂਦੇ ਹੋਏ ਕਹਿ ਚੱਲੇ ਤੇਰੇ ਸੀ ਤੇ ਤੇਰੇ ਆ ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ ਤੂੰ ਰੰਗ ਕਰਤਾਰ ਦੇ ਵੇਖ ਭਾਈ ਬਾਲਿਆ
रंग करतार दे देख भाई पाले सदके एक मस्ताना जोगी तक्या मैं बाबर दे दरबार आज वो गाने नाल लगमाए नाल बोलोंगे मेरे नी मां मेरी जो बोलोंगी हाँ जागदे दे जागदे रहो एक आ पता नहीं की अखियां मरी जांदा चज ने जगाला एक मस्ताना जोगी नाल नाल सारे गायो चंगा लगू फिर ਤੱਕਿਆ ਮੈਂ ਬਾਬਰ ਦੇ ਦਰਬਾਰ ਹੁਣ ਦੋ ਵਾਰੀ ਮੈਥੋਂ ਬੁਲਾਊ ਫਿਰ ਦੋ ਵਾਰੀ ਤੁਹਾਡੀ ਆਵਾਜ਼ ਫਿਰ ਆਪਾਂ ਸਾਜ ਸ਼ੁਰੂ ਕਰਾਂਗੇ ਪਹਿਲਾਂ ਇਕੱਲੇ ਇਕੱਲੇ ਗਾਉਣੇ ਆ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਕਿੱਥੇ ਚੱਲੇ ਹੋ ਇਹ ਸਿਆਪਾ ਕਿੱਦਾਂ ਨਿਬੜੂ ਯਾਰ ਇਹ ਨਾ ਇਹ ਤੁਹਾਨੂੰ ਵੀ ਇੱਥੇ ਗੁੜਤੀ 'ਚ ਮਿਲਣ ਵਾਲਾ ਕੰਮ ਹੀ ਆ ਜਿਹੜੇ ਪਹਿਲੋਂ ਪਹਿਲੋਂ ਆਏ ਸੀ ਨਾ ਪੁਰਾਣੇ ਉਹਨਾਂ ਨੇ ਸ਼ੁਰੂ ਕੀਤਾ ਉਹ ਜਦੋਂ ਗਾਉਣ ਵਾਲਾ ਲੱਗੂਗਾ ਤਾਂ ਬਾਹਰ ਆਪਾਂ ਕਾਰ 'ਚ ਰੱਖਾਂਗੇ ਓਏ ਡਿੱਗੀਆਂ ਚੱਕ ਚੱਕ ਪੈਗ ਲਾਇਆ ਕਰਾਂਗੇ ਉਹਨਾਂ ਦੇ ਜਵਾਕਾਂ ਨੇ ਦੇਖ ਲਿਆ ਕਿ ਸਾਡੇ ਪਿਓ ਆ ਕਰਤੂਤ ਕਰਦੇ ਆ ਫਿਰ ਉਹਨਾਂ ਨੇ ਵੱਡੇ ਹੋ ਕੇ ਉਹਨਾਂ ਨੇ ਕੰਮ ਚੱਕ ਲਿਆ ਫਿਰ ਉਹਨਾਂ ਦੀ ਗਾਹ ਤੀਜੀ ਪੀੜ੍ਹੀ ਵੀ ਇਹ ਤਾਂ ਇਹੀ ਲੱਲਰ ਖਿਲਾਰਦੇ ਆ ਮੇਰੇ ਭਾਪੇ ਹੋਣੀ ਤਾਂ ਹੌਲੀ ਹੌਲੀ ਫਿਰ ਵਿਰਸੇ 'ਚ ਮਿਲਣ ਵਾਲੀ ਗੱਲ ਹੀ ਹੋ ਗਈ ਹਾਂ ਵਿੱਚ ਬੈਠੇ ਹੁੰਦੇ ਆ ਬਹੁਤ ਮੈਨੂੰ ਪਤਾ ਸੱਜਣ ਵਿੱਚ ਬਹੁਤ ਬੈਠੇ ਆ ਜਿਨ੍ਹਾਂ ਦਾ ਐਸਾ ਕੋਈ ਰੌਲਾ ਹੀ ਨਹੀਂ ਜਿਹੜੇ ਸਿਰਫ ਅਤੇ ਸਿਰਫ ਉਹਦੀ ਗੱਲ ਸੁਣਨ ਆਏ ਹੈ ਪਰ ਜ਼ਿਆਦਾ ਜ਼ਿਆਦਾ ਦਬਕਾ ਉਹੀ ਹੈ ਅੱਜ ਨਹੀਂ ਹੋਊਗਾ ਪਰ ਹੋਰ ਸ਼ਹਿਰਾਂ 'ਚ ਵੀ ਜਾਂਦੇ ਹਾਂ ਪਤੰਦਰ ਬਸ ਅਣਟੱਲੀ ਹੋਏ ਪਏ ਹੁੰਦੇ ਆ ਜਾਣੀ ਪਤਾ ਹੀ ਨਹੀਂ ਹੁੰਦਾ ਯਾਰ ਕਿ ਸਿਰਫ ਇਹੀ ਹੁੰਦਾ ਬਸ ਯਾਰ ਵੀ ਆਪਾਂ ਗਾਉਣ ਵਾਲਾ ਆਇਆ ਬਸ ਇਕੱਲੀ ਦਾਰੂ ਹੀ ਪੀਣੀ ਆਪਾਂ ਕਮਲੇ ਹੋ ਜਾਓ ਵੀ ਤੂੰਬਾ ਵੱਜੇ ਐਨ ਦਿਮਾਗ ਦੇ ਵਿੱਚ ਦੀ ਲੰਘ ਜੇ ਪਰ ਯਾਰ ਇਹ 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 ਬਿਮਾਰ ਲੋਕਾਂ ਦੀ ਨਿਸ਼ਾਨੀ ਹੈ ਡੋਂਟ ਮਾਈਂਡ ਪਲੀਜ਼ ਇਹ ਇਹ ਬਿਮਾਰ ਲੋਕਾਂ ਦੀ ਨਿਸ਼ਾਨੀ ਹੈ ਜਿਹੜੇ ਜਿਨ੍ਹਾਂ ਨੂੰ ਸੰਗੀਤ 'ਚੋਂ ਆਨੰਦ ਲੈਣ ਦੇ ਲਈ ਉਹ ਸਵਾਦ ਲੈਣ ਦੇ ਲਈ ਵੀ ਕਿਸੇ ਨਸ਼ੇ ਦੀ ਲੋੜ ਪੈਂਦੀ ਹੈ ਹਾਂ ਬਰਾੜ ਸਾਹਿਬ ਪੰਜ ਹਜ਼ਾਰ ਦਸ ਹਜ਼ਾਰ ਸਾਢੇ ਬਾਰਾਂ ਹਜ਼ਾਰ ਆ ਜਾਓ ਅਹਿਮਦਗੜ੍ਹ ਵਾਲਿਓ ਲੰਗਰ ਪਾਣੀ ਤੇ ਉੱਥੇ ਜੀ ਤੇ ਮਾਮਾ ਲੈਚੀਆਂ ਦੀ ਵਾਸ਼ਨਾ ਆਈ ਹੁੰਦੀ ਹੈ ਮੈਨੂੰ ਚਲੋ ਆ ਜਾਓ ਇੱਕ ਮਸਤਾਨਾ ਜੋ ਕਿ ਸਾਰੇ ਗਾਇਓ ਨਾਲ ਮੇਰੇ ਸਾਬਕ ਤਾਂ ਉਹ ਬਰਾਬਰ ਠੀਕ ਰਹਿੰਦਾ ਹੈ ਨਾਲ ਕਿਸੇ ਨੂੰ ਦੇ ਕੇ ਤੋਰੋਂਗੇ ਜਾਂ ਆਪ ਲੈ ਕੇ ਜਾਓਗੇ ਤਾਂ ਭਾਰ ਹੈ ਗਧਾ ਤਾਂ ਪਹਿਲਾਂ ਹੀ ਹੈ ਮੈਂ ਗਧਿਆਂ ਵਰਗੇ ਹੀ ਆ ਲੱਦੇ ਪਏ ਆ ਵਿਚਾਰਾਂ ਦੇ ਇੰਨਾ ਰਸ਼ ਹੈ ਅੰਦਰ ਗਧਾ ਹੀ ਤਾਂ ਹੈ ਸਾਰਾ ਦਿਨ ਪਤਾ ਨਹੀਂ ਕਿਹਦਾ ਕਿਹਦਾ ਭਾਰ ਲੈ ਕੇ ਤੁਰਿਆ ਫਿਰਦਾ ਮੈਂ ਤੁਸੀਂ ਆਪਦਾ ਨਿਬੇੜੋ ਆਹ ਵਧੀਆ ਯੁਕਤ ਥਿਆਈ ਹੈ ਜੇ ਗਧਾ ਕਹਿਣਾ ਪਹਿਲਾਂ ਆਪ ਨੂੰ ਕਹਿ ਲਓ ਫਿਰ ਗੁੱਸਾ ਨਹੀਂ ਕਰਦਾ ਕੋਈ ਹਾਂ ਸੱਚੀ ਗੱਲ ਆ ਕੋਈ ਵੀ ਗੱਲ ਕਰ ਲਓ ਪਹਿਲਾਂ ਆਪਦੇ 'ਤੇ ਲੈ ਲਓ ਧਰਮ ਨਾਲ ਨਜ਼ਾਰਾ ਹੀ ਹੈ ਕਿੰਨਾ ਯਾਰ ਮੰਨਣ 'ਚ ਕਿੰਨਾ ਸੁੱਖ ਹੈ ਜੇ ਆਪਾਂ ਇਕੱਲੇ ਇਕੱਲੇ ਬਹਿ ਕੇ ਮੰਨੀਏ ਕਿ ਯਾਰ ਅਸੀਂ ਪਾਪੀ ਹਾਂ ਭਰਾਵਾ ਸੱਚੀ ਗੱਲ ਆ ਬਾਲਕਾਂ ਮਹਿਲੇ ਹਾਂ ਯਾਰ ਅਸੀਂ ਸਾਡੇ ਹੱਥ ਵੱਸ ਨਹੀਂ ਹੈ ਕੋਈ ਕਰ ਕਿਰਪਾ ਯਾਰ ਤੂੰ ਕੋਈ ਸਾਨੂੰ ਮਾੜਾ ਮੋਟਾ ਮੋੜ ਇੱਧਰਲੇ ਪਾਸਿਓ ਤਾਂ ਜਦੋਂ ਤਰਲਾ ਕਰਦੇ ਹਾਂ ਮਿਹਨਤ ਕਰਦੇ ਹਾਂ ਉਹਦੀ ਤਾਂ ਫਿਰ ਸੁਣਿਆ ਕਹਿੰਦੇ ਮਾਫ਼ ਕਰਦਾ ਉਹ ਆ ਜਾਓ ਮਸਤਾਨਾ ਜੋਗੀ ਨਾਲ ਨਾਲ ਮੇਰੇ ਆਇਓ ਆਪਾਂ ਸਾਜ ਬਾਅਦ ਚੱਕਾਂਗੇ ਜਦ ਲੋਕ ਕਹਿਣ ਬਦਕਾਰ ਰੇ ਨਾ ਦੇ ਰੇ ਨਾ ਰੋ ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ ਭਾਈ ਜਦ ਇੱਥੇ ਇੱਥੇ ਬੱਲੇ ਬੱਲੇ ਨੂੰ ਰੋਂਦਾ ਬੰਦਾ ਕਮਰ ਗਰੇਵਾਲ ਕਹਿੰਦਾ ਚਾਰ ਗੀਤ ਚੱਲਣ ਤੇ ਰੌਲੇ ਨਿਬੜਨ ਉਹ ਕਹਿੰਦਾ ਨਹੀਂ ਉਹ ਜਮਾਂ ਹੀ ਕਹਾਣੀ ਉਲਟਾ ਹੈ ਉਹ ਕਹਿੰਦਾ ਦੁਨੀਆਂ ਦੀ ਉਹ ਫਿੱਟੇ ਮੂੰਹ ਹੋ ਜੇ ਕੁੱਟ ਪਵੇ ਛਿੱਤਰ ਪੈਣ ਤੇਰੇ ਤੈਨੂੰ ਘੜੀਸਿਆ ਹੋਵੇ ਰੌਲੇ ਤੇਰੇ ਤਾਂ ਨਿਬੜਨਗੇ ਜਦ ਲੋਕ ਕਹਿਣ ਬਦਕਾਰ ਤੇ ਰੌਲਾ ਮੁੱਕ ਜਾਂਦਾ ਜਦ ਅੰਦਰੋਂ ਜੁੜ ਜੇ ਤਾਰ ਤੇ ਰੌਲਾ ਮੁੱਕ ਜਾਂਦਾ ਅੰਦਰੋਂ ਜੁੜ ਜੇ ਤਾਰ ਤੇ ਰੌਲਾ ਲੋਕ ਬੁੱਲੇ ਨੂੰ ਮਤਾਂ ਦਿੰਦੇ
कैसी शक्ल बनाई तैं भाई लोग भुले नू मत्ता दिंदे कैसी शक्ल बनाई तैं वे पैरी झांजर कन्ना च कांटे आ पिछे गुत लमकाई तैं वे पिछे गुत लमकाई तैं बुले ने पैर झांजरा पालिया सी कन्ना च कांटे पिछे गुत कर ली सी बीबियां कहन लग गई शायद आए तो गुरु रुस गया जानने वाले जानते हो गए गुरु रुस गया तो बीबिया वो पिंड दियाँ मश्करियां करा कर बोलिया तैनू भाई ऐसा कि रोग लग गया मोया तू पैर च झांजर बंदा च होके मर्द होके कन्ना च कांटे पाई फिर पिछे गुत करी फिर कि रोग लग गया तेन तो बाबे बुले ने एको च नबेड़ती कहता भलियो मानसो जद रुसिया मन जे यार वे यार वेरे नाम जद रुसिया मन जे यार ते रौला मुक जांदा नी जद अंदरों जुड़ जे तार ते रौला मुक जांदा मार लो ताड़ी अंदरों और जी एक गल होर भी जे को मेरे वर्गा कले ड्रामे करता रहे और चरखा ना डावे फिर ओदे रौले होर तरीके निबड़दे है ओदे किवें निबड़दे है चक बंदे ला जन चार ते रौला मुक जांदा चक बंदे ला जन चार ते स्यापा ही मुक जांदा मुक गई मुंडे दी मां ते पापा मुक जाना अंदरों जुड़ जे तार ते रौला आज मस्ताना जोगी पढ़ दे तकिया मैं बाबर दे दरबार इक मस्ताना जोगी तकिया मैं बाबर दे दरबार इक मस्ताना जोगी तकिया मैं बाबर दे दरबार इक मस्ताना जोगी बाबर दे जेल खाने पी सुन नू मिलते दाने बाबर दे जेल खाने पी सुन नू मिलते दाने भाई बाबर दे जेल खाने पी सुन नू मिलते दाने बाबर दे जेल खाने बोलो भाई गुरजो मिलते दाने आ चक्की ता बोले सत करतार इक मस्ताना जोगी तकिया मैं बाबर दे दरबार मस्ताना जोगी तकिया मैं बाबर दे दरबार इक मस्ताना जोगी बांदे कोल बढ़ने पाया पांदे नू आप पढ़ाया पांदे कोल पढ़ने पाया जी पांदे नू आप पढ़ाया नी पांदे कोल पढ़ने पाया पांदे नू आप पढ़ाया पांदे कोल पढ़ने पाया जी पांदे नू आप पढ़ाया आ फट्टी ते लिखिया इक ओंकार इक मस्ताना जोगी वेख के पूरन करनी बाबर आ डिगया चरनी 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 बख्शो जी बख्शो बख्शो जी मैनू बख्शन हार इक मस्ताना जोगी तकिया मैं बाबर दे दरबार इक मस्ताना जोगी तकिया मैं बाबर दे दरबार इक मस्ताना जोगी तकिया मैं बाबर दे दरबार इक मस्ताना जोगी
ਆ ਜਾਓ ਅਗਲਾ ਹੁਣ ਗਾਉਣੇ ਆ ਤੂੰਬਾ ਵੱਜਦਾ ਪੁੱਤ ਪਾਲ ਕੇ ਹੈ ਪੁੱਤ ਪਾਲ ਕੇ ਸੁਣਨਾ ਜੀ ਕਹਿੰਦੇ ਦੁੱਧਾਂ ਨਾਲ ਪੁੱਤ ਪਾਲ ਕੇ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਦੁੱਧਾਂ ਨਾਲ ਪੁੱਤ ਪਾਲ ਕੇ ਉਹ ਹਾਂ ਗੱਲ ਫਲਾਵਰ ਵਾਲੀ ਵਿੱਚੇ ਰਹਿ ਗਈ ਸੀ ਨਾ ਤਾਂ ਉੱਥੇ ਉਹ ਫਲਾਵਰ ਵਾਲਾ ਟੋਲ ਲੰਘ ਕੇ ਮੈਂ ਕਿਸੇ ਉਹ ਦੁੱਧ ਵਾਲੇ ਕਾਊਂਟਰ ਦੇ ਮਗਰ ਲਿਖਿਆ ਪੜਿਆ ਸੀ ਦੁੱਧਾਂ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਤਾਂ ਇਹ ਉੱਧਰ ਵੀ ਆ ਇੱਧਰ ਵੀ ਆ ਸੇਮ ਸੇਮ ਹੀ ਹੈ ਉੱਧਰ ਆਏ ਆ ਨਾਥ ਆਸ਼ਰਮ ਵਾਲੇ ਉਹ ਦੂਜੇ ਲੈ ਜਾਂਦੇ ਉਹ ਬਿਰਧ ਆਸ਼ਰਮ ਵਾਲੇ ਤਾਂ ਇੱਥੇ ਆਏ ਆ ਵੀ ਪੁੱਤ ਜਾ ਕੇ ਪੈਸੇ ਵੀ ਦੇ ਆਉਂਦਾ ਕੇਅਰ ਸੈਂਟਰ 'ਚ ਵੀ ਭਾਈ ਤੁਸੀਂ ਸਾਂਭੋ ਅਤੇ ਮੈਂ ਹਫ਼ਤੇ ਬਾਅਦ ਆ ਕੇ ਪਤਾ ਲੈ ਜਾ ਕਰੂੰਗਾ ਬਸ ਇੰਨਾ ਕੁ ਫਰਕ ਹੈ ਜਿਨ੍ਹਾਂ ਨੇ ਭੇਜੇ ਵੇ ਮੇਰੇ ਨਹੀਂ ਉਹ ਫਿਟੇ ਮੂੰਹ ਭੇਜ ਦਿਓ ਭਾਈ ਉਹਨਾਂ ਨੂੰ ਜੇ ਜਾਣਦੇ ਹੋ ਕਿਸੇ ਨੂੰ ਇਹ ਸਾਡੀ ਸੰਸਕ੍ਰਿਤੀ 'ਚ ਪਹਿਲੀ ਅਤੇ ਆਖਰੀ ਗੱਲ ਹੈ ਜਿਹੜਾ ਆਪਦੀ ਸਾਕੀ ਮਾਂ ਦਾ ਨਹੀਂ ਉਹ ਦੁਨੀਆਂ 'ਚ ਕਿਸੇ ਦਾ ਹੀ ਨਹੀਂ ਉਹਦੇ 'ਤੇ ਤਾਂ ਯਕੀਨ ਹੀ ਨਾ ਕਰੇ ਧਰਤੀ ਭਾਰ ਨਹੀਂ ਚੱਲਦੀ ਉਹਦਾ ਜਿਹਨੇ ਇਹ ਗੱਲ ਬੋਲਤੀ ਜਿਹਦੀ ਜ਼ਬਾਨੋਂ ਇਹ ਗੱਲ ਨਿਕਲ ਗਈ ਕਿ ਮਾਂ ਮੇਰੀ ਹੈ ਤੂੰ ਮੈਨੂੰ ਲੱਖ ਪਾਲਿਆ ਮੈਨੂੰ ਜਵਾਨ ਕੀਤਾ ਮੇਰਾ ਖਿਆਲ ਰੱਖਿਆ ਪਰ ਹੁਣ ਮੇਰੀ ਸੋਚ ਤੇਰੇ ਨਾਲ ਨਹੀਂ ਮਿਲਦੀ ਢੱਠੇ ਖੂਚ ਜਾਵੇ ਭਾਈ ਇਹੋ ਜਿਹਾ ਪੁੱਤ ਉਹਦੀ ਕਿਹੜੀ ਬੰਦਗੀ ਕਿਹੜੀ ਯਾਤਰਾ ਉਹ ਮੈਂ ਤਾਂ ਕਹਿੰਦਾ ਕਿ ਉਹਦਾ ਜਨਮ ਹੀ ਨਹੀਂ ਹੋਇਆ ਨਿਗਰ ਗਿਆ ਉਹ ਮਾਂ ਯਾਰ ਇਹ ਤਾਂ ਗੁਰਬਾਣੀ 'ਚ ਵੀ ਹੈ ਕਿ 9 ਮਹੀਨੇ ਪੁੱਠਾ ਲੌਂਕਦਾ ਕਹਿੰਦਾ ਦਵਾਈਆਂ ਪਾਉਣਾ ਕਿ ਇੱਕ ਵਾਰੀ ਜੱਗ ਦਿਖਾ ਮੈਨੂੰ ਔਰ ਕਲੇਜੇ ਦਾ ਟੁਕੜਾ ਕਹਿੰਦੇ ਆਂਦਰਾਂ ਕਹਿੰਦੇ ਮਾਂ ਦੀਆਂ ਉਹਨਾਂ ਨੇ ਉੱਧਰ ਵੀ ਲਿਖਤਾ ਕਿ ਜੇ ਇੱਥੋਂ ਕੋਈ ਤੁਰਦਾ ਜਾਂਦਾ ਕਿਸੇ ਦੀ ਮੌਤ ਹੁੰਦੀ ਹੈ ਬਾਕੀ ਸਾਰੇ ਰਿਸ਼ਤੇ ਝੂਠ ਕਹਿਤੇ ਉਹਨੇ ਮਾਂ ਬਾਰੇ ਲਿਖਤਾ ਕਿ ਜਬ ਤੱਕ ਜੀਏ ਮਾਤਾ ਰੋਏ ਜੇ ਕਿਸੇ ਦਾ ਭਰ ਉਮਰ 'ਚ ਗਿਆ ਨਾ ਭਰ ਉਮਰ ਕੀ ਕਿਸੇ ਦਾ 60 ਦਾ ਵੀ ਗਿਆ ਜੇ ਮਾਂ ਬੈਠੀ ਹੈ ਤਾਂ ਉਹਨੇ ਲਿਖ ਕੇ ਗਿਆ ਕਿ ਜਬ ਤੱਕ ਜੀਏ ਮਾਤਾ ਰੋਏ ਬਹਿਣ ਰੋਏ 10 ਮਾਸਾ ਰੇ 13 ਦਿਨ ਤੱਕ ਪ੍ਰਿਆ ਰੋਏ ਫੇਰ ਕਰੇ ਘਰ ਵਾਸਾ ਰੇ ਕੱਲੀ ਹੋਈ ਮਾਂ ਬਾਕੀ ਪਤਨੀਆਂ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਸਭ ਹੌਲੀ ਹੌਲੀ ਜ਼ਖਮ ਭਰਦੇ ਭਰਦੇ ਭਰ ਜਾਂਦੇ ਆ ਕੱਲੀ ਮਾਂ ਦਾ ਨਹੀਂ ਭਰਦਾ ਜਦੋਂ ਤੱਕ ਜਿਉਂਦੀ ਹੈ ਰੋਜ਼ ਮਰਦੀ ਆ ਉਹ ਰੋਜ਼ ਮਰਦੀ ਹੈ ਉਹ ਉਸ ਪੁੱਤ ਲਈ ਇਸ ਕਰਕੇ ਇੱਥੇ ਜੇ ਗੱਲ ਕਰੀਏ ਤਾਂ ਤੰਦ ਇਹਦੀ ਹੋਈ ਹੈ ਜਿਹਨੂੰ ਮਾਨਤਾ ਦਿੱਤੀ ਆ ਉਹਨੇ ਆ ਜਾਓ ਦੁੱਧਾਂ ਨਾਲ ਪੁੱਤ ਪਾਲ ਕੇ ਆ ਸਾਡੇ ਮੁੰਡੇ ਨੇ ਹਨੇਰੀਆਂ ਠਾਲ ਰੱਖੀਆਂ ਨਾ ਹਜੇ ਆਪ ਨੀ ਕੀਬੋਰਡ ਜਿੱਡਾ ਹੋਇਆ ਜਿੰਨਾ ਵਜਾਈ ਜਾਂਦਾ ਇਹ ਹੁਣ ਤਾਂ 20 ਸਾਲਾਂ ਦਾ ਹੋ ਗਿਆ ਜਦੋਂ ਮੇਰੇ ਨਾਲ ਆਇਆ ਸੀ ਉਦੋਂ 17 ਦਾ ਹੀ ਸੀ 17 ਕੀ ਮੇਰੇ ਖਿਆਲ 16 ਕਦਾ ਹੀ ਹੋਊਗਾ ਉਦੋਂ ਹਜੇ BA 'ਚ ਪੜ੍ਹਦਾ ਹੈ ਇਹ ਦੋਨੇ ਭਰਾ ਆ ਤਬਲੇ ਵਾਲਾ ਬੈਠਾ ਨਾ ਓ ਇੱਕ ਆ ਇਹ ਦੋਨੇ ਭਰਾ ਇਹ ਨਾਭੇ ਦੇ ਹੈ ਬਾਬਾ ਤੁਰੀਆ ਥੋੜ੍ਹੇ ਜਿਹਾ ਬਹੁਤ ਜਾਣਦੇ ਹੋਣਗੇ ਬਾਬੇ ਤੁਰੀਆ ਦਾ ਨਾ ਗੀਤ ਬੜਾ ਮਸ਼ਹੂਰ ਹੋਇਆ ਸੀ ਇਹਦੀ ਜਵਾਨੀ ਵੇਲੇ ਦੀ ਗੱਲ ਆ ਹੁਣ ਤਾਂ ਚਲੋ ਬਜ਼ੁਰਗ ਹੋ ਗਿਆ ਇਹਦਾ ਗੀਤ ਬੜਾ ਮਸ਼ਹੂਰ ਹੋਇਆ ਸੀ ਇਹਨੇ ਗਾਇਆ ਸੀ ਬਾਬੇ ਨੇ ਆਪ ਵਿੱਚ ਝਾਂਜਰ ਬਣ ਮਿੱਤਰਾ ਤੈਨੂੰ ਅੱਡੀਆਂ ਗੂੰਜ ਕੇ ਪਾਵਾਂ ਉਹ ਇਹ ਬਾਬੇ ਦਾ ਗਾਇਆ ਹੈ ਇਹ ਬੜਾ ਮਸ਼ਹੂਰ ਮਕਬੂਲ ਗੀਤ ਸੀ ਉਹਨਾਂ ਵੇਲਿਆਂ ਦਾ ਇਹ ਝਾਂਜਰ ਬਣ ਮਿੱਤਰਾ ਵੇ ਤੈਨੂੰ ਅੱਡੀਆਂ ਗੂੰਜ ਕੇ ਹਾਂ ਇਹ ਉਹੀ ਹੈ ਇਹ ਉਹੀ ਹੈ ਆਹ ਕਸ਼ਮੀਰਾ ਸਾਡਾ ਢੋਲੀ ਇਹ ਇਹਨਾਂ ਦਾ ਗਵਾਂਢੀ ਹੈ ਇਹਦੇ ਕਿੰਨੂਆਂ ਦੇ ਬਾਗ ਹੈ ਨਾਭੇ ਇਹਦੇ ਕਿੰਨੂਆਂ ਦੇ ਬਾਗ ਹੈ ਇਹ ਉੱਥੇ ਹੀ ਰਹਿੰਦਾ ਜਦੋਂ ਪ੍ਰੋਗਰਾਮ ਨਹੀਂ ਹੁੰਦਾ ਆਪਦੇ ਬਾਗ 'ਚ ਹੈ ਉੱਥੇ ਘੁੱਗੀਆਂ ਕਬੂਤਰ ਉਡਾਈ ਜਾਂਦਾ ਜਦੇ ਪ੍ਰੋਗਰਾਮ ਹੁੰਦਾ ਉਹਦਾ ਢੋਲ ਚੱਕ ਆ ਜਾਂਦਾ ਨਾਲ ਆਹ ਸਾਡਾ ਉਹ ਦੀਪੂ ਖੰਨੇ ਤੋਂ ਹੈ ਇਹ ਖੰਨੇ ਤੋਂ ਹੈ ਇਹਦੀ ਆ ਇਹਦੀ ਇਸ ਨੇ ਮਾਰ ਛੱਡਿਆ ਉਹਦੇ 'ਚ ਇਹੀ ਵਜਾਈ ਜਾਂਦਾ ਸਾਰਾ ਦਿਨ ਤਾਂ ਇਹ ਜਦੋਂ ਦਾ ਮੇਰਾ ਕੰਮ ਜਿਹਾ ਚੱਲਿਆ ਇਹ ਉਦੋਂ ਦੇ ਇਹੀ ਹੈ ਇਹ ਪੰਜੇ ਇਹ ਨਹੀਂ ਬਦਲੇ ਹਾਂ ਨਹੀਂ ਬਦਲਣਾ ਵੀ ਨਹੀਂ ਚਾਹੀਦਾ ਮਾਮੇਰੀ ਸੱਚੀ ਗੱਲ ਜਿੱਥੋਂ ਕਹਾਣੀ ਚੱਲੀ ਹੈ ਜੇ ਉਹੀ ਛੱਡਤੇ ਤਾਂ ਫਿਰ ਭਾਈ ਕਹਿੰਦੇ ਗੜਬੜ ਹੋ ਜਾਂਦੀ ਹੈ ਇਸ ਕਰਕੇ ਪੱਕਾ ਹੀ ਹੈ ਉਹ ਲਾਡੀ ਹੈ ਇਹਦੇ ਕਰਕੇ ਮੈਂ ਰੋਟੀ ਖਾਂਦਾ ਜੇ ਮੈਂ ਆਪ ਪ੍ਰੋਗਰਾਮ ਬੁੱਕ ਕਰਨੇ ਹੁਣ ਮੈਂ ਭੁੱਖਾ ਮਰ ਜਾ ਇਹੀ ਲੈਂਦਾ ਠੋਕ ਕੇ 2 ਲੱਖ ਆ ਜਾਓ ਅਗਲਾ ਤੂੰਬਾ ਵੱਜਦਾ ਝਨਾ ਤੋਂ ਸੁਣੇ ਪਾਰ ਤੇ ਵਿੱਚ ਉਹ ਦੁੱਧਾਂ ਨਾਲ ਪੁੱਤ ਪਾ ਕੇ
ਆ ਬੋਤਲ ਫੜੀ ਯਾਰ। ਆਪਾਂ ਕਿੰਨੇ ਵਜੇ ਲੱਗੇ ਸੀ? ਹੈ 7:30 ਯਾਰ, 10 ਵੱਜ ਗਏ ਯਾਰ, 2.5 ਘੰਟੇ ਹੋ ਗਏ। ਮੈਂ ਵੇਹਲਾ, ਤੁਸੀਂ ਕੰਮ ਤੇ ਜਾਣਾ ਤੜਕੇ, ਹਾਂ ਆਪਦਾ ਦੇਖ ਲਿਓ, ਜਦੋਂ ਚਿੱਤ ਜਾ ਭਰ ਗਿਆ ਉਦੋਂ ਕਹਿ ਦਿਓ, ਆਪਾਂ ਵਧਾ ਦਾਂਗੇ, ਹੈ ਨਾ। ਹਾਂ ਚਲੋ, ਮਾਂ ਵਾਲ ਗੀ ਦੁੱਧ ਨਾਲ ਪੁੱਤ ਪਾਲ ਕੇ। ਮੇਰੀਆਂ ਨਾ ਭਾਬੀਆਂ ਨੇ ਕੀ ਕਰਾਂ ਯਾਰ, ਇੱਕ ਤਾਂ ਪਿੰਡ ਦਾ ਗੱਲਾਂ ਹੀ ਬਹੁਤ ਆਉਂਦੀਆਂ ਨੇ। ਆਹ ਜਿਹੜਾ ਆਹ ਹੈ ਨਾ, ਇਹ ਮੈਂ 6ਵੀਂ ਕਲਾਸ ਸਿੱਖਣ ਲੱਗਿਆ। ਆ ਪਹਿਲਾਂ ਮੇਰਾ ਡਰਾਮਾ ਜਿਹਾ ਵੀ ਤੁਸੀਂ ਦੇਖ ਕੇ ਹਟੋ ਇੱਥੇ, ਉਹ ਸਾਰੀਆਂ ਸੱਚੀਆਂ ਨਹੀਂ, ਇਹਨਾਂ ਨੇ ਲਾਡੀ ਹੋਰਾਂ ਨੇ ਧੱਕੇ ਨਾ ਪਾਈਆਂ ਵਿੱਚ। ਉਹ ਤੁਹਾਨੂੰ ਮੈਂ ਦੱਸਦਾ, ਮੇਰੀ ਡਾਕੂਮੈਂਟਰੀ ਦਿਖਾਈ ਸੀ ਨਾ ਇਹਨਾਂ ਨੇ, ਉਹ 'ਚ ਬਹੁਤ ਗੱਲਾਂ ਝੂਠ ਹੈ, ਇਹਨਾਂ ਨੇ ਮੇਰਾ ਅਸਲੀ ਕਰੈਕਟਰ ਤਾਂ ਦਿਖਾਇਆ ਹੀ ਨਹੀਂ। ਹਾਂ ਯੂਨੀਵਰਸਿਟੀ ਵੇਲੇ 2004 ਤੋਂ 2010 ਵਾਲਾ ਕੰਮ ਮੇਰਾ ਸ਼ੈਤਾਨ ਵਾਲਾ ਸੀ, ਬਹੁਤ ਵਿਗੜਿਆ ਹੋਇਆ ਸੀ ਮੈਂ। ਮੇਰਾ ਧੌਲਾ ਝਾਟਾ ਤੁਸੀਂ ਦੇਖ ਲਿਆ ਹੋਊਗਾ, ਸਾਰਾ ਖੁਸਰੇ ਦੀ ਅੱਡੀ ਵਰਗਾ ਕੱਢਿਆ ਹੋਇਆ ਸੀ। ਤਾਂ ਬਹੁਤ ਸਾਰੀਆਂ ਗੱਲਾਂ ਅਜੇ ਹੋਰ ਆ ਜਿਹੜੀਆਂ ਯੂਨੀਵਰਸਿਟੀ ਵਿੱਚ 6 ਸਾਲਾਂ 'ਚ ਮੈਂ ਬੜੀਆਂ ਗਲਤੀਆਂ ਕੀਤੀਆਂ, ਔਰ ਉਹ ਉਹਨਾਂ ਦਾ ਪਤਾ ਲੱਗਿਆ ਜਾ ਕੇ ਬੇਬੇ ਕੋਲ। ਤਾਂ ਫਿਰ ਪਤਾ ਲੱਗਿਆ ਕਿ ਯਾਰ ਕਮਰ ਸਿਆ ਇੱਕ ਜ਼ਿੰਦਗੀ ਇਸ ਤਰ੍ਹਾਂ ਦੀ ਵੀ ਹੈ, ਤਾਂ ਪੈਸੇ ਤਾਂ ਮੈਂ ਵੀ ਕਮਾਉਣਾ ਹੈ। ਜੇ ਮੈਂ ਯੂਨੀਵਰਸਿਟੀ 'ਚ ਹੁੰਦਾ, ਮੈਨੂੰ ਮੇਰੀ ਬੇਬੇ ਨਾ ਮਿਲਦੀ ਇਸ ਜਨਮ 'ਚ, ਤਾਂ ਫਿਰ ਹੋ ਸਕਦਾ ਕਿ ਤੁਸੀਂ ਆ ਪਰਿਵਾਰਾਂ ਨੇ ਨਹੀਂ ਮੇਰੇ ਸ਼ੋਅ 'ਚ ਆਉਣਾ ਸੀ। ਹੋ ਸਕਦਾ ਮੈਂ ਮਸ਼ਹੂਰ ਹੋ ਜਾਂਦਾ, ਪਰ ਫਿਰ ਇਕੱਲੇ ਮੁੰਡੇ ਹੀ ਹੋਣੇ ਸੀ। ਫਿਰ ਕਿਸੇ ਕਲੱਬ 'ਚ ਪ੍ਰੋਗਰਾਮ ਹੁੰਦਾ ਮੇਰਾ, ਤਾਂ ਫਿਰ ਉੱਦਾਂ ਮੈਂ ਉਹ ਟਾਈਪ ਕੰਮ ਹੁੰਦਾ ਮੇਰਾ। ਪਰ ਥੋੜ੍ਹਾ ਬਹੁਤਾ ਜਦੋਂ ਬੇਬੇ ਨੇ ਦੱਸਿਆ ਕਿ ਪੁੱਤ ਜ਼ਿੰਦਗੀ ਇਸ ਤਰ੍ਹਾਂ ਵੀ ਹੈ, ਤਾਂ ਫਿਰ ਕੰਮ ਤਾਂ ਮੇਰਾ ਵੀ ਚੱਲਿਆ। ਮੈਨੂੰ ਕਿੰਨਾ ਪਿਆਰ ਮਿਲਿਆ ਯਾਰ, ਮੈਂ ਤਾਂ ਕੋਈ ਗੰਦਾ ਗੀਤ ਗਾਇਆ ਨਹੀਂ, ਮੈਨੂੰ ਕਿੰਨਾ ਪਿਆਰ ਦਿੱਤਾ, ਸੱਚੀ ਗੱਲ ਆ। ਕੋਈ ਮੇਰੇ ਖਿਆਲ 'ਚ ਮਾਪ ਤੋਲ ਹੀ ਨਹੀਂ, ਐਡੇ ਐਡੇ ਇਕੱਠ ਹੁੰਦੇ ਆ ਯਾਰ, ਸੱਚੀ ਗੱਲ। ਉੱਥੇ ਸੁਣਨ ਵਾਲਿਆਂ ਦੇ ਉਹ ਕੀ ਸੁਣਨ ਆਉਂਦੇ ਆ, ਕੰਵਰ ਗਰੇਵਾਲ ਥੋੜ੍ਹਾ ਸੁਣਨ ਆਉਂਦੇ ਆ, ਉਹ ਸੱਚ ਸੁਣਨ ਆਉਂਦੇ ਆ। ਉਹਨਾਂ ਨੂੰ ਪਤਾ ਹੈ ਕਿ ਉਹਨੇ ਗੀਤ ਕੋਈ ਇਸ ਤਰ੍ਹਾਂ ਦਾ ਨਹੀਂ ਗਾਉਣਾ, ਇਸ ਕਰਕੇ ਦਾਦਾ ਵੀ ਨਾਲ ਆ ਗਿਆ, ਨਾਲ ਪੋਤੀ ਵੀ ਆ ਗਈ, ਨਾਲ ਨੂੰਹ ਵੀ ਆ ਗਈ, ਨਾਲ ਮੁੰਡਾ ਵੀ ਆ ਗਿਆ, ਨਾਲ ਗਾਂ ਵੀ ਹੋਰ ਵੀ ਆਂਢੀ ਗੁਆਂਢੀ ਆ ਗਏ। ਪਤਾ ਹੈ ਕਿ ਯਾਰ, ਨਹੀਂ ਤਾਂ ਇਸ ਕਰਕੇ ਤੁਸੀਂ ਕਰ ਸਕਦੇ ਹੋ, ਤੁਸੀਂ ਕਿਸੇ ਤੋਂ ਨਹੀਂ ਡਰਦੇ, ਉੱਥੋਂ ਬੇਫਿਕਰ ਹੋ ਤੁਸੀਂ, ਇੱਥੇ ਨਿਧੜਕ ਹੋ ਕੇ ਬੋਲਦੇ ਹੋ ਤੁਸੀਂ। ਕਿਸੇ ਸਰਕਾਰ ਲਈ ਬੋਲਣਾ ਹੋਵੇ, ਕਿਸੇ ਧਰਮ ਲਈ ਬੋਲਣਾ ਹੋਵੇ, ਕੋਈ ਸਮਾਜਿਕ ਮੁੱਦਾ ਹੋਰ ਕੋਈ ਵੀ ਹੋ, ਤੁਸੀਂ ਬੋਲ ਦਿੰਦੇ ਹੋ, ਕਿਉਂਕਿ ਤੁਹਾਨੂੰ ਡਰ ਨਹੀਂ ਹੈ। ਇਸ ਕਰਕੇ ਥੋੜ੍ਹਾ ਬਹੁਤਾ ਗਾਉਣ ਵਾਲਾ, ਮੈਂ ਕਿਸੇ ਦੀ ਕੋਈ ਨਿੰਦਿਆ ਚੁਗਲੀ ਨਹੀਂ ਕਰਦਾ, ਬਸ ਸਿਰਫ ਇੰਨਾ ਕੁ ਖਿਆਲ ਰੱਖਿਆ ਕਰੋ, ਜਦੋਂ ਅਸੀਂ ਉੱਧਰੋਂ ਆਉਂਦੇ ਹਾਂ ਨਾ ਗਾਉਣ, ਤਾਂ ਤੁਹਾਡੇ ਮੁਖਾਰਬਿੰਦ 'ਚ ਇੱਕ ਸਵਾਲ ਖੜਾ ਹੋਵੇ ਕਿ ਭਾਈ ਵੇਖੀ ਕਿਤੇ ਸਾਡੀਆਂ ਧੀਆਂ ਭੈਣਾਂ ਵੀ ਬੈਠੀਆਂ, ਕੋਈ ਇਸ ਤਰ੍ਹਾਂ ਦੀ ਗੱਲ ਨਾ ਗਾਈ ਜਿਹੜੀ ਸਾਡੀ ਸੰਸਕ੍ਰਿਤੀ ਨੂੰ ਸੂਟ ਨਹੀਂ ਕਰਦੀ। ਔਰ ਜਦੋਂ ਤੁਸੀਂ ਕਹੋਗੇ ਨਾ, ਫਿਰ ਸਾਡੀ ਜ਼ਿੰਮੇਵਾਰੀ ਹੋਰ ਵੱਧ ਜੂਗੀ ਕਿ ਯਾਰ ਗਲਤ ਤਾਂ ਸਹੀ ਹੈ। ਤੁਸੀਂ ਆਪਦੀਆਂ ਮਾਵਾਂ ਭੈਣਾਂ ਧੀਆਂ ਨਾਲ ਪਤਨੀਆਂ ਲੈ ਕੇ ਆਉਣੇ ਹੋ, ਅਤੇ ਸਾਡੀਆਂ ਵੀ ਤਾਂ ਹੈਗੀਆਂ ਨੇ ਘਰੇ। ਜੇ ਅਸੀਂ ਆ ਕੇ ਇੱਥੇ ਤੁਹਾਨੂੰ ਕੋਈ ਲੱਚਰਤਾ ਗੰਦੇ ਗੀਤ ਸੁਣਾਵਾਂਗੇ, ਉਸ ਤਰ੍ਹਾਂ ਦਾ ਕੰਮ ਕਰਾਂਗੇ, ਤਾਂ ਫਿਰ ਭਾਈ ਸਾਡੇ ਘਰੇ ਵੀ ਹੈ। ਪਰ ਇਸ ਚੀਜ਼ ਨੂੰ ਤੁਸੀਂ ਜ਼ਿਆਦਾ ਰੋਕ ਸਕਦੇ ਹੋ, ਤੁਸੀਂ ਜ਼ਿਆਦਾ ਰੋਕ ਸਕਦੇ ਹੋ। ਤਾਂ ਇਸ ਕਰਕੇ ਇਸ ਫਰਜ਼ ਨੂੰ ਆਪਦੇ ਨੂੰ ਯਾਦ ਰੱਖਿਓ ਕਿ ਭਾਈ ਜੇ ਇੱਥੇ ਕੋਈ ਗਾਉਣ ਵਾਲਾ ਆਉਂਦਾ ਨਾ, ਤਾਂ ਸਾਨੂੰ ਪਹਿਲਾਂ ਕੋਈ ਪਤੇ ਦੀ ਗੱਲ ਸੁਣਾ। 3 ਘੰਟੇ ਅਸੀਂ ਲੈ ਕੇ ਤਾਂ ਆਏ ਹਾਂ ਤੇਰੇ ਲਈ, ਪਰ ਕੋਈ ਇਸ ਤਰ੍ਹਾਂ ਦੀ ਗੱਲ ਕਰਕੇ ਜਾ ਯਾਰ ਜਿਹਦੇ 'ਚ ਸਾਨੂੰ ਕੋਈ ਸਿੱਖਣ ਨੂੰ ਵੀ ਮਿਲੇ। ਹੈ ਫਾਇਰ ਕਰਦਾ ਜੱਟ, ਫਾਇਰ ਤਾਂ ਕਰਦਾ ਪਰ ਦੱਸ ਤਾਂ ਸਹੀ ਨਾ, ਉਦੋਂ ਬਾਅਦ 302 ਵੀ ਲੱਗਦੀ ਹੈ। ਫਾਇਰ ਕਰਨਾ ਕੋਈ ਮਾੜੀ ਗੱਲ ਨਹੀਂ, ਚਲਾ ਬੰਦੂਕਾਂ ਗੋਲੀਆਂ ਚਲਾ, ਹੈ ਨਾ, ਬਹੁਤ ਜ਼ਿਆਦਾ ਚਲਾ, ਪਰ ਉਦੋਂ ਬਾਅਦ ਵੀ ਤਾਂ ਦੱਸ ਨਾ ਵੀ ਹੋਰ ਕੀ ਹੈ, ਉਦੋਂ ਬਾਅਦ ਫਿਰ ਪੁੱਠਾ ਟੰਗ ਲੈਂਦੇ ਹੋ। ਪਟੇ ਹੁਣ ਤਾਂ ਨਾਲੇ, ਹੁਣ ਹੋਰ ਸੁਣ ਮੇਰੀ ਗੱਲ, ਪਟੇ ਵੀ ਪਹਿਲਾਂ ਤਾਂ ਹੱਥ ਨਾਲ ਮਾਰਨੇ ਪੈਂਦੇ, ਹੁਣ ਤਾਂ ਉਹ ਮਸ਼ੀਨ 'ਤੇ ਹੈ। ਹਾਂ ਹਾਂ ਹੁਣ ਤਾਂ ਪੈਟਰੋਲ ਪੰਪ ਵਾਲੀ ਮਸ਼ੀਨ ਵਾਂਗੂ ਵਿੱਚ ਭਰਦੇ, 265 ਸੁੱਚ ਤਾਂ ਬਣੀ ਆ, ਸਾਰੇ ਚੱਲ ਕੇ ਹਟਦੇ ਆ। ਹਾਂ ਹੁਣ ਚਲਾ, ਉਹ ਗੱਲਾਂ 'ਚ ਤਾਂ ਨਿਕਲ ਹੀ ਜਾਣੀਆਂ। ਜਿੰਨਾ ਕੋਲੇ ਮਾਵਾਂ ਹੈ ਨੀ,
ਉਹ ਪੁੱਛੀ ਦੁੱਖ ਸੋਹਣਿਆ ਛਾਂ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ ਉਹ ਬੰਦਾ ਰੋਂਦਾ ਪਿੱਛੋਂ ਬੰਦਾ ਰੋਂਦਾ ਪਿੱਛੋਂ ਓਏ ਵੇਖ ਵੇਖ ਥਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਓਏ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਸਾਂਭੀ ਦੀ ਐ ਸਾਂਭ ਲੈ ਓਏ ਇਹ ਮਾਂ ਤੇ ਰੱਬ ਰੂਪ ਹੈ ਰਾਜਿਆਂ ਨੂੰ ਜੰਮਦੀ ਏ ਓਏ ਭਗਤੀ ਸਰੂਪ ਵੈ ਔਰ ਰਾਜੇ ਵੀ ਧਰੂ ਵਰਗੇ ਜੰਮਦੀ ਹੈ ਆ ਦੁਨੀਆਂ ਵਾਲੇ ਰਾਜੇ ਮੋਹਰਾਂ ਵਾਲੇ ਰਾਜੇ ਨਾ ਸਮਝ ਲਿਓ ਇਹ ਤਾਂ ਉਹਦੇ ਵਾਲੇ ਰਾਜੇ ਹੈ ਜਿਨ੍ਹਾਂ ਨੇ ਇਹ ਰਾਜ ਭਗਤ ਛੱਡ ਕੇ ਉੱਧਰਲੇ ਰਾਜ ਲੈਣ ਦੀ ਗੱਲ ਕੀਤੀ ਆ ਉਹਨਾਂ ਉਹਨਾਂ ਰਾਜਿਆਂ ਨੂੰ ਜੰਮਦੀ ਹੈ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾ ਸਾਂਭੀ ਦੀ ਐ ਸਾਂਭ ਲੈ ਓਏ ਇਹ ਮਾਂ ਤੇ ਰੱਬ ਰੂਪ ਹੈ ਰਾਜਿਆਂ ਨੂੰ ਜੰਮਦੀ ਏ ਓਏ ਭਗਤੀ ਸਰੂਪ ਵੈ ਤਾਈਓ ਮੈਂ ਵੀ ਵੀਰਾ ਤਾਈਓ ਮੈਂ ਵੀ ਵੀਰਾ ਓਏ ਬੇਬੇ ਬੇਬੇ ਗਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਓਏ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਮੇਰੇ ਵਰਗੇ ਕਮਲੇ ਰਮਲੇ ਮਾਵਾਂ ਦੇ ਸਾਂਭੇ ਹੋਏ ਨੇ ਭਾਈ ਸਾਡੇ ਵਰਗੇ ਕਮਲੇ ਰਮਲੇ ਮਾਵਾਂ ਦੇ ਸਾਂਭੇ ਹੋਏ ਨੇ ਤੇਰੀ ਮਿੰਨਤ ਫਕੀਰਾ ਮਨ ਜਾਵੇ ਤੂੰ ਬਹੁਤੇ ਲਾਲ ਲਕੋਏ ਨੇ ਵੇ ਤੇਰੀ ਮਿੰਨਤ ਫਕੀਰਾ ਮਨ ਜਾਵੇ ਤੂੰ ਬਹੁਤੇ ਲਾਲ ਲਕੋਏ ਨੇ ਉਹ ਸੋਹਣਾ ਮਨ ਜੇ ਯਾਰ ਮਨ ਜੇ ਤੇ ਐਸੇ ਵਾਰੀ ਆਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਓਏ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਨੱਥਣੀ ਬਣਾ ਲੈ ਨੱਥ ਪਾ ਦੇ ਨੱਕ ਜੋਗ ਦੀ ਕੀਤੇ ਬੋਲਾ ਤੂੰਬਾ ਵੱਜਦਾ ਝਨਾ ਤੋਂ ਸੁਣੇ ਪਾਰ ਜੋਗੀ ਆਵੇ ਤੂੰਬਾ ਵੱਜਦਾ ਨੱਥਣੀ ਬਣਾ ਲੈ ਨੱਥ ਪਾ ਦੇ ਨੱਕ ਜੋਗ ਦੀ ਵੇਲਿਆਂ ਚ ਫਿਰਦੀ ਦਸੌਂਟਾ ਹੀਰ ਭੋਗ ਦੀ ਹੱਥ ਚੂਰੀ ਵਾਲੇ ਕਾਸਿਆਂ ਦਾ ਭਾਰ ਜੋਗੀ ਆਵੇ ਤੂੰਬਾ ਵੱਜਦਾ ਵੱਜਦਾ ਝਨਾ ਤੋਂ ਸੁਣੇ ਪਾਰ ਜੋਗੀ ਆ ਪੇਸ਼ ਕਰਨ ਲੱਗੇ ਆ ਗੰਦ ਕੇ ਬਹਿ ਜਾਓ ਸਿਆਜਣਾ ਕਾਸਿਆਂ ਦਾ ਭਾਰ ਜੋਗੀ ਆਵੇ ਤੂੰਬਾ ਵੱਜਦਾ ਵੱਜਦਾ ਚਣਾ ਤੂੰ ਸੁਣੇ ਪਾਰ ਜੋਗੀ ਆਵੇ ਤੂੰਬਾ ਵੱਜਦਾ ਵੱਜਦਾ ਚਣਾ ਤੂੰ ਸੁਣੇ ਪਾਰ ਜੋਗੀ ਆਵੇ ਤੂੰਬਾ ਵੱਜਦਾ ਵੱਜਦਾ ਚਣਾ ਤੂੰ ਸੁਣੇ ਪਾਰ ਜੋਗੀ ਆਵੇ ਤੂੰਬਾ ਵੱਜਦਾ
ਇੱਕ ਕਰਕੇ ਅਨੰਗ ਵੇ ਤੇਰੇ ਵੇੜੇ ਵਿੱਚ ਵੇੜੇ ਵਿੱਚ ਵੇੜੇ ਵਿੱਚ ਨੱਚਾ ਹੋ ਨਚਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਪੱਟੀਆਂ ਸਵਾਦੀ ਦੂਰ ਦੂਰ ਵੇ ਨਲਤਣਾ ਚ ਨਲਤਣ ਕਹਿੰਦੇ ਆ ਜੀ ਜਦੋਂ ਦਿਨ ਤੇ ਰਾਤ ਮਿਲਦੇ ਆ ਉਸ ਪੈਰ ਨੂੰ ਨਲਤਣ ਬੋਲਦੇ ਆ ਦੂਰ ਵੇ ਨਲਤਣਾ ਚ ਗੱਜ ਪਵੇ ਨਾਦ ਦੀ ਸੂਫ ਧਾਰ ਬੈਠੀ ਵੇ ਮੈਂ ਪੱਟੀਆਂ ਸਵਾਦੀ ਕਿਹੜੇ ਬਣਾ ਚ ਬਣਾ ਚ ਚੱਪਲਾਥੀ ਬੈਠਾ ਮਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਤੂੰ ਵੱਜਦਾ ਵੱਜਦਾ ਚੜਾ ਤੋ ਸੁਣੇ ਪਾਰ ਜੋ ਵੀ ਆਵੇ ਜਾ ਘਰਾਂ ਨੂੰ ਜਾ ਲਓ ਜਾਂਦੇ ਜਾਂਦੇ ਬੋਲੀਆਂ ਪਾ ਚੱਲੀਏ ਇੱਧਰਲੇ ਘਰ ਦੀਆਂ ਬੋਲੀਆਂ ਸੋ ਇੱਕ ਵਾਰ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਵੇ ਕੀ ਹੋ ਗਿਆ ਵੇ ਕੀ ਕਹਿੰਦਾ ਆਏ ਤਾਂ ਸਾਡੀਆਂ ਬੀਬੀਆਂ ਵੈਣ ਪਾਉਂਦੀਆਂ ਹੁੰਦੀਆਂ ਸਾਡੀਆਂ ਬੀਬੀਆਂ ਦਾ ਇੱਕ ਟਿਪੀਕਲ ਹੈ ਓਏ ਕਿੱਥੇ ਤੁਰ ਗਿਆ ਵੇ ਹਾਏ ਆ ਜਿਹੜਾ ਹਾਏ ਹੈ ਨਾ ਵਿਕਾਸ ਸੋ ਜਾਂਦਿਆਂ ਤਾਂ ਬੋਲੀਆਂ ਸੋ ਮੈਂ ਤੋਂ 3 ਘੰਟਿਆਂ ਦੀ ਇਸ ਮਹਿਫਲ ਦੇ ਵਿੱਚ ਕੁਛ ਐਸਾ ਬੋਲਿਆ ਗਿਆ ਹੋਵੇ ਜਿਹੜਾ ਸੱਚ ਨਾ ਹੋਵੇ ਔਰ ਸਾਡੀ ਸ਼ਾਨ ਦੇ ਖਿਲਾਫ ਹੋਵੇ ਜਾਂ ਤੁਹਾਡੀ ਸ਼ਾਨ ਦੇ ਖਿਲਾਫ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫੀ ਚਾਹੁੰਦਾ ਜੀ ਮਾਲਕ ਸਮਤ ਬਖਸ਼ੇ ਸਵਾਇਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਕੋਮਿਸ਼ ਤੋਂ ਇੱਕ ਪਰਿਵਾਰ ਸਾਡੇ ਬਿੱਲੂ ਬਾਈ ਹੋਣੀ ਸਾਡੇ ਬਾਈ ਜੀ ਲਾਲੀ ਸਾਡਾ ਸਾਡੇ ਗਰੇਵਾਲ ਸਾਹਿਬ ਬਾਈ ਜੀ ਸਾਰੇ ਸਾਡਾ ਪਰਿਵਾਰ ਆਇਆ ਮਾਵਾਂ ਸਾਡੀਆਂ ਭੈਣਾਂ ਔਰ ਸਾਡੀ ਉਹ ਬੇਟੀ ਉਹ ਬੇਟੀਆਂ ਦੋਨੇ ਇਹ ਉੱਥੋਂ ਆਏ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਸਾਰੇ ਸੱਜਣ ਸਾਰਿਆਂ ਦੇ ਮੈਨੂੰ ਲੱਗਦਾ 4-5 ਗੇੜੇ ਹੋਰ ਵੱਜ ਗਏ ਸ਼ਕਲਾਂ ਯਾਦ ਹੋ ਜਾਣੀਆਂ ਸਾਰਿਆਂ ਦੀਆਂ ਚਿਹਰੇ ਯਾਦ ਹੋਣ ਕਿਉਂਕਿ ਬਹੁਤਿਆਂ ਦਾ ਪਤਾ ਲੱਗ ਗਿਆ ਕਿ ਬਹੁਤਿਆਂ ਨਾਲ ਹੁਣ ਵਾਕਫੀਅਤ ਹੋ ਗਈ ਅਟਵਾਲ ਸਾਹਿਬ ਬੈਠੇ ਆ ਹੋਰ ਬਹੁਤ ਸਾਰੇ ਸੱਜਣ ਇਸ ਤਰ੍ਹਾਂ ਦੇ ਉੱਪਰ ਰਾਜੂ ਬਾਈ ਹੋਣੀ ਬੈਠੇ ਹੋਣਗੇ ਬੈਠੇ ਆ ਜਿਵੇਂ ਕਿ ਚਲੇ ਗਏ ਹੈਗੇ ਰਾਜੂ ਬਾਈ ਜੀ ਸਤਿ ਸ਼੍ਰੀ ਅਕਾਲ ਰਾਜੂ ਬਣ ਗਿਆ ਜੈਂਟਲਮੈਨ ਹਾਂਜੀ ਓਕੇ ਹੈਗੇ ਆ ਤੂੰ ਤਾਂ ਹੈਗਾ ਮੈਨੂੰ ਪਤਾ ਤਾਂ ਚਲੋ ਬੋਲੀਆਂ ਪਾ ਕੇ ਘਰਾਂ ਨੂੰ ਚੱਲਦੇ ਹਾਂ ਜਿਉਂਦੇ ਰਹੇ ਕਦੇ ਫੇਰ ਇਸ ਤਰ੍ਹਾਂ ਹੀ ਰੱਬ ਦਰਸ਼ਨ ਇੰਤਜ਼ਾਰ ਕਰਾਊਗਾ ਕਦੇ ਫੇਰ ਵੀਜ਼ਾ ਲਵਾਊਗਾ ਕਰੋੜ 1.5 ਕਰੋੜ ਹੋਰ ਦਵਾਊਗਾ ਗੱਲਾਂ ਆਉਣੀਆਂ ਹੀ ਹੈ ਕਈ ਲੋਕ ਕਹਿੰਦੇ ਯਾਰ ਗੱਲ ਬੜੀ ਆਉਂਦੀ ਹੈ ਤੈਨੂੰ ਸਟੇਜ ਤੋਂ ਬਾਅਦ ਜਦੋਂ 10 ਲੱਖ ਲਿਆ ਹੁੰਦਾ ਗੱਲ ਆਉਂਦੀ ਹੈ ਗੱਲ ਆਉਂਦੀ ਆ ਵਾਹ ਬਾਬਾ ਜਦੋਂ 2 ਘੰਟੇ ਦਾ ਪਤਾ ਹੈ ਕਿ ਇੰਨੇ ਰੁੱਗ ਭਰ ਕੇ ਫੜਾਤਾ ਹਾਂਜੀ ਕੀ ਕਹਿੰਦੇ ਹੋ ਜੁਗਣੀ ਓਕੇ ਜੀ ਜੀ ਜੁਗਣੀ ਵਿੱਚ ਹੀ ਸੁਣਾ ਦੇਣਾ ਹੁਣ ਬੋਲੀਆਂ ਦੇ ਯਾਰ ਹੈਨਾ ਹਾਂ ਚੱਲ ਸਰਗਮ ਤੋਂ ਕਰਦੇ ਹਾਂ ਸ਼ੁਰੂ ਦਾ
da da pa 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 da 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 ne 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 da 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 re 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 mere ghagre re da da ne ne da da pa ghagre re da da re da da ne ne da da ne ne da da ne ne da 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 ba 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 ga 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 सिरजना सिरजे काया हट मास नू भोले ना पहला गल सुना लें मैं बात रही पहला गल सुना लें मैं सिरजन यारा सिरजे काया हड मास नू कोले दुनियादारा कब्जे करके दर दरवाजे रोले रूप भुखी दी भुखी बैठी जब जब खादे छोले रूप भुखी दी भुखी बैठी जब जब खादे छोले फिर मिले आ बलराम प्यारा फिर मिले आ बलराम प्यारा भेद सजन दे खोले कोठी रूह वाली ना खसमा दे बोलन कोठी रूह वाली ना खसमा दे बोले 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 कोठी रूह वाली राजा छै छै ਭੁੱਲਾਂ ਹੋਈਆਂ ਪੱਲਾ ਅੱਡ ਖਲੋ ਜਾ ਦੇ ਕੀ ਹੋਇਆ ਜੇ ਭੁੱਲਾਂ ਹੋਈਆਂ ਪੱਲਾ ਅੱਡ ਖਲੋ ਜਾ ਹੰਕਾਰ ਤੇਰੇ ਨੇ ਦਾਗ ਜੋ ਲਾਏ ਅਹੰਕਾਰ ਤੇਰੇ ਨੇ ਦਾਗ ਜੋ ਲਾਏ ਭੋਗ ਸਜਾਵਾਂ ਧੋ ਜਾ ਹੱਥ ਜੋੜ ਕੇ ਮੰਗਲਾ ਮਾਫੀ ਹੱਥ ਜੋੜ ਕੇ ਮੰਗਲਾ ਮਾਫੀ ਨਾਲ ਹਲੀਮੀ ਮੋਜਾ ਭੁੱਲ ਕੇ ਆਪਣੀ ਹਸਤੀ ਬਸਤੀ ਭੁੱਲ ਕੇ ਆਪਣੀ ਹਸਤੀ ਬਸਤੀ ਖੁਦ ਚੋਂ ਖੁਦ ਨੂੰ ਖੋ ਜਾ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਫਿਰ ਯੋਸੇ ਦੀ ਹੋ ਜਾ ਨੀ ਜਿਸ ਦੀ ਧਰ ਤੋਂ ਸੈ ਇਹ ਜਾ ਛੇੜ ਛੇੜ ਬਾਬਾ ਦੁਨੀਆਦਾਰੀ ਵਿੱਚ ਰਹੀ ਉਲਝਾਈ ਚਿੰਤਾ ਦੁੱਖ ਤੇ ਝਗੜੇ ਝੇੜੇ ਮੈਂ ਡਾਡੀ ਘਬਰਾਈ ਲੇਡੀ ਵੀ ਭੈਣ ਸਾਡੀ ਨੇ ਮੂਵੀ ਬਣਾਈ ਫਿਰ ਫੇਸਬੁੱਕ ਤੇ ਪਾਈ ਇੰਨੇ ਚ ਯਾਰਾਂ ਦੀ ਹੋ ਗਈ ਚੜ੍ਹਾਈ ਪਹਿਲਾਂ ਪਹਿਲ ਮੈਂ ਦੁਨੀਆਦਾਰੀ ਵਿੱਚ ਰਹੀ ਉਲਝਾਈ ਚਿੰਤਾ ਦੁੱਖ ਤੇ ਝਗੜੇ ਝੇੜੇ ਮੈਂ ਡਾਡੀ ਘਬਰਾਈ ਉੜਦਾ ਜੋਬਣ ਲਹੂ ਪੀ ਗਿਆ ਉੜਦਾ ਜੋਬਣ ਲਹੂ ਪੀ ਗਿਆ ਸ਼ਕਲ ਪਈ ਮੁਰਝਾਈ ਕੁਝ ਦਿਨ ਹੋ ਗਏ ਅੰਦਰੋਂ ਜਾਪੇ ਕੁਝ ਦਿਨ ਹੋ ਗਏ ਅੰਦਰੋਂ ਜਾਪੇ ਨਵੀਂ ਰਵਾਨੀ ਆਈ ਤੇਰੀ ਸੰਗਤ ਨੇ ਬਰਕਤ ਯਾਰ ਵਿਖਾਈ 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 ਤੇਰੀ ਸੰਗਤ ਨੇ ਲੈ ਜਾ ਛੇੜ ਨੂੰ ਛੇੜ ਲਗੋ ਤਾ ਜੁਗਣੀ ਵਿੱਚ ਪੜਦਾ ਜੁਗਣੀ
ਮੌਜ ਫਕੀਰਾ ਤੇਰੀ ਸ਼ਾਇਦ ਗੁੜੇ ਤੋਂ ਮਿੱਠੀ ਜੀ ਜੀ ਜ਼ਰੂਰ ਬਾਬਾ ਮੌਜ ਫਕੀਰਾ ਤੇਰੀ ਸ਼ਾਇਦ ਗੁੜੇ ਤੋਂ ਮਿੱਠੀ ਆਈ ਜਵਾਨੀ ਹਰ ਕੋਈ ਵੇਂਦਾ ਜਾਂਦੀ ਕਿਸੇ ਨਾ ਡਿੱਠੀ ਕੀ ਪੜਿਆ ਦੋ ਬੰਦੇ ਆ ਤੇਰੀ ਕੀ ਪੜਿਆ ਦੋ ਬੰਦੇ ਆ ਤੇਰੀ ਆਖਰ ਹੋਣਾ ਮਿੱਟੀ ਸੱਚੇ ਇਸ਼ਕ ਨੇ ਤਾਜ਼ਾ ਰਹਿਣਾ ਸੱਚੇ ਇਸ਼ਕ ਨੇ ਤਾਜ਼ਾ ਰਹਿਣਾ ਦਾੜੀ ਹੋ ਜਾ ਚਿੱਟੀ ਉਹ ਵੀਰ ਮੇਰਿਆ ਚੁਗਣੀ ਮੇਰਿਆ ਚੁਗਣੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਨਾਮ ਸਾਈ ਦਾ ਲੈਂਦੀ ਆ ਜਿਹੜੀ ਅੱਲਾ 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 ਕਹਿੰਦੀ ਆ ਜਿਹੜੀ ਮੌਲਾ 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 ਕਹਿੰਦੀ ਆ ਜਿਹੜੀ ਵਾਹਿਗੁਰੂ 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 ਕਹਿੰਦੀ ਆ ਜਿਹੜੀ ਅੱਲਾ ਅੱਲਾ ਨੀਵੀਂ ਅੱਖ ਨਾਲ ਕਰਾਂ ਗੁਜ਼ਾਰਿਸ਼ ਮੂੰਹ ਵਿੱਚ ਤਣਕਾ ਘਾ ਦਾ ਲਾਸਟ ਬੋਲੀ ਹੈ ਉਹ ਤੋਂ ਪਹਿਲੋਂ ਹਟਵਾਲ ਸਾਹਿਬ ਦਾ ਹੁਕਮ ਉਹ ਅੱਖਾਂ ਵਾਲੇ ਇੱਕ ਪਹਿਰਾ ਜ਼ਰੂਰ ਉਹ ਹੈ ਪੱਥਰ ਦੀ ਇਮਾਰਤ ਹੈ ਰੱਖ ਰੱਖ ਮਾਨਾ ਕੋਈ ਨਹੀਂ ਗਾਉਂ ਵਿੱਚ ਪੱਥਰ ਦੀ ਇਮਾਰਤ ਹੈ ਉਹ ਜਿੱਥੇ ਜਾ ਕੇ ਬਹਿੰਦੇ ਆ ਤੇਰਾ ਪਤਾ ਨਹੀਂ ਮਿਲਦਾ ਮੈਂ ਉਂਝ ਨਾਮ ਤਾਂ ਲੈਂਦੇ ਆ ਚੁੱਪੀਆਂ ਵੀ ਲਾਈਆਂ ਨੇ ਆ ਮਨ ਫੇਰ ਵੀ ਗੰਦਾ ਏ ਵੇ ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ ਬੜਾ ਖਾਰੂ ਪਾਇਆ ਏ ਬੜਾ ਖਾਰੂ ਪਾਇਆ ਏ ਆ ਕੁੱਟ ਤਬਲੇ ਹੱਥਾਂ ਨੇ ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਅੱਖਾਂ ਨੇ ਔਰ ਇੱਕ ਹੋਰ ਉਹ ਗੀਤ ਦੇ ਵਿੱਚ ਨਹੀਂ ਸੀ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਚਾਰੇ ਪਾਸੇ ਹਨੇਰਾ ਸੀ ਤੇ ਕੁਝ ਦੀਵੇ ਜਗਦੇ ਰਹੇ ਇਹ ਦੁਨੀਆ ਲੱਭਦੀ ਉਹਨਾਂ ਨੂੰ ਜਿਹੜੇ ਖੁਦ ਨੂੰ ਲੱਭਦੇ ਰਹੇ ਸੋਨੇ ਦੇ ਪੁਤਲੇ ਨੇ ਮੇਰੇ ਵਰਗੇ ਸੋਨੇ ਦੇ ਪੁਤਲੇ ਨੇ ਤੇ ਵਿੱਚ ਭਰੀਆਂ ਫੱਕਾਂ ਨੇ ਜਿਨ੍ਹਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਹੀ ਅੱਖਾਂ ਨੇ ਨੀਵੀਂ ਅੱਖ ਨਾਲ ਕਰਾਂ ਗੁਜ਼ਾਰਿਸ਼ ਮੂੰਹ ਵਿੱਚ ਤਣਕਾ ਘਾ ਦਾ ਸੁਣੀ ਮਾਲਕਾ ਪੀਪਾ ਖੜਕੇ ਸੁਣੀ ਮਾਲਕਾ ਪੀਪਾ ਖੜਕੇ ਮਾਫ ਕਰੀ ਗੱਲ ਜ਼ਿਆਦਾ ਰਮਜ਼ਾ ਬੁੱਝਣ ਜੋਗਾ ਹੋ ਜਾ ਰਮਜ਼ਾ ਬੁੱਝਣ ਜੋਗਾ ਹੋ ਜਾ ਹੋਵੇ ਸਾਫ ਇਰਾਦਾ ਮਹਿਫਲ ਮੰਗਦੀ ਰਹੂ ਹਮੇਸ਼ਾ ਮਹਿਫਲ ਮੰਗਦੀ ਰਹੂ ਹਮੇਸ਼ਾ ਕਰਕੇ ਚੱਲਿਆ ਵਾਦਾ ਛੁੱਟੀਆਂ ਅਰਜ ਕਰੇ ਬੇਬੇ ਦਾ ਸ਼ਹਿਜ਼ਾਦਾ ਛੁੱਟੀਆਂ ਅੱਜ 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 ਕਰੇ ਮੇਰੀ ਬੇਬੇ ਮੇਰੀ ਬੇਬੇ ਮੇਰੀ ਬੇਬੇ ਮੇਰੀ ਬੇਬੇ ਮੇਰੀ ਬੇਬੇ ਮੇਰੀ ਬੇਬੇ ਦਾ ਸ਼ਹਿਜ਼ਾਦਾ ਛੁੱਟੀਆਂ ਅੱਜ ਕਰੇ ਬੇਬੇ ਦਾ ਸ਼ਹਿਜ਼ਾਦਾ ਛੁੱਟੀਆਂ ਅੱਜ ਕਰੇ ਬੇਬੇ ਦਾ ਸ਼ਹਿਜ਼ਾਦਾ ਛੁੱਟੀਆਂ ਅੱਜ ਕਰੇ ਬੇਬੇ ਦਾ ਸ਼ਹਿਜ਼ਾਦਾ ਚੰਗਾ ਵੀ ਦੋਸਤੋ ਆਇਆ ਹਾਂ ਤੇ ਇੱਕ ਵਾਰ ਫਿਰ ਮੇਰੀਆਂ ਮਾਵਾਂ ਔਰ ਸਾਡੇ ਬਜ਼ੁਰਗ ਸਭ ਤੋਂ ਪਹਿਲਾਂ ਔਰ ਸਾਡੀਆਂ ਧੀਆਂ ਰਾਣੀਆਂ ਮੇਰੇ ਦੋਸਤ ਮਿੱਤਰ ਸਾਰੇ ਛੋਟੇ ਬੱਚੇ ਜਿੰਨੇ ਵੀ ਆਏ ਹਾਂਜੀ ਦੋ ਮਿੰਟ ਜਾਣਾ ਨਹੀਂ ਜੀ ਕਿਸੇ ਨੇ ਇਹਨਾਂ ਦਾ ਮਾਣ ਸਤਿਕਾਰ ਵੀ ਕਰ ਲਈ ਹੈ ਪਰ ਰਲ ਮਿਲ ਕੇ ਸਾਰਿਆਂ ਨੇ ਕਰਨਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੀਆਂ ਤਾਰੀਆਂ ਤੋਂ ਪਤਾ ਲੱਗਣਾ ਚਾਹੀਦਾ ਵੀ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਕਿ ਨਹੀਂ ਸੀ ਥੈਂਕ ਯੂ ਇਹੀ ਆਸ ਸੀ ਮੈਂ ਬੇਨਤੀ ਕਰੂੰਗਾ ਸਾਡੇ ਇਸ ਸ਼ੋਅ ਦੇ ਪ੍ਰਮੋਟਰ ਸਮਾਰਟ ਬੋਲਡਰ ਫਾਸਟਰ ਗੁਰਜੀਤ ਬਲ ਜ਼ੋਰਦਾਰ ਤਾੜੀਆਂ ਦੇ ਨਾਲ
ਇਹਨਾਂ ਦੇ ਨਾਲ ਵੈਨ ਸਿਟੀ ਕੈਬਨਿਟਸ ਤੋਂ ਗੁਰਪ੍ਰੀਤ ਸਿੰਘ, ਵਿਰਦੀ ਕੰਸਟਰਕਸ਼ਨ ਤੋਂ ਅਜੇ ਭਾਜੀ, ਇਹ ਨੌਜਵਾਨਾਂ ਦੀ ਟੀਮ ਤੇ ਇਹਨਾਂ ਦੇ ਨਾਲ ਸਾਰੇ ਸਪੌਂਸਰਸ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਸਕਸੈਸ ਕੀਤਾ ਤੇ ਤੁਹਾਡਾ ਯੋਗਦਾਨ ਸਭ ਤੋਂ ਵੱਡਾ ਜਿਨ੍ਹਾਂ ਨੇ ਇਸ ਸ਼ੋਅ ਨੂੰ ਸੋਲਡ ਆਊਟ ਕੀਤਾ। ਜ਼ੋਰਦਾਰ ਤਾੜੀਆਂ। ਅਸੀਂ ਸਾਰਿਆਂ ਨੇ ਤੁਹਾਡੇ ਬਿਹਾਫ ਤੇ ਸੋਚਿਆ ਕਿ ਇਹ ਕਲਾਕਾਰ ਜੋ ਸਾਡੇ ਕਲਚਰ ਦੀ ਰਹਿਨੁਮਾਈ ਕਰ ਰਿਹਾ, ਸ਼ੋਰ ਤੇ ਬਹੁਤ ਆ, ਗੰਦ ਬੜਾਇਆ, ਬਟ ਕੋਈ ਕੋਈ ਕਲਾਕਾਰ ਕਦੇ ਕਦੇ ਸਾਨੂੰ ਮਿਲਦਾ ਆਪਣੇ ਸਮਾਜ ਦੇ ਵਿੱਚ, ਸਾਡੇ ਇਸ ਸੰਗੀਤਕ ਦੁਨੀਆ ਦੇ ਵਿੱਚ, ਜਿਹੜਾ ਸਾਡੇ ਕਲਚਰ ਦੀ ਪਹਿਰੇਦਾਰੀ ਸਹੀ ਢੰਗ ਨਾਲ ਕਰਦਾ। ਇਸ ਗੱਲ ਨਾਲ ਤਾਂ ਤੁਸੀਂ ਸਹਿਮਤ ਹੋ ਨਾ? ਸੋ ਉਹ ਕਲਾਕਾਰ, ਉਹਦਾ ਮਾਣ ਸਨਮਾਨ ਕਰਨਾ ਸਾਡਾ ਸਭ ਦਾ ਸਾਂਝੇ ਤੌਰ 'ਤੇ ਫਰਜ਼ ਬਣਦਾ। ਆਓ ਜੀ, ਕੰਵਰ ਗਰੇਵਾਲ ਜੀ, ਮੈਂ ਬੇਨਤੀ ਕਰੂੰਗਾ ਸਾਡੇ ਇੰਟਰਨੈਸ਼ਨਲ ਪ੍ਰਮੋਟਰ ਸਾਹਿਬ ਸਰਦਾਰ ਦਲਜੀਤ ਸਿੰਘ ਜੀ, ਪਲੀਜ਼ ਹਾਜ਼ਰ ਹੋਵੋ। ਲਾਡੀ ਭਾਅ ਜੀ, ਤੁਸੀਂ ਵੀ ਆ ਜਾਓ, ਤੁਹਾਡਾ ਯੋਗਦਾਨ ਵੀ ਬੜਾ, ਮਾਣ ਸਨਮਾਨ ਦੇ ਭਾਗੀਦਾਰ ਤੁਸੀਂ ਵੀ ਓਨੇ ਹੀ ਹੋ। ਜ਼ੋਰਦਾਰ ਤਾੜੀਆਂ ਜੀ, ਥੈਂਕ ਯੂ ਵੈਰੀ ਮੱਚ। ਮੈਂ ਇਹੀ ਕਹੂੰਗਾ ਸਾਡੇ ਛੋਟੇ ਵੀਰ ਕੰਵਰ ਗਰੇਵਾਲ ਨੂੰ ਕਿ ਜੋ ਤੁਸੀਂ ਬੀੜਾ ਚੁੱਕਿਆ, ਇਹਨੂੰ ਇਸੇ ਤਰ੍ਹਾਂ ਹੀ ਲੈ ਕੇ ਤੁਰੇ ਫਿਰਦੇ ਰਹੋ। ਕਿਤੇ ਕਈ ਹੋਰ ਵੀ ਹਸਤੀਆਂ ਆਈਆਂ ਜਿਨ੍ਹਾਂ ਨੇ ਸਮਾਜ ਦੇ ਵਿੱਚ ਚੰਗਾ ਗਾਉਣ ਦੀ ਗੱਲ ਕੀਤੀ ਹੈ, ਪਰ ਉਹਨਾਂ ਦੀ ਕਹਿਣੀ ਅਤੇ ਕਰਨੀ 'ਚ ਬੜਾ ਫਰਕ ਸੀਗਾ। ਤੁਹਾਡੀ ਕਹਿਣੀ ਅਤੇ ਕਰਨੀ ਜੋ ਹੈ ਇਹੀ ਰਹਿਣੀ ਚਾਹੀਦੀ ਹੈ ਹਮੇਸ਼ਾ, ਇਹੀ ਸਾਡੀ ਦੁਆ ਆ। ਇਸ ਤਰ੍ਹਾਂ ਕਲਚਰ ਦੀ ਤੁਸੀਂ ਸੇਵਾ ਕਰਦੇ ਰਹੋ ਅਤੇ ਪਰਮਾਤਮਾ ਨੇ ਤੁਹਾਨੂੰ ਮਾਲੋ ਮਾਲ 'ਤੇ ਕਰੀ ਜਾਣਾ, ਰੌਲਾ ਹੀ ਕੋਈ ਨਹੀਂ ਗਾ ਜੀ। ਬੈਂਸ ਸਾਹਿਬ, ਸਾਡੇ MLA ਸਾਹਿਬ ਆਏ ਆ, ਅਟਵਾਲ ਸਾਹਿਬ, ਆਪਣੇ ਬੈਲ ਮੀਡੀਆ ਤੋਂ ਸਾਡੇ ਸਰਬਜੀਤ ਭਾਅ ਜੀ ਮੀਡੀਆ ਤੋਂ, ਹਾਂਜੀ ਲੇਡੀ ਬੀ ਜੀ, ਲੇਡੀ ਬੀ ਦੇ ਕਰਕੇ ਤੌਰ 'ਤੇ ਜਾਂਦੇ, ਅਸੀਂ ਤਾਂ ਬੈਲ ਕਹੀਦਾ ਇਹਨਾਂ ਨੂੰ ਸਾਰੇ, ਅਤੇ ਆਪਣੇ ਜੀਰਾ ਸਾਹਿਬ, ਗੁਣਾ ਚੌਰੀਆ ਭਾਅ ਜੀ, ਅਤੇ ਆਪਣੇ ਕਾਲੋਂ ਸਾਹਿਬ, ਸਾਰੇ ਹੀ ਜਿੰਨੇ ਵੀ, ਮੈਂ ਸੋਰੀ ਕਿਸੇ ਦਾ ਨਾਮ ਭੁੱਲ ਜਾਵਾਂ, ਮੇਰੇ ਦੋਨੋਂ ਹੱਥ ਜੋੜ ਕੇ ਗੁਸਤਾਖੀ। ਔਰ ਇੱਕ ਹੁਣ ਹੋਰ ਛੋਟਾ ਜਿਹਾ ਕੰਮ ਅਸੀਂ ਕਰਨਾ, ਸਾਡੇ ਵੀਰਾਂ ਨੇ ਉਹ ਇੱਕ ਡਰਾ ਕੱਢਣਾ ਇੱਥੇ, ਮੈਂ ਉਹਨਾਂ ਨੂੰ ਆਵਾਜ਼ ਮਾਰਦਾ ਵਿਨੇ ਹੁਣਾਂ ਨੂੰ, ਅਤੇ ਨਾਲ ਚਲੇ ਗਏ ਕਿ ਇੱਥੇ ਆ, ਹਾਂਜੀ, ਤੁਹਾਨੂੰ ਕਾਰ ਵੀ ਨਿਕਲ ਸਕਦੀ ਆ, ਕਿਸੇ ਨੂੰ ਕੋਈ ਪਤਾ ਨਹੀਂ, ਵੱਡੇ ਵੱਡੇ ਡਰਾ ਆ ਉਹਨਾਂ ਦੇ, ਹਾਂਜੀ ਚਲੇ ਗਏ ਜੀ। ਚਲੋ ਜੇ ਚਲੇ ਗਏ ਤਾਂ ਸੋਰੀ, ਕੱਢਣਾ ਹੈਗਾ, ਉਹਨਾਂ ਨੇ ਅਨਾਊਂਸ ਹੋ ਜੂਗਾ ਮੀਡੀਆ ਦੇ ਵਿੱਚ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲੋਂ ਸ਼ੁਕਰੀਆ। ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਰਹੋ ਅਤੇ ਸਾਡਾ ਜਿਹੜਾ ਕਲਚਰ ਆ ਇਸੇ ਤਰ੍ਹਾਂ ਸਦੀਵੀ ਵਸਦਾ ਰਹੇ। ਗਲਤੀਆਂ ਗੁਸਤਾਖੀਆਂ ਦੀ ਮੁਆਫੀ ਸਾਡੀ ਸਾਰੀ ਟੀਮ ਵੱਲੋਂ, ਮਿਹਰਬਾਨੀ, ਸ਼ੁਕਰੀਆ, ਧੰਨਵਾਦ।